ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੁਹਾਨੂੰ ਸ਼ਾਇਦ ਇੱਕ ਪ੍ਰੋਮੋ ਦਿਸਿਆ ਹੋਣਾ ਟੀਵੀ ਤੇ ਸ਼ਾਇਦ ਤੁਸੀਂ ਕੁਝ ਸੋਸ਼ਲ ਮੀਡੀਆ ਤੇ ਵੇਖਿਆ ਹੋਣਾ ਸ਼ਾਇਦ ਮੈਂ ਗੱਲਾਂ-ਗੱਲਾਂ ਵਿੱਚ ਤੁਹਾਨੂੰ ਆਪ ਦੱਸਿਆ ਲੇਕਿਨ ਅੱਜ ਮੈਂ ਬਹੁਤ ਹੀ ਖੁਸ਼ੀ ਨਾਲ ਤੁਹਾਨੂੰ ਦੱਸ ਰਹੀ ਹਾਂ ਕਿ ਮੈਂ ਸਟੂਡੀਓ ਨਹੀਂ ਆ ਮੈਂ ਕਿਤੇ ਪਹੁੰਚੀ ਆ ਪਹੁੰਚੇ ਆ ਮੈਂ ਤੇ ਸਾਡੀ ਪੂਰੀ ਜਸ ਕਰੂ ਦੀ ਟੀਮ ਫੋਰਟ ਵੇਨ ਇੰਡੀਆਨਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਸਾਡਾ ਜਸ ਟੀਵੀ 2021 ਰੋਡ ਟ੍ਰਿਪ ਰਵਾ ਹੋ ਚੁੱਕਿਆ ਹੈ ਤੇ ਇਸ ਰੋਡ ਟ੍ਰਿਪ ਤੇ ਇਸ ਮੈਂ ਕਹਾਂਗੀ ਪਹਿਲੀ ਸਟਾਰਟ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਆਪਾਂ ਕਰ ਰਹੇ ਆ ਮਿਡ ਵੈਸਟ ਤੋਂ ਤੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਅੱਜ ਮੈਂ ਮੁੱਦਾ ਨਾ ਕਿ ਆਪ ਇਕੱਲੀ ਹੋਸਟ ਕਰ ਰਹੀ ਹਾਂ ਬਟ ਇਹ ਸਪੈਸ਼ਲ ਪ੍ਰੋਗਰਾਮ ਤੁਹਾਡੇ ਲਈ ਮੇਰੇ ਨਾਲ ਮੈਨੂੰ ਜੁਆਇਨ ਕਰ ਰਿਹਾ ਸਭ ਤੋਂ ਪਹਿਲੇ ਮੇਰੇ ਕੋ-ਹੋਸਟ ਮੇਰੇ ਬਹੁਤ ਹੀ ਫੇਵਰਿਟ ਐਂਕਰ ਤੇ ਸਾਡੇ ਟੀਮ ਦੇ ਬਹੁਤ ਪੁਰਾਣੇ ਮੈਂਬਰ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲੇ ਜੱਗੀ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਸਾਡਾ ਵੀ ਸਵਾਗਤ ਕੀ ਕਹਿਣਾ ਚਾਹੋਗੇ ਸਭ ਦਾ ਸਵਾਗਤ ਜੀ ਮੈਂ ਆਪਦੇ ਵੱਲੋਂ ਸਭ ਦਾ ਸਵਾਗਤ ਕਰਦਾ ਆਪਾਂ ਹੋਸਟ ਆ ਤੇ ਇਹ ਸਾਡੇ ਜਿੰਨੇ ਵੀ ਦਰਸ਼ਕ ਨੇ ਘਰਾਂ ਵਿੱਚ ਬੈਠੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਅਸੀਂ ਅਦਾ ਕਰਦੇ ਆ ਕਿਉਂਕਿ ਜਿੱਥੇ ਲੱਗਦਾ ਵੀ ਹੁਣ ਕੋਵਿਡ ਨੂੰ ਬਾਏ ਬਾਏ ਕਰਨ ਦਾ ਸਮਾਂ ਆ ਗਿਆ ਤੇ ਵੈਕਸੀਨ ਤਕਰੀਬਨ ਤੜ ਤੜ ਲੱਗ ਰਹੀ ਹੈ ਅਮਰੀਕਾ ਦੇ ਵਿੱਚ ਤੇ ਉਦੋਂ ਵੀ ਵੱਡੀ ਖੁਸ਼ੀ ਦੀ ਗੱਲ ਸ਼ੁਕਰ ਪ੍ਰਮਾਤਮਾ ਦਾ ਇਹ ਹੈ ਕਿ ਸਾਡਾ ਇਹ ਉਸ ਤੋਂ ਬਾਅਦ ਪਹਿਲਾ ਰੋਡ ਟ੍ਰਿਪ ਜਿਹੜਾ ਸ਼ੁਰੂ ਕੀਤਾ ਮਿਡ ਵੈਸਟ ਦੇ ਵਿੱਚੋਂ ਔਰ ਪਲਾਨ ਅਸੀਂ ਕਾਫੀ ਦਿਨ ਦਾ ਕਰ ਰਹੇ ਸੀ ਸੋ ਜੀ ਜਿੱਥੇ ਪ੍ਰਮਾਤਮਾ ਦਾ ਅਸੀਂ ਸ਼ੁਕਰ ਕਰਦੇ ਹਾਂ ਉੱਥੇ ਸਮੂਹ ਪੰਜਾਬੀਆਂ ਦਾ ਵੀ ਖਾਸ ਤੌਰ ਤੇ ਅਸੀਂ ਉਹਨਾਂ ਇੰਡੀਆਨਾ ਦੀ ਗੱਲ ਕਰੀਏ ਤੇ ਇੰਡੀਆਨਿਆਂ ਦੇ ਵਿੱਚ ਵੀ ਇੱਥੇ ਸਾਨੂੰ ਜਿੰਨੇ ਮਿੱਤਰ ਪਿਆਰੇ ਹੈਗੇ ਨੇ ਤੁਹਾਡਾ ਨਾਮ ਲਾਵਾਂਗੇ ਵੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਜੀ ਐਂ ਜਗੀ ਜੀ ਆਮ ਯੂ نو ਅਪਾ ਜਿੱਥੇ ਪਹੁੰਚੇ ਆਂ ਰੋਡ ਟ੍ਰਿਪ ਦੀ ਸਾਡੇ ਜੋ ਬਹੁਤ ਹੀ ਪਿਆਰੇ ਵੰਡਰਫੁਲ ਹੋਸਟਸ ਜਿਨ੍ਹਾਂ ਨੇ ਸਾਨੂੰ ਇੱਥੇ ਸੱਦਿਆ ਆਮ ਉਹਨਾਂ ਦੀ ਵੀ ਗੱਲ ਕਰਾਂਗੇ ਬਟ ਯੂ نو ਮੈਂ ਇੱਕ ਥੋੜਾ ਜਿਹਾ ਮਤਲਬ ਨਸਟਾਲਜੀਕ ਜਿਹਾ ਫੀਲ ਕਰ ਰਹੀ ਆ ਹਨਾ ਲਾਈਕ ਲੱਗਦਾ ਨਹੀਂ ਹੈ ਕਿ ਪਿਛਲੇ ਸਾਲ ਕੀ ਕੁਝ ਨਹੀਂ ਹੋਇਆ ਬਟ ਸਿਰਫ ਸਾਲ ਦੀ ਪਹਿਲੀ ਦੀ ਗੱਲ ਹੈ ਕਿ ਆਪਾਂ ਆਪਣੀ 13 13ਵੀਂ ਸਾਲਗिरा ਵੀ ਮਨਾ ਰਹੇ ਸੀ ਨਵਾਂ ਸਟੂਡੀਓ ਖੋਲਿਆ ਸੀ ਤੁਹਾਡਾ ਉਹ ਬਹੁਤ ਵੱਡਾ ਪ੍ਰੋਜੈਕਟ ਸੀਗਾ ਮਤਲਬ ਇੰਨੀ ਗ੍ਰੈਂਡ ਪਾਰਟੀ ਕੀਤੀ ਕੈਲੀਫੋਰਨੀਆ ਤੇ ਸਾਲ ਬਾਅਦ ਹੁਣ ਆਪਾਂ ਇੱਥੇ ਇੱਕ ਨਵਾਂ ਮਤਲਬ ਚੈਪਟਰ ਕਰਨ ਸ਼ੁਰੂ ਲੱਗਿਆ ਜੋ ਜਸ ਦੀ ਹਿਸਟਰੀ ਬੁੱਕ ਦੇ ਵਿੱਚ ਲਿਖਿਆ ਜਾ ਰਿਹਾ ਹੈ ਜੀ ਤੇ ਪਿਛਲਾ ਸਾਲ ਤੁਹਾਡਾ ਕਿਸ ਤਰ੍ਹਾਂ ਰਿਹਾ ਥੋੜਾ ਜਿਹਾ ਤੁਹਾਡੇ ਤੋਂ ਪੁੱਛਣਾ ਚਾਹਣੀ ਤੁਹਾਡਾ ਕੀ ਐਕਸਪੀਰੀਅੰਸ ਜੀ ਮੈਂ ਆਪ ਬਹੁਤ ਹਾਵਲਾਂ ਦੱਸਣ ਵਾਸਤੇ 6 ਮਾਰਚ ਨੂੰ ਆਪਾਂ ਸਟੂਡੀਓ ਦੀ ਓਪਨਿੰਗ ਕੀਤੀ ਤੇ ਆਪਾਂ ਯੂਨੀਵਰਸਿਟੀ 13ਵੀਂ ਮਨਾਈ 14 ਨੂੰ ਲਾਕਡਾਊਨ ਲੱਗ ਗਿਆ ਤੇ ਮੈਨੂੰ ਉਦੋਂ ਲੱਗਿਆ ਵੀ ਜਿਵੇਂ ਉਹ ਮੁਹਾਵਰਾ ਨਹੀਂ ਹੈਗਾ ਵੀ ਸਿਰ ਮੁੜਾਤੇ ਹੀ ਓਲੇ ਬਾੜੇ ਵੀ ਸ਼ਾਇਦ ਉਹ ਗੱਲ ਨਾ ਹੋ ਜਾਏ ਪਰ ਮੈਂ ਇਨਾਂ ਨੂੰ ਪਰਮਾਤਮਾ ਦਾ ਤੇ ਪੰਜਾਬੀਆਂ ਦਾ ਸ਼ੁਕਰ ਕਰਦਾ ਤੁਹਾਨੂੰ ਪਤਾ ਹੀ ਹੈ ਕਿ ਸਾਨੂੰ ਆਪ ਫੋਨ ਕਰਕੇ ਕੈਲੀਫੋਰਨੀਆ ਦੇ ਵਿੱਚੋਂ ਸਾਡੇ ਜਿੰਨੇ बिजनेसमੈਨ ਕਹਿ ਲਓ client ਕਹਿ ਲਓ ਚਾਹੇ ਸਾਡੇ ਸਾਨੂੰ ਪਿਆਰ ਕਰਨ ਵਾਲੇ ਕਹਿ ਲਓ ਉਹਨਾਂ ਨੇ ਆਪ ਫੋਨ ਕਰ ਕਰਕੇ ਐਡਾ ਦਿੱਤੀਆਂ ਵਾਹ ਉਹ ਜਿਨ੍ਹਾਂ ਨੂੰ ਨਹੀਂ ਵੀ ਜ਼ਰੂਰਤ ਉਹਨਾਂ ਨੇ ਵੀ ਐਡਾ ਦਿੱਤੀਆਂ ਸੋ ਇਹ ਇੱਕ ਬਹੁਤ ਹੀ ਵੱਡੀ ਅਚੀਵਮੈਂਟ ਸਮਝਦਾ ਮੈਂ ਪ੍ਰਾਪਤੀ ਸਮਝਦਾ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰਾ ਜਿਹੜਾ ਸੀ ਸਮੂਥਲੀ ਚੱਲ ਰਿਹਾ ਹੁਣ ਉਦੋਂ ਵੀ ਵੱਡੀ ਗੱਲ ਹੋਊਗੀ ਕੈਲੀਫੋਰਨੀਆ ਦੇ ਵੀ ਤੇ ਅਸੀਂ ਸ਼ੁਰੂ ਕਰਤੇ ਰੋਡ ਸ਼ੋਅ ਹੌਲੀ ਹੌਲੀ ਹਲਕੇ ਹਲਕੇ ਜਾਣ ਕੇ ਛੁਟ ਕਰਤੇ ਤੇ ਇਧਰ ਹੁਣ ਮਿਡਵੈਸਟ ਚਾਏ ਉਦੋਂ ਬਾਅਦ ਕੈਲੀਫੋਰਨੀਆ ਚ ਕਰਾਂਗੇ ਸੋ ਨਾਲ ਦੀ ਨਾਲ ਇਹ ਗੱਲ ਸਾਡੇ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਪਲੀ ਪਾਂਤ ਪਤਾ ਲੱਗ ਗਈ ਹੋਏਗੀ ਵੀ ਅਸੀਂ ਹੁਣ ਰੋਡ ਸ਼ੋਅ ਸ਼ੁਰੂ ਕਰ ਦਿੱਤੇ ਆ ਕਿਸੇ ਵੀ ਸ਼ਹਿਰ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਕਿਤੇ ਵੀ ਤੁਸੀਂ ਅਗਰ ਚਾਹੋਨੇ ਹੋ ਤਾਂ ਅਸੀਂ ਤੁਹਾਡੇ ਕੋਲ ਪਹੁੰਚ ਸਕਦੇ ਹਾਂ ਜੀ ਬਟ ਆਫ ਕੋਰਸ ਹੁਣ ਪਹੁੰਚੇ ਹਾਂ ਮਿਡ ਵੈਸਟ ਦੇ ਵਿੱਚ ਤੇ ਮੈਂ ਥੋੜਾ ਜਿਹਾ ਮਾੜਾ ਮੋਟਾ ਤੁਹਾਨੂੰ ਦੱਸ ਦਿੰਨੀ ਆ ਇਹ ਸਾਡਾ ਪਹਿਲਾ ਰੋਡ ਟ੍ਰਿਪ ਦਾ ਪਹਿਲਾ ਸਟਾਪ ਪਹਿਲਾ ਲਾਈਵ ਸ਼ੋ ਤੁਹਾਡੇ ਨਾਲ ਇੱਥੇ ਪੇਸ਼ ਕਰ ਰਹੇ ਹਾਂ ਬਟ ਇਸ ਟ੍ਰਿਪ ਦੇ ਵਿੱਚ ਆਪਾਂ ਜਾਵਾਂਗੇ ਇੰਡੀਆਨਾ ਤਾਂ ਆਪਾਂ ਪਹੁੰਚ ਹੀ ਚੁੱਕੇ ਹਾਂ ਸਵੇਰੇ ਸਾਡੀ ਮਿਸ਼ੀਗਨ ਹਾਜ਼ਰੀ ਲੱਗ ਗਈ ਸੀ ਕੈਲਮਜ਼ੂ ਉੱਥੇ ਬਹੁਤ ਵਧੀਆ ਕੁਝ ਪਰ ਰਿਕਾਰਡਿੰਗਸ ਕੀਤੀਆਂ ਉਹਨਾਂ ਦੇ ਬਾਰੇ ਤੁਹਾਨੂੰ ਦੱਸਾਂਗੇ ਨਾਲੇ ਸਮੇਂ ਦੇ ਵਿੱਚ ohio kentucky ਇਲਨੋਇਸ ਸ਼ਿਕਾਗੋ ਆਈ ਮੀਨ ਕਿਥੇ ਕਿਥੇ ਨਹੀਂ ਜਾ ਰਹੇ ਆਪਾਂ ਆਮ ਸੋ ਐਕਸਾਈਟਿਡ ਮਤਲਬ ਕਹਿੰਦਾ ਦੋ ਹਫ਼ਤੇ ਅਸੀਂ ਹੁਣ ਮਿਡਵੈਸਟ ਦੇ ਵਿੱਚ ਹੀ ਆ ਤੇ ਮਿਡਵੈਸਟ ਦੇ ਵਿੱਚ ਸਾਡੇ ਦੋਸਤ ਮਿੱਤਰ ਜਿੰਨੇ ਵੀ ਹੈਗੇ ਨੇ ਸਾਡੇ ਖਾਸ ਸਾਰੇ ਹੀ ਬਹੁਤ ਖਾਸ ਨੇ ਅਸੀਂ ਮਿਲ ਸਕਦੇ ਆ ਵੈਸੇ ਜ਼ਰੂਰੀ ਨਹੀਂ ਕਿ ਜੇ ਅਸੀਂ ਸ਼ੂਟਿੰਗ ਹੀ ਕਰਨੀ ਹੈ ਤਾਂ ਹੀ ਆ ਵੈਸੇ ਵੀ ਅਸੀਂ ਸਾਨੂੰ ਕਿਤੇ ਵੀ ਹੁਕਮ ਕਰੋਗੇ ਅਸੀਂ ਜ਼ਰੂਰ ਮਿਲਾਂਗੇ ਤੇ ਇਸ ਟੂਰ ਦੀ ਜਿਹੜੀ ਇੱਕ ਹੋਰ ਮੈਂ ਗੱਲ ਕਰ ਦਵਾਂ ਕਿਉਂਕਿ ਮੈਂ ਕੈਲੀਫੋਰਨੀਆ ਤੋਂ ਆਇਆ ਤੁਸੀਂ ਸਾਰੇ ਇੱਥੇ ਆਏ ਹੋ ਮੈਂ ਨਿਊਯਾਰਕ ਆ ਗਿਆ ਪਹਿਲਾਂ ਤੇ ਫਿਰ ਇੱਥੇ ਆਪਾਂ ਸਾਰੇ ਆਏ ਆ ਤੇ ਇਸ ਟ੍ਰਿਪ ਦੀ ਹੋਰ ਜਿਹੜੀ ਇੱਕ ਖਾਸ ਗੱਲ ਸੀਗੀ ਹਾਲਾਂਕਿ ਮੈਂ ਬੈਠੇ ਅਸੀਂ ਕੈਲੀਫੋਰਨੀਆ ਹੈਗੇ ਆਂ ਉੱਥੇ ਵੀ ਜ਼ਿਕਰ ਹੁੰਦਾ ਸੀ ਇਹਦਾ ਕੀ ਗੱਲ ਸੀ ਸਟੂਡੀਓ ਦੇ ਵਿੱਚ ਜਿਹੜਾ ਕੀ ਆਉਂਦੇ ਸੀ ਵੀ ਗੱਲ ਕੀਤੀ ਵੀ ਅਸੀਂ ਉਧਰ ਜਾਣਾ ਕਹਿੰਦੇ ਵੀ ਤੁਸੀਂ ਪਹਿਲਾਂ ਇਧਰ ਲਾ ਕਿਉਂ ਨਹੀਂ ਬਣਾ ਰਹੇ ਕੈਲੀਫੋਰਨੀਆ ਦਾ ਹਾਂਜੀ ਹਾਂਜੀ ਅਸੀਂ ਕਹਿੰਦੇ ਇਧਰੋਂ ਮੈਨੂੰ ਇਕੱਲੇ ਨੂੰ ਜਾਣਾ ਪੈਣਾ ਹਾਂ ਉਧਰੋਂ ਸਾਰੀ ਟੀਮ ਆਉਣੀ ਪੈਣੀ ਹਜੇ ਨਹੀਂ ਉੱਥੇ ਵੀ ਜਾਵਾਂਗੇ ਉੱਥੇ ਵੀ ਜਾਵਾਂਗੇ ਕੈਲੀਫੋਰਨੀਆ ਤਾਂ ਸਾਡਾ ਪੁਰਾਣਾ ਚੱਲਦਾ ਹੈ ਆਈ ਥਿੰਕ ਆਮ ਵਿਊਰਸ ਨੂੰ ਦੱਸਣ ਦੀ ਲੋੜ ਨਹੀਂ ਹੈ ਬਟ ਜੋ ਨਵੇਂ ਸਾਡੇ ਨਾਲ ਜੁੜੇ ਹਨ ਜਦੋਂ ਯੂਬਾ ਸਿਟੀ ਦੀ ਪਹਿਲੀ ਵਾਰੀ ਕਿਸੇ ਇੰਡੀਅਨ ਚੈਨਲ ਨੇ ਯੂਬਾ ਸਿਟੀ ਨਗਰ ਕੀਰਤਨ ਨੂੰ ਲਾਈਵ ਦਿਖਾਇਆ ਸੀ ਉਹ ਜਸ ਪੰਜਾਬੀ ਦੀ ਟੀਮ 2008 ਦੇ ਵਿੱਚ ਉੱਥੇ ਗਈ ਸੀ ਤੇ ਉਸ ਤੋਂ ਬਾਅਦ ਸਾਡਾ ਤਾਂ ਮਤਲਬ ਇੱਕ ਜਿੱਦਾਂ ਨਾ ਨਿੱਜੀ ਰਿਸ਼ਤਾ ਬਣ ਗਿਆ ਹੈ ਹੈਨਾ ਤੇ ਇਹੀਂ ਲੱਗਦਾ ਸੀ ਇੱਥੋਂ ਜੋ ਜਾਂਦੇ ਸੀ ਨਿਊਯਾਰਕ ਤੋਂ ਵੀ ਜਾਂਦੇ ਸੀਗੇ ਤੇ ਇਹੀਂ ਲੱਗਦਾ ਸੀ ਉੱਥੇ ਦੂਜਾ ਘਰ ਹੈਗਾ ਉੱਥੇ ਚੱਲੇ ਤੇ ਹੁਣ ਘਰ ਸੱਚੀ ਮੁੱਚੀ ਬਣ ਗਿਆ ਹੁਣ ਤਾਂ ਬਾਲਾ ਵਧੀਆ ਹੋ ਗਿਆ ਤੇ ਨਾਲ ਦੀ ਨਾਲ ਇੱਕ ਦਰਸ਼ਕਾਂ ਦਾ ਅਸ਼ਮ ਦਾ ਪੰਜਾਬੀਆਂ ਦਾ ਖਾਸ ਤੌਰ ਤੇ ਪੂਰੀ ਦੁਨੀਆ 'ਚ ਬੈਠੇ ਨੇ ਇਸ ਗੱਲੋਂ ਵੀ ਅਸੀਂ ਧੰਨਵਾਦ ਕਰਦੇ ਆਂ ਵੀ ਹਰ ਸਮੇਂ ਔਖੇ ਸੌਖੇ ਸਮੇ ਸਾਡੇ ਨਾਲ ਖੜੇ ਨੇ ਔਖੇ ਸੌਖੇ ਸਮੇ ਅਸੀਂ ਵੀ ਕੋਸ਼ਿਸ਼ ਕੀਤੀ ਆ ਹਰ ਜਗ੍ਹਾ ਹਰ ਜਗ੍ਹਾ ਜਿਵੇਂ ਤੁਸੀਂ ਇੰਡੀਆ ਜਾ ਕੇ ਆਇਓ ਫਾਰਮਰਜ਼ ਵਾਲਾ ਉਹ ਵੀ ਤੁਸੀਂ ਆਪਣਾ ਤਜਰਬਾ ਵੀ ਸਾਂਝਾ ਕੀਤਾ ਸੀ ਕਿ ਮੇਰੇਾ ਉੱਥੇ ਦਾ ਤੇ ਉਹ ਨਹੀਂ ਸਾਂਝਾ ਕੀਤਾ ਸੀ ਵੀ ਇੰਡੀਆ ਤੋਂ ਆ ਕੇ ਅਸੀਂ ਦਾ ਪਰੌਠੇ ਬਹੁਤ ਖਾਣ ਲੱਪੀ ਜਦੋਂ ਇੱਥੇ ਸੀਗੀ ਉਦੋਂ ਨਹੀਂ ਖਾਂਦੀ ਸੀ ਤੇ ਇਸ ਕਰਕੇ ਅਸੀਂ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਹਰ ਜਗ੍ਹਾ ਵੀ ਇੰਡੀਆ ਗਏ ਹੋ ਤੁਸੀਂ ਇੰਡੀਆ ਵੀ ਤੁਹਾਨੂੰ ਉਹਨਾਂ ਨੂੰ ਬਹੁਤ ਸਤਿਕਾਰ ਮਿਲਿਆ ਬਿਲਕੁਲ ਬਹੁਤ ਪਿਆਰ ਮਿਲਿਆ ਤੇ ਅੱਛਾ ਅਸੀਂ ਹੁਣ ਇਸ ਟੂਰ ਦੀ ਥੋੜੀ ਜੀ ਗੱਲ ਕਰਕੇ ਫਿਰ ਸਾਡੇ ਨਾਲ ਮਹਿਮਾਨ ਵੀ ਇੱਥੇ ਜੁੜਨਗੇ ਜੀ ਤੇ ਟੂਰ ਦੀ ਗੱਲ ਇਹ ਹੈਗੀ ਹੈ ਜੀ ਵੀ ਇੱਥੇ ਆਪਾਂ ਅਮਰੀਕਾ 16 ਤਰੀਕ ਤੱਕ ਹਾਂਜੀ ਮੇਰੇ ਨਾਲ ਪ੍ਰੋਗਰਾਮ ਤੇ ਅਸੀਂ ਤੁਹਾਨੂੰ ਫੀਲਡ ਦੇ ਵਿੱਚੋਂ ਦਿਖਾਵਾਂਗੇ ਔਰ ਸਾਡੇ ਦਰਸ਼ਕ ਬੜੇ ਖੁਸ਼ ਹੁੰਦੇ ਨੇ ਅੱਛਾ ਮੁੜ ਕੇ ਫੋਨ ਕਰਕੇ ਜੋ ਲਾਈਵ ਕਾਲਾਂ ਲੈਂਦੇ ਨੇ ਨਾ ਜੀ ਜੀ ਹੁਣ ਜਿਹਦਾ ਆਪਾਂ ਇੱਥੇ ਕਰ ਰਹੇ ਆ ਫੋਰਟ ਬੈਂਚ ਸ਼ੋਅ ਕਰ ਰਹੇ ਆ ਤੇ ਫਿਰ ਉਥੋਂ ਫੋਨ ਆਉਂਦਾ ਜੀ ਐਸਐਚ ਉਥੇ ਜਿਹੜਾ ਸ਼ੋਅ ਕੀਤਾ ਇਹਨਾਂ ਉਹਦਾ ਸਭ ਤੋਂ ਸਾਡੇ ਰਿਸ਼ਤੇਦਾਰ ਨੇ ਤੁਸੀਂ ਪਿੰਡੋਂ ਨੇ ਕੋਈ ਕਿਤੇ ਹੋ ਕੁਝ ਆਈ نو ਪੁਰਾਣੇ ਨਿਕਲੇ ਸਾਡੇ ਹਾਂ ਪੁਰਾਣੇ ਨਿਕਲੇ ਇਹ ਵੀ ਇੱਕ ਬੜੀ ਚੰਗੀ ਗੱਲ ਹੈ ਲੋਕਾਂ ਦਾ ਮਿਲ ਮਲਾਪ ਜਿਹੜਾ ਹੋ ਜਾਂਦਾ ਬਹੁਤ ਵਧੀਆ ਜੀ ਜੀ ਨਹੀਂ ਇੱਕ ਬਹਾਨਾ ਮਿਲ ਜਾਂਦਾ ਨਾ ਤੁਸੀਂ ਕਿਸੇ ਨਾਲ ਗੱਲ ਨਹੀਂ ਕਰ ਰਹੇ ਤੁਹਾਨੂੰ ਬਹਾਨਾ ਮਿਲਣਾ ਮੈਂ ਤਾਂ ਤੁਹਾਨੂੰ ਟੀਵੀ ਤੇ ਦੇਖਿਆ ਸੀ ਇਸ ਕਰਕੇ ਫੋਨ ਕਰ ਲਿਆ ਹੈ ਨਾ ਤੇ ਤੁਸੀਂ ਇਹ ਬਹਾਨਾ ਰੱਖ ਲਓ ਕੋਈ ਗੱਲ ਨਹੀਂ ਤੇ ਤੁਹਾਨੂੰ ਮਿਲਾਵਾਂਗੇ ਸਾਡੇ ਹੋਸਟ ਦੇ ਨਾਲ ਸਾਡੇ ਜੋ ਇੱਥੇ ਮਹਿਮਾਨ ਪਹੁੰਚੇ ਹਨ ਉਹਨਾਂ ਦੇ ਨਾਲ ਗੱਲ ਕਰਾਵਾਂਗੇ ਬਟ ਮੈਂ ਸਿਰਫ ਇੱਥੇ ਇ ਉਨੂੰ ਆ ਇਨੇ ਵਧੀਆ ਤਰੀਕੇ ਨਾਲ ਪਿਛਲੇ ਸਾਲ ਦੇ ਵਿੱਚ ਡਿਵੈਲਪ ਕੀਤਾ ਸਾਡੇ ਹੋਰ ਟੀਮ ਮੈਂਬਰਸ ਕੈਲੀਫੋਰਨੀਆ ਦੇ ਵਿੱਚ ਜਾਨ ਬਹੁਤ ਮਿਹਨਤ ਕੀਤੀ ਆ ਇਸੇ ਤਰ੍ਹਾਂ ਹੁਣ ਮਿਡ ਵੈਸਟ ਦੇ ਵਿੱਚ ਜਿਮੀ ਬਰਾਡ ਇੰਡੀਆਨਾਪੋਲਿਸ ਤੋਂ ਇੱਥੇ ਦੀ ਇਸ ਮੈਂ ਕਵਾਂਗੀ ਨੈਕ ਚਾਰਜ ਇਥੋਂ ਸਾਡੇ ਅਡਾ ਚਾਰਜ ਉਹਨੇ ਟਿਕ ਟਾਕੋਂ ਕੱਟਣਗੇ ਹੁਣ ਬਸਤੀਆਂ ਕਿਹੜੀ ਬਸ ਕਿੱਥੇ ਤੋਰਨੀ ਇੱਥੋਂ ਦੀ ਅੱਛਾ ਮੈਂ ਸੌਰੀ ਗੱਲ ਵਿੱਚ ਮਿਲ ਦਿੱਤੇ ਆ ਗਈ ਵੀ ਇੱਕ ਪ੍ਰੋਗਰਾਮ ਆਪਾਂ ਕੀਤਾ ਸੀਗਾ ਅਸੀਂ ਕੈਲੀਫੋਰਨੀਆ ਚੈਡ ਕੀਤਾ ਸੀ ਉਦੋਂ ਬਾਅਦ ਫੋਨ ਆਇਆ ਕਹਿੰਦਾ ਵੀ ਮੇਰੀ ਭਤੀਜੀ ਮੇਰੇ ਨਾਲ ਲੜੀ ਹੋਈ ਸੀ ਅੱਛਾ ਜਦੋਂ ਮਨੇ ਮੈਂ ਟੀਵੀ ਤੇ ਦੇਖਿਆ ਉਹਦੋਂ ਬਾਅਦ ਫੋਨ ਉਧਾਇਆ ਦੇਖੋ ਦੇਖੋ ਬਹਾਨਾ ਚਾਹੀਦਾ ਪਹਿਲਾਂ ਕਿਤੇ ਮੈਂ ਬੋਲਦੀ ਨਹੀਂ ਸੀ ਗੱਲ ਨਹੀਂ ਕਰਦੀ ਫਿਰ ਫੋਨ ਆਇਆ ਵੀ ਤੁਹਾਨੂੰ ਚਾਚਾ ਹੀ ਟੀਵੀ ਤੇ ਦੇਖਿਆ ਸੀ ਮੈਂ ਕਿਹਾ ਵੀ ਬੜੀ ਕਮਾੜ ਤੇ ਹੁਣ ਸਾਡੀ ਲੜਾਈ ਖਤਮ ਹਾਂਜੀ ਵੈਰੀ ਗੁੱਡ ਇਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ ਤੁਸੀਂ ਕਿੱਥੇ ਨਾ ਜਾਓ ਗੱਲ ਇਸੇ ਤਰ੍ਹਾਂ ਚੱਲ ਜਾਈ ਰਹੇਗੀ ਸਾਡੀ ਟੀਮ ਪਹੁੰਚੀ ਹੈ ਫੋਰਟ ਵੇਨ ਇੰਡੀਆਨਾ ਤੇ ਇਥੇ ਕੀ ਕੁਝ ਹੋ ਰਿਹਾ ਆਮ ਭਾਵੇਂ ਉਹ ਪੋਲਿਟੀਕਲ ਮਸਲੇ ਹੋਣ ਜਾਂ ਕੁਝ ਮਤਲਬ ਲਾਈਟਰ ਗੱਲਾਂ ਬਤਾ ਸਾਰੀ ਚੀਜ਼ ਅਸੀਂ ਨਾਲ ਇਸ ਸਪੈਸ਼ਲ ਲਾਈਵ ਪ੍ਰੋਗਰਾਮ ਦੇ ਇੱਕ ਬਾਰੀ ਫਿਰ ਰੋਡ ਟ੍ਰਿਪ ਲੇਟੁਰ ਪਈਏ ਮੈਂ ਇਸ ਟੀਮ ਦੇ ਨਾਲ ਪਸਾਰੇ ਪਹੁੰਚੇ ਹਾਂ ਫੋਰਟ ਵੇਨ ਇੰਡੀਆਨਾ ਤੇ ਜਿਸ ਤਰ੍ਹਾਂ ਤੁਹਾਨੂੰ ਵਾਦਾ ਕੀਤਾ ਸੀ ਕਿ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲੇ ਤਾਂ ਮੈਂ ਇਕੱਲੀ ਇਹਨੂੰ ਹੋਸਟ ਨਹੀਂ ਕਰੀ ਜੋ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਸਾਡੇ ਨਾਲ ਮੇਰੇ ਕੋ-ਹੋਸਟ ਜਗਤਾਰ ਸਿੰਘ ਜੱਗੀ ਜੀ ਜੱਗੀ ਜੀ ਤੁਸੀਂ ਸਾਨੂੰ ਕਿਹਾ ਸੀ ਕਿ ਕੁਝ ਸਪੈਸ਼ਲ ਮਹਿਮਾਨ ਸਾਡੇ ਨਾਲ ਜੁੜੇ ਹਨ ਤੇ ਮੈਂ ਚਾਹਾਂਗੀ ਹੁਣ ਅਪਾ ਦੋਨਾਂ ਤਾਂ ਬਥੇਰੀ ਗੱਲਾਂ ਕਰਨੀਆਂ ਹੈ ਮੈਂ ਮਹਾਰਾ ਦੇ ਨਾਲ ਗੱਲ ਕਰਦੇ ਹਾਂ ਬੜਾ ਅੱਜ ਮਾਣ ਮਹਿਸੂਸ ਹੋ ਰਿਹਾ ਮੁੱਦਾ ਦੇ ਵਿੱਚ ਮੁੱਦਾ ਦਾ ਹੋਸਟ ਕਰਨ ਨਾਲ ਔਰ ਮਹਿਮਾਨਾਂ ਦੀ ਗੱਲ ਕਰੀਏ ਤਾਂ ਇੱਥੇ ਫੋਰਟ ਵੇਨ ਜਿਹੜਾ ਸ਼ਹਿਰ ਹੈਗਾ ਇੰਡੀਆਨਾ ਦਾ ਉੱਥੇ ਅਸੀਂ ਆਏ ਆ ਤੇ ਨਾਲ ਸਾਡੇ ਬਹੁਤ ਹੀ ਵਧੀਆ ਮਹਿਮਾਨ ਜਿਹੜੇ ਕਿ ਬੜੇ ਲੰਬੇ ਸਮੇਂ ਤੋਂ ਇਸ ਸ਼ਹਿਰ ਦੇ ਵਿੱਚ ਰਹਿ ਰਹੇ ਨੇ ਔਰ ਨਾਲ ਦੀ ਨਾਲ ਲੰਬੇ ਸਮੇਂ ਤੋਂ ਲੰਬਾ ਸਮਾਂ ਨਾਲ ਗੁਰੂ ਘਰ ਦੀ ਸੇਵਾ ਕੀਤੀ ਹੈ ਕਰਨੈਲ ਸਿੰਘ ਜੀ ਸਾਡੇ ਨਾਲ ਜੁੜੇ ਨੇ ਤੇ ਜੋਗਾ ਸਿੰਘ ਜੀ ਜੁੜੇ ਨੇ ਕਰਨੈਲ ਸਿੰਘ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਤੁਹਾਡਾ ਤੁਹਾਡੀ ਸਾਰੀ ਸਮੁੱਚੀ ਟੀਮ ਦਾ ਤੁਹਾਡਾ ਵੈਲਕਮ ਹੈ ਇੱਥੇ ਫੋਰਟ ਵੇਨ ਇੰਡੀਆਨਾ ਦੇ ਵਿੱਚ ਤੇ ਥੈਂਕ ਯੂ ਜਿਮੀ ਸਾਹਿਬ ਦਾ ਵੀ ਜਿਹੜੇ ਤੁਹਾਨੂੰ ਲੈ ਕੇ ਆਇਆ ਇੱਥੇ ਸਾਡੇ ਕੋਲ ਤੇ ਥੈਂਕ ਯੂ ਜਸਪੀ ਭਾਈ ਜੀ ਜਿਨ੍ਹਾਂ ਨੇ ਸਾਰਾ ਕੁਝ ਅਰੇਂਜਮੈਂਟ ਕੀਤਾ ਅੱਜ ਜੀ ਤੇ ਸਾਰੀ ਸੰਗਤ ਨੂੰ ਜਿਹੜੀ ਵੀ ਅੱਜ ਬ੍ਰਾਡਕਾਸਟਿੰਗ ਦੇਖ ਰਹੀ ਆ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹਾਂਜੀ ਜੁਗਾ ਸਿੰਘ ਜੀ ਸਤ ਸ੍ਰੀ ਅਕਾਲ ਜੀ ਤੇ ਔਰ ਇੱਕ ਗੱਲ ਖਾਸ ਦੱਸ ਦਵਾਂ ਦਰਸ਼ਕਾਂ ਨੂੰ ਸਾਡੇ ਦੋਨੋਂ ਭਰਾ ਨੇ ਜੀ ਔਰ ਬੜਾ ਪਿਆਰ ਆ ਇਸੇ ਤਰ੍ਹਾਂ ਪਿਆਰ ਬਣਿਆ ਰਹਿਣਾ ਚਾਹੀਦਾ ਹਾਂਜੀ ਸਤ ਸ੍ਰੀ ਅਕਾਲ ਜੀ ਅਸੀਂ ਸਾਰ ਜਸ ਪੰਜਾਬੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਸਾਡਾ ਇੱਥੇ ਆ ਕੇ ਮਾਣ ਬਧਾਇਆ ਥੈਂਕ ਯੂ अच्छा ਤੁਸੀਂ ਸਵਾਲ ਕਰਨਾ ਮੈਂ ਵੈਸੇ ਮੈਂ ਤੇ ਨਾਲ ਰੇਟਸ ਵਾਸੀ ਵੀ ਸ਼ਹਿਰ ਦਾ ਨਾਮ ਬੜਾ ਵਧੀਆ ਫੋਰਟ ਵੈਨ ਇੱਥੇ ਹੈਗਾ ਇਹਹੀ ਸ਼ਹਿਰ ਕਿਉਂ ਚੁਣਿਆ ਖਾਸ ਜੀ ਕੀ ਖਾਸੀ ਤੇ ਇੱਥੇ ਦੇਖੋ ਜਿੱਥੇ ਨਹੀਂ ਜਿੱਥੇ ਕੋਈ ਆਪਣਾ ਬਿਜ਼ਨਸ ਲਿਆ ਉੱਥੇ ਰਹਿਣਾ ਸੀ ਫਿਰ ਇੱਥੇ ਦਾਣੇ ਪਾਣੀ ਲਿਖਿਆ ਪਰਮਾਤਮਾ ਨੇ ਨੀ ਤੇ ਮੈਂ ਇੱਕ ਸਵਾਲ ਕਰਦੀ ਹਾਂ ਸੋ ਜੱਗੀ ਜੀ ਤੁਹਾਡਾ ਤਾਂ ਮਤਲਬ ਜੋ ਤੁਸੀਂ ਪਹਿਲੇ ਅਮਰੀਕਾ ਆਏ ਸੀ ਤੁਸੀਂ ਹੁਣੇ ਸਾਡੀ ਗੱਲ ਚੱਲ ਰਹੀ ਸੀ ਤੁਸੀਂ ਉਸ ਬੈਚ ਵਿੱਚੋਂ ਜੋ ਸੈਕ੍ਰੀਮੈਂਟੋ ਵਾਲੇ ਪਾਸੇ ਪਹਿਲੇ ਆਏ ਸੀ ਹੈ ਨਾ ਆ ਆਪਾਂ ਬਾਕੀ ਉਸ ਬੈਚ ਹੈ ਜੋ ਨਿਊਯਾਰਕ ਪਹਿਲੇ ਸੈਟਲ ਹੋਏ ਸੀ ਰਾਈਟ ਸੋ ਕਰਨਲ ਸਿੰਘ ਜੀ ਤੁਸੀਂ ਉਹ ਨਿਊਯਾਰਕ ਵਾਲੇ ਬੈਚ ਤੋਂ ਤੇ ਮੈਂ ਚਾਹਾਂਗੀ ਥੋੜਾ ਜਿਹਾ ਸਾਨੂੰ ਉਹਦੇ ਉਸ ਸਟਾਰਟਿੰਗ ਵਾਲੇ ਦੱਸਿਓ ਜਦੋਂ ਪਹਿਲੇ ਆਏ ਸੀ ਕਿੱਦਾਂ ਨਿਊਯਾਰਕ ਦੀ ਸ਼ੁਰੂਆਤ ਹੋਈ ਨਿਊਯਾਰਕ ਤੋਂ ਇਧਰ ਆਉਣ ਦਾ ਕਾਰਨ ਨਿਊਯਾਰਕ ਵਿੱਚ ਜਦੋਂ ਅਸੀਂ ਆਏ ਆ ਉਦੋਂ ਅਸੀਂ ਸਗੇ ਇਕੱਲੇ ਇਕੱਲੇ ਸਿੰਗਲ ਬੰਦੇ ਸੀ ਨਿਊਯਾਰਕ ਜਿਹੜਾ ਇੱਕ ਸ਼ਹਿਰ ਹੈ ਉਹ ਜਿਆ ਆ ਕਿ ਨਿਊ ਕਮਰਜ਼ ਲਈ ਸੈਟਲ ਹੋਣ ਲਈ ਬਹੁਤ ਵਧੀਆ ਜਗ੍ਹਾ ਆ ਕੰਮ ਵੀ ਮਿਲਦਾ ਆ ਪੇਪਰ ਨਹੀਂ ਹੁੰਦੇ ਸਾਰਾ ਕੁਝ ਚੱਲਦਾ ਉੱਥੇ ਇੱਕ ਸਭ ਤੋਂ ਵੱਡੀ ਗੱਲ ਵੀ ਕਾਰ ਦੀ ਲੋੜ ਨਹੀਂ ਪੈਂਦੀ ਪਬਲਿਕ ਟਰਾਂਸਪੋਰਟ ਆ ਫਿਰ ਉੱਥੇ ਗੁਰੂ ਘਰ ਦੋ ਹੈਗੇ ਨੇ ਰਿਚਮੰਡ ਹਿਲ ਪੰਜਾਬੀ ਮਾਹੌਲ ਆ ਸਾਡੇ ਵੀ ਘਰ ਦੇ ਚ ਪਹਿਲੀ ਵਾਰ ਆਏ ਸੀ ਉਸ 101 ਤੋਂ ਲੈ ਕੇ ਗਏ ਉਹਨਾਂ ਨੂੰ ਗੁਰੂ ਘਰ ਜਾਣੇ ਮੱਥਾ ਟੇਕਣ ਉਹ ਕਹਿੰਦੇ ਵੀ ਆ ਅਮਰੀਕਾ ਇਹ ਤਾਂ ਜੱਗੀ ਜੀ ਜੱਗੀ ਜੀ ਲੱਗਦਾ ਤੁਹਾਨੂੰ ਬਹੁਤ ਟਾਈਮ ਹੋ ਗਿਆ ਤੁਸੀਂ ਦੋ ਗੁਰਦੁਆਰਿਆਂ ਦਾ ਮੈਂਸ਼ਨ ਕੀਤਾ ਮੈਂ ਤਾਂ ਕਵਾਂਗੀ ਰਿਚਮੈਂਡ ਹਿੱਲ ਦੇ ਉਹ ਪੰਜ ਬਲਾਕ ਰੇਡੀਏਸ ਵਿੱਚ ਪੰਜ ਗੁਰਦੁਆਰੇ ਹੁਣ ਬਣ ਚੁੱਕੇ ਐ ਬਟ ਹਾਂਜੀ ਤੁਸੀਂ ਉਸ ਤੋਂ ਉਸ ਤੋਂ ਬਾਅਦ ਚ ਫਿਰ 2001 ਦੇ ਵਿੱਚ ਪਹਿਲੀ ਵਾਰ ਮੈਂ ਇੰਡੀਆ ਨਾਲ ਆਇਆ ਸੀ ਐ ਤੁਸੀਂ ਉਹ ਜਿਹੜਾ ਵਾਟਰ ਰੇਟ ਸੈਂਟਰ ਵਾਲਾ ਹੋਇਆ ਸੀ ਹਾਦਸਾ ਉਸ ਤੋਂ ਬਾਅਦ ਕਿ ਪਹਿਲਾਂ ਉਹ ਤੋਂ ਬਾਅਦ ਚ ਆਇਆ ਸੀ ਉਹ ਤੋਂ ਬਾਅਦ ਚ ਆਇਆ ਸੀ ਤੇ ਇੱਥੇ ਆ ਕੇ ਫਿਰ ਅਸੀਂ ਥੋੜਾ ਜਿਹਾ ਮਾਹੌਲ ਚੇਂਜ ਦੇਖਿਆ ਤੇ ਉੱਥੇ ਬੱਚਿਆਂ ਦੀ ਸਟੱਡੀ ਦਾ ਵੀ ਦੇਖਦੇ ਸੀਗੇ ਤੇ ਜਦੋਂ ਆ ਕੇ ਅੰਡਿਆਂ ਨਾਲ ਦੇ ਵਿੱਚ ਦੇਖਿਆ ਤੇ ਇੱਥੇ ਨਿਊਯਾਰਕ ਦਾ ਤੇ ਉੱਥੇ ਦਾ ਕਾਫੀ ਫਰਕ ਸੀਗਾ ਤੇ ਸਾਡੀ ਕੋਸ਼ਿਸ਼ ਵੀ ਸੀਗੀ ਅਸੀਂ ਬਾਹਰ ਜਾ ਕੇ ਹੋਰ ਬਿਜ਼ਨਸ ਕਰੀਏ ਵੈਸੇ ਦੋ ਬਿਜ਼ਨਸ ਨਿਊਯਾਰਕ ਸੀਗੇ ਸਾਡੇ ਕੋਲ ਹੂੰ ਦੋ ਸਟੋਰ ਸੀ ਆਪਣੇ ਕੋਲ ਤੇ ਉਸ ਤੋਂ ਬਾਅਦ ਜ ਫਿਰ ਅਸੀਂ 2000 ਇੱਕ ਦੇ ਵਿੱਚ ਆਪਾਂ ਪਲਾਨ ਬਣਾ ਕੇ ਤੇ ਵੀ ਅਸੀਂ ਕੋਸ਼ਿਸ਼ ਕੀਤੀ ਵੀ ਅਸੀਂ ਸਭ ਤੋਂ ਪਹਿਲਾਂ ਆ ਕੇ ਇੰਡੀਆ ਨੈਪਲਸ ਆਲਮੋਸਟ 6-7 ਮਹੀਨੇ ਇਹ ਜਿਮੀ ਬਰਾਡੋਂ ਦੇ ਸ਼ਹਿਰ ਦੇ ਵਿੱਚ ਘੁੰਮ ਫਿਰ ਕੇ ਸੀ ਗੁਜ਼ਾਰੇ ਸਾਡੇ ਇਤਿਆਰ ਦੋਸ ਸੀਗੇ ਤੇ ਉਸ ਤੋਂ ਬਾਅਦ ਚ ਜਦੋਂ ਉੱਥੇ ਸਾਡਾ ਕੋਈ ਬਿਜ਼ਨਸ ਦਾ ਗੱਲ ਨਹੀਂ ਬਣੀ ਤੇ ਫਿਰ ਰਿਪੋਰਟ ਬਣਾ ਗਏ ਇੱਥੇ ਆ ਕੇ ਬਸ ਇੱਕ ਸਟੇਸ਼ਨ ਲਿਆ ਸਟੇਸ਼ਨ ਲਿਆ ਤੇ ਫਿਰ ਉਸ ਤੋਂ ਬਾਅਦ ਚ ਚਲੋ ਚੱਲਦੇ ਚੱਲਦੇ ਅੱਜ ਤੱਕ ਬੜੀ ਮਹਾਰਾਜ ਨੇ ਕਿਰਪਾ ਕੀਤੀ ਜੀ ਹਾਂਜੀ ਕਈ ਬਿਜ਼ਨਸ ਬਣ ਗਏ ਫਿਰ ਹਾਂਜੀ ਤੇ ਬੱਚੇ ਵੀ ਪੜ ਗਏ ਜੀ ਬੇਟੀ ਮੇਰੀ ਬੜੀ ਡਾਕਟਰ ਆ ਅੱਛਾ ਜੀ ਜੀ ਬੇਟਾ ਮੇਰਾ ਸੈਕੰਡ ਈਅਰ ਕਾਲਜ ਦੇ ਵਿੱਚ ਆ ਠੀਕ ਹੈ ਇੱਕ ਤੁਸੀਂ ਕਿਹਾ ਵੀ ਫਰਕ ਬਹੁਤ ਮਹਿਸੂਸ ਹੋਇਆ ਜਿਹੜਾ ਬੰਦਾ ਨਿਊਯਾਰਕ ਤੋਂ ਇੱਧਰ ਆਉਂਦਾ ਉਹਦਾ ਛੇਤੀ ਕਿਤੇ ਦਿਲ ਨਹੀਂ ਲੱਗਦਾ ਖਾਸ ਤੌਰ ਤੇ ਅਸੀਂ ਬੱਚਿਆਂ ਦੀ ਗੱਲ ਕਰੀਏ ਫਰਕ ਤੁਹਾਨੂੰ ਚੰਗਾ ਲੱਗਿਆ ਕਿ ਮਾੜਾ ਲੱਗਿਆ ਫਰਕ ਦਾ ਚੰਗਾ ਲੱਗਿਆ ਸੀ ਚੰਗਾ ਲੱਗਿਆ ਖੁੱਲੀ ਜਗ੍ਹਾ ਮੈਨੂੰ ਬੜਾ ਸੀ ਕਿਉਂਕਿ ਇੱਥੇ ਉੱਥੇ ਅਸੀਂ ਜਿਹੜਾ ਛੋਟੇ-ਛੋਟੇ ਅਪਾਰਟਮੈਂਟ ਜਿਹੜੇ ਸੀ ਇੱਥੇ ਆ ਕੇ ਜਿਹੜੇ ਕਿਹਾ ਸੀ ਅਸੀਂ ਵੱਡੇ-ਵੱਡੇ ਘਰਾਂ ਦੇ ਉਹਨੇ ਰੈਂਟ ਦੇ ਵਿੱਚ ਹਾਂਜੀ ਹਾਂਜੀ ਸੋ ਹੁਣ ਬੜੀ ਮਹਾਰਾਜ ਦੀ ਕਿਰਪਾ ਬੜੇ ਬਹੁਤ ਵਧੀਆ ਦਿਨ ਨੂੰ گزارਾ ਹੋ ਰਿਹਾ ਹੈ ਜੀ ਹਾਂਜੀ ਜੀ ਹਾਂਜੀ ਜੋਗੇ ਸਿੰਘ ਜੀ ਤੁਸੀਂ ਥੋੜੇ ਜੇ ਚੁੱਪਚੁਪ ਬੈਠੇ ਆਪਾਂ ਮਤਲਬ ਤੁਸੀਂ ਤੁਹਾਡਾ ਕੀ ਕਾਰੋਬਾਰ ਸਾਡੀ ਇਕੱਠੇ ਹੀ ਸਾਡਾ ਇਕੱਠੇ ਕਾਰੋਬਾਰ ਹੈ ਜੇ ਦੋ ਹੀ ਭਰਾ ਆ ਜੋਇੰਟ ਫੈਮਿਲੀ ਹੈ ਸਾਡੀ ਸਾਡੀਆਂ ਵਾਈਫਾਂ ਵੀ ਦੋ ਹੀ ਭੈਣਾਂ ਨੇ ਅੱਛਾ ਵਾਹ ਜੀ ਵਾਹ ਇਕੱਠੇ ਰਹਿੰਦੇ ਹੋ ਪਹਿਲਾਂ ਤੁਸੀਂ ਇਹ ਦੋਨੋਂ ਪੜਣਾ ਹੁਣ ਦਾ ਵਾਈਫ ਫਾਇਦਾ ਕਿ ਨੁਕਸਾਨ ਸਾਨੂੰ ਵੈਸੇ ਬਹੁਤ ਫਾਇਦਾ ਹੋਇਆ ਹਾਂਜੀ ਸਾਨੂੰ ਬਹੁਤ ਫਾਇਦਾ ਹੋਇਆ ਇਸ ਚੀਜ਼ ਦਾ ਕਿਉਂਕਿ ਅੱਜ ਤੱਕ ਮੇਰੇ ਖਿਆਲ ਨਾਲ 30 32 ਸਾਲ ਹੋ ਗਏ ਮੇਰੀ ਮੈਰਿਜ ਹੋਏ ਨੂੰ ਜੀ ਅੱਜ ਤੱਕ ਕੋਈ ਕੋਈ țeṛ-pheṛ ਨਹੀਂ ਹੋਈ ਘਰ ਦੇ ਵਿੱਚ ਵੈਸੇ ਮੈਂ ਛੋਟਾ ਐ ਵੱਡਾ ਮੇਰਾ ਵੀ ਪਹਿਲਾਂ ਹੋਏ ਦਾ ਬਾਅਦ ਚ ਹੋਇਆ ਮੈਂ ਤੁਸੀਂ ਵਿਚੋਲੇ ਬਣੇ ਇਹਨਾਂ ਦੇ بس ਇਧਰ ਰੱਖ ਲਓ ਮੈਂ ਅਮਰੀਕਾ ਸੀ ਇੰਡੀਆ ਸੀ اچھا ਨਹੀਂ ਨਹੀਂ ਚਲੋ ਵਧੀਆ ਇਹ ਇਹੋ ਜਿਹਾ ਮੈਂ ਸਮਝਦਾ ਮੈਂ ਸਮਝਦਾ ਜਿਹੜੇ ਘਰਾਂ ਦੇ ਵਿੱਚ ਇਹ ਇਤਫਾਕ ਹੈਗਾ ਹਾਂਜੀ ਭਰਾਵਾਂ ਦੇ ਵਿੱਚ ਮੈਨਾਂ ਦੇ ਵਿੱਚ ਉਹਦੇ ਨਾਲ ਦੀ ਰੀਸ ਨਹੀਂ ਇਹਨੂੰ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦੀ ਆ ਕਿ ਅਗਰ ਆਪਾਂ ਨਿਊਯਾਰਕ ਜਾਂ ਇੰਡੀਆ ਇਹਨਾਂ ਦੀ ਗੱਲ ਕਰਦੇ ਆ ਹਮੇਸ਼ਾ ਕੰਪੈਰੀசன் ਸਾਡਾ ਚੱਲਦਾ ਰਹਿੰਦਾ ਬਟ ਮੈਂ ਕਹਾਂਗੀ ਇੱਕ ਸਿੰਪਲ ਚੀਜ਼ ਸਾਨੂੰ ਸਾਰਿਆਂ ਨੂੰ ਮੰਨ ਹੀ ਪੈਣੀ ਹੈ ਕਿ ਜਿੱਦਾਂ ਦੀ ਜੁਆਇੰਟ ਫੈਮਲੀਆਂ ਇੱਥੇ ਰਹਿੰਦੀਆਂ ਆ ਭਾ ਅੱਜ ਵੀ ਦੇਖਿਆ ਹੈ ਨਾ ਕੈਲਮਜ਼ੂ ਉਸ ਤਰ੍ਹਾਂ ਜੁਆਇੰੰਟ ਫੈਮਲੀ ਉੱਥੇ ਰੱਖਣਾ ਕਿੰਨਾ ਔਖਾ ਹੈ ਚਾਹੋ ਵੀ ਨਹੀਂ ਤင်းੇ रह ਸਕਦੇ ਹੈਨਾ ਤੇ ਇੱਥੇ ਉਹ ਮਾਹੌਲ ਇਹਦੇ ਵਿੱਚ ਰੀਜ਼ਨ ਇਹ ਵੀ ਹੈਗਾ ਕਿ ਉੱਥੇ ਘਰ ਬਹੁਤ ਛੋਟੇ ਆ ਜੇ ਹੁਣ ਘਰ ਜਾ ਕੇ ਤੁਸੀਂ ਲੌਂਗਰ ਲੈਣ ਲੱਗੇ ਅਪੋਰਟ ਕਰਨਾ ਬੜਾ ਮੁਸ਼ਕਲ ਹਾਂਜੀ ਬਿਲਕੁਲ ਹਾਂਜੀ ਟੋਲ ਹੀ ਮਾਰ ਜਾਂਦੇ ਜੀ ਉੱਥੇ ਤੇ ਇੱਥੇ ਹੁਣ ਜੇ ਅਸੀਂ ਦੇਖਦੇ ਆਂ ਇੱਥੇ ਆਮ 5 6 ਬੈੱਡਰੂਮ ਘਰ ਬੰਦੇ ਲੱਖ ਸਾਰੇ ਬੈਠਿਆ ਹਾਂ ਹਾਂਜੀ ਹਾਂਜੀ ਤੇ ਹੁਣ ਚਲੋ ਮਹਾਰਾਜ ਦੀ ਕਿਰਪਾ ਸੀ ਅਸੀਂ ਹੋਰ ਘਰ ਵੱਡਾ ਬਣਾਇਆ ਖੇਤਾਂ ਦੇ ਵਿੱਚ ਅੱਛਾ ਜੀ ਹੁਣ ਦਿਖਾਤਾ ਤੁਹਾਨੂੰ ਦਿੰਦੇ ਆ ਪਰ ਤੁਸੀਂ ਟਾਈਮ ਨਹੀਂ ਦਿੱਤਾ ਵੀ ਅਸੀਂ ਦੁਬਾਰਾ ਆਵਾਂਗੇ ਜੀ ਜ਼ਰੂਰ ਪਤਾ ਨਹੀਂ ਕੀ ਟਾਈਮ अच्छा ਨਾਲ ਮੈਨੂੰ ਲੱਗਦਾ ਰੀਅਲ ਅਸਟੇਟ ਦਾ ਵੀ ਤੁਸੀਂ ਕਹਿੰਦੇ ਰੀਅਲ ਅਸਟੇਟ ਦਾ ਅੱਜਕੱਲ ਕੀ ਪੂਰਾ ਬਾਕੀ ਸਾਰੇ ਕੰਮ तकरीबन तकरीबन ਲੋਕਾਂ ਦੇ ਬੰਦ ਹੋ ਗਏ ਸੀਗੇ ਰੀਅਲ ਅਸਟੇਟ ਦਾ ਕਿਹੋ ਜਿਹਾ ਕੰਮ ਰਿਹਾ ਜਿਹੜਾ ਜਿਹਦਾ ਕਿ ਪਹਿਲਾਂ ਨਾਲੋਂ ਵੀ ਕਈ ਗੁਣਾ ਜ਼ਿਆਦਾ ਉੱਭਰ ਕੇ ਸਾਹਮਣੇ ਆਇਆ ਮੈਂ ਕੈਲੀਫੋਰਨੀਆ ਨਿਊਯਾਰਕ ਦੀ ਗੱਲ ਕਰਦਾ ਇੱਥੇ ਵੀ ਸੇਮ ਹਾਲ ਹੈ ਇੱਥੇ ਵਧਿਆ ਹੈ ਰੀਅਲ ਸੇਟ ਦਾ ਕੰਮ ਵਧਿਆ ਹੈ ਜੀ ਕੋਵਿਡ ਦੌਰਾਨ ਮੇਰੇ ਖਿਆਲ ਨਾਲ ਉਹਨੂੰ ਫਰਕ ਨਹੀਂ ਪਿਆ ਹੋ ਸਕੋ ਜ਼ਿਆਦਾ ਉੱਪਰ ਗਿਆ ਹੈ ਨੇ ਕੁਝ ਕੋਈ ਫਰਕ ਨਹੀਂ ਪਿਆ ਸੋ ਮ ਵਧੀਆ ਰਿਹਾ ਰੀਅਲ ਏਸਟੇਟ ਦਾ ਕੰਮ ਵਧੀਆ ਰਿਹਾ ਤੇ ਅਗਰ ਜਦੋਂ ਤੁਸੀਂ ਰੀਅਲ ਏਸਟੇਟ ਦੀ ਗੱਲ ਕਰਦੇ ਹੋ ਥੋੜਾ ਜਿਹਾ ਆਪਣਾ ਐਕਸਪੀਰੀਅੰਸ ਵੀ ਦੱਸ ਦਿਓ ਅਨ ਜਦੋਂ ਤੁਸੀਂ ਕਹਿੰਦੇ ਹੋ ਵਧੀਆ ਮਤਲਬ ਕਮਰਸ਼ੀਅਲ ਜਾਂ ਪ੍ਰਾਈਵੇਟ ਰੈਜ਼ੀਡੈਂਸ਼ੀਅਲ ਲਾਈਕ ਕਿਸ ਪਾਸੇ ਤੁਸੀਂ ਕੀ ਦੇਖਿਆ ਬਿਜ਼ਨਸ ਵਿੱਚ ਵੀ ਆ ਬਿਜ਼ਨਸ ਵੀ ਹੁਣ ਆਪਣੀਆਂ ਪ੍ਰਾਪਰਟੀਆਂ ਲਈ ਗੈਸਟ੍ਰੀਨ ਬਿਲਡ ਕੀਤੇ ਆ ਉਹ ਵੀ ਬੜੇ ਵਧੀਆ ਰਹੇ ਆ ਤੇ ਰੈਂਟਲ ਹਾਊਸ ਵੀ ਲਾਏ ਹੋਇਆ ਅੱਛਾ ਜੀ ਉਹ ਵੀ ਵਧੀਆ ਚੱਲ ਰਹੇ ਆ ਤੇ ਵੈਸੇ ਲੈਂਡ ਵੀ ਲਈ ਹੋਈ ਆ ਅੱਛਾ ਜੀ ਹਾਂਜੀ ਵਾਇ ਗੁਰੂ ਦੀ ਮਤਲਬ ਪੂਰੀ ਕਿਰਪਾ ਹਾਂਜੀ ਲੈਂਡ ਵੀ ਹੈਗੀ ਆ 150 ਏਕੜ ਲੈ ਕੇ ਰੱਖਿਆ ਆ ਅੱਛਾ ਜੀ ਹਾਂਜੀ ਉਹ ਉਹ ਵੀ ਵਧੀਆ ਹੀ ਹੋਏਗਾ ਜੀ ਚੜਦੀ ਕਲਾ ਆਨਾਂ ਦੇ ਦਿਨਾਂ ਦੇ ਵਿੱਚ ਜਿਹੜੀ ਦਿਨ ਪਰ ਦਿਨ ਵੱਧ ਰਹੀ ਆ ਕੁਝ ਨਾ ਕੁਝ ਛੱਡ ਕੇ ਜਾਏਗੀ ਸਹੀ ਗੱਲ ਹੈ ਜੀ ਤੇ ਹਾਂਜੀ ਹਾਂਜੀ ਇੱਕ ਸਵਾਲ ਮੈਂ ਪੁੱਛਣਾ ਥੋੜਾ ਸੰਜੀਦਾ ਸਵਾਲ ਹੈ ਵੈਸੇ ਮੇਰੇ ਮੂੰਹ ਜੱਟਣਾ ਨਹੀਂ ਪਰ ਸਵਾਲ ਉਹ ਪੂਰੀ ਦੁਨੀਆ ਦੇ ਵਾਸਤੇ ਹੈਗਾ ਇੱਕ ਪੂਰੀ ਦੁਨੀਆ ਚ ਬੈਠੀ ਸੰਗਤ ਜਿੰਨੀ ਸਾਡੀ ਉਹਦਾ ਵਾਸਤੇ ਸੁਨੇਹਾ ਜਿਹੜੇ ਸਾਡੇ ਗੁਰੂ ਘਰ ਨੇ ਅਸੀਂ ਪੂਰੀ ਦੁਨੀਆ ਦੇ ਵਿੱਚ ਕੀ ਉਹ ਸਹੀ ਸਨੇਹਾ ਦੇ ਰਹੇ ਨੇ ਜੇ ਗੁਰੂ ਨਾਨਕ ਦੇਵ ਜੀ ਦਾ ਕੋਈ ਉਪਦੇਸ਼ ਜਿਹੜਾ ਹੈਗਾ ਜਾਂ ਸਾਡੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈਗੀ ਆ ਕੀ ਗੁਰੂ ਘਰ ਸਹੀ ਸਿੱਖਿਆ ਦੇ ਰਹੇ ਨੇ ਆਪਾਂ ਕਿਸੇ ਇੱਕ ਗੁਰੂ ਘਰ ਦੀ ਗੱਲ ਨਹੀਂ ਕਰਦੇ ਓਵਰ ਆਲ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਹੈ ਕਿ ਗੁਰੂ ਸਾਹਿਬ ਤਾਂ ਸਿੱਖਿਆ ਸਹੀ ਦੇ ਰਹੇ ਆ ਜੋ ਗੁਰੂ ਸਾਹਿਬ ਕਹਿੰਦੇ ਆ ਉਹ ਤਾਂ ਸਿੱਖਿਆ ਸਹੀ ਦੇ ਰਹੇ ਆ ਲੇਕਿਨ ਜਿਹੜੇ ਲੈਣੇ ਵਾਲੇ ਮੂਹਰੇ ਬੈਠੇ ਉਹਨਾਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਨਾ ਨਹੀਂ ਗੁਰੂ ਸਾਹਿਬ ਸਹੀ ਦੇ ਰਹੇ ਨੇ ਅਸੀਂ ਗੱਲ ਕਰ ਰਹੇ ਸਾਡੇ ਜਿਹੜੇ ਗੁਰੂ ਘਰਾਂ ਦੇ ਅਸੀਂ ਪ੍ਰਬੰਧਕ ਕਹ ਲਈਏ ਚੈਕ ਕਮੇਟੀਆਂ ਕਹਿ ਲਈਏ ਉਹਨਾਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਵਿੱਚ ਹੁਣ ਥੋੜੀ ਮੈਂ ਹੁਣ 100% ਤਾਂ ਨਹੀਂ ਕਹਿ ਸਕਦਾ ਲੇਕਿਨ ਗੜਬੜ ਹੈ ਜੀ ਕਿਉਂਕਿ ਜਿਹੜੀ ਹੋਮੇ ਮਾਰੀ ਨਹੀਂ ਜਾ ਸਕਦੀ ਠੀਕ ਹੈ ਜੀ ਗੁਰੂ ਘਰਾਂ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਟ੍ਰਬਲ ਕਿਸ ਚੀਜ਼ ਦੀ ਆ ਸਿਰਫ ਹੋਮੇ ਦੀ ਟ੍ਰਬਲ ਆ ਪ੍ਰਧਾਨ ਜੀ ਪ੍ਰਧਾਨਗੀ ਰੱਖ ਲਓ ਜਾਂ ਹੋਮੇ ਰੱਖ ਲਓ ਪ੍ਰਧਾਨ ਕੇ ਹੀ ਬੰਨਣਾ ਵੀ ਨਹੀਂ ਚਾਹੁੰਦੇ ਹੁੰਦੇ ਕਿਸੇ ਨੂੰ ਬੰਨ ਵੀ ਨਹੀਂ ਦੇਣਾ ਚਾਹੁੰਦੇ ਹੁੰਦੇ ਆਮਕਰਨ ਸਿੰਘ ਜੀ ਇਹ ਸ਼ਾਇਦ ਰੰਦਾ ਹੈ ਨਾ ਕਿ ਮੈਨੂੰ ਹੁੰਦਾ ਕਿ ਮੇਰੀ ਆਪ ਦੀ ਉਮਰ ਦੇ ਹੋਰ ਗੁਰਦੁਆਰਿਆਂ ਦੇ ਨਾਲ ਜੁੜਨ ਹੈ ਨਾ ਤੇ ਜੋ ਇਹ ਜੱਗੀ ਜੀ ਤੁਹਾਨੂੰ ਸਵਾਲ ਪੁੱਛਿਆ ਇਹਦਾ ਕਿ ਇੰਪੈਕਟ ਯੂਥ ਤੇ ਹੁੰਦਾ ਹੈ ਜੋ ਅਗਲੀ ਪੀੜ੍ਹੀ ਉਹ ਗੁਰਦੁਆਰਿਆਂ ਨਾਲ ਜੁੜਦੀ ਹੈ ਨਹੀਂ ਜੁੜਦੀ ਇਸ ਚੀਜ਼ ਦਾ ਕਿਸ ਤਰ੍ਹਾਂ ਦਾ ਇੰਪੈਕਟ ਹੁੰਦਾ ਹੈ ਇੰਪੈਕਟ ਇਸ ਤਰ੍ਹਾਂ ਵੀ ਮਾਹੌਲ ਗੁਰੂ ਘਰ ਦਾ ਬਹੁਤ ਡਿਪੈਂਡ ਕਰਦਾ ਮਾਹੌਲ ਦੇ ਉੱਤੇ ਜੀ ਤੇ ਗੁਰੂ ਘਰ ਦਾ ਮਾਹੌਲ ਕਿਹੋ ਜਿਹਾ ਜਾਂ ਉੱਥੇ ਜਿਹੜੇ ਪ੍ਰੀਚਰ ਆ ਜਾਂ ਆਪਣੇ ਗੁਰੂ ਗ੍ਰੰਥੀ ਹਾਂ ਜੀ ਉਹਨਾਂ ਦਾ ਕੀ ਹਿਸਾਬ ਕਿਤਾਬ ਹੈਗਾ ਕਿਸ ਤਰ੍ਹਾਂ ਉਹ ਪ੍ਰੀਚ ਕਰਦੇ ਕਿਸ ਤਰ੍ਹਾਂ ਉਹ ਲੋਕਾਂ ਨੂੰ ਜੋੜਦੇ ਆ ਹੂੰ ਠੀਕ ਹੈ ਜੀ ਤੇ ਹੁਣ ਇਸ ਟਾਈਮ ਜਿਹੜਾ ਸਭ ਕੁਝ ਕਮਰਸ਼ੀਅਲ ਹੋ ਚੁੱਕਿਆ ਆ ਜੈਸੇ ਇਹ ਕਹੀਏ ਕੋਈ ਕੋਈ ਵੀ ਗ੍ਰਾਂਥੀ ਨਿਸ਼ਕਾਮ ਸੇਵਾ ਕਰਦਾ ਕੋਈ ਨਹੀਂ ਕਰਦਾ ਹੂੰ ਇਸ ਟਾਈਮ ਜੋ ਵੀ ਚੱਲ ਰਿਹਾ ਆ ਤੁਸੀਂ ਕਿਸੇ ਗੁਰੂ ਘਰ ਵਿੱਚ ਚੱਲੋ ਜਿਨ੍ਹਾਂ ਨੂੰ ਵੀ ਗੁਰੂ ਘਰਾਂ ਦੇ ਵਿੱਚੋਂ ਗੁਰੂ ਘਰਾਂ ਵਾਲਿਆਂ ਨੇ ਪੱਕੇ ਕਰਵਾਇਆ ਸਭ ਕੁਝ ਕਰਾਇਆ ਉਹ ਟਰੱਕ ਦੇ ਡਰਾਈਵਰ ਹੀ ਬਣਿਆ ਉਹ ਆਪਰੇਟਰ ਨਹੀਂ ਰਹੇ ਉਹ ਸੇਵਾ ਨਹੀਂ ਉਹਨਾਂ ਨੂੰ ਪਹਿਲਾਂ ਫਿਰ ਆਪਣਾ ਜਿਹੜਾ ਕਮਰਸ਼ੀਅਲੀ ਹੋ ਗਿਆ ਵੀ ਰੱਖ ਟਾਈਮ ਐਸੇ ਹੈ ਨਾ ਚਲੋ ਕੁਝ ਇੱਕ ਇਹੋ ਜਿਹੇ ਬੰਦੇ ਵੀ ਹੈਗੇ ਆ ਸਾਨੂੰ ਮਿਲੇ ਵੀ ਆ ਅੱਜ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਦਾ ਆਪਣਾ ਸਿਧਾਂਤ ਹੈਗਾ ਉਹਨਾਂ ਦਾ ਅਫੈਕਟ ਹੈਗਾ ਆ ਜੇ ਆਪਾਂ ਗੱਲ ਕਰਦੇ ਆਂ ਅਸੀਂ ਅੱਜ ਤੱਕ ਬਾਣੀ ਨਾਲ ਜੁੜੇ ਹੋਏ ਆਂ ਬੜੀ ਮਹਾਰਾਜ ਨੇ ਕਿਰਪਾ ਕੀਤੀ ਹੋਈ ਆ ਜੀ ਸਮਾ ਚੰਗਾ ਮਾੜਾ ਹਰ ਕੰਸਾਨ ਤੇ ਆਂਦਾ ਲੇਕਿਨ ਇਹ ਆ ਕਿ ਚੰਗਾ ਮਾੜਾ ਜਿਹੜਾ ਸਮਾ ਉਹਦੇ ਵਿੱਚ ਮਾੜਾ ਦਾ ਨਾਮ ਨਹੀਂ ਭੁੱਲਿਆ ਨਾ ਉਹ ਮਾੜੇ ਨੂੰ ਵੀ ਚੰਗਾ ਬਣਾ ਦਿੰਦਾ ਕਰਨੈਲ ਸਿੰਘ ਜੀ ਤੁਹਾਡੇ ਸਵਾਲ ਦੇ ਵਿੱਚੋਂ ਇੱਕ ਸਵਾਲ ਹੈਗਾ ਆਪਾਂ ਕਿਸੇ ਕੰਟਰੋਵਰਸੀ ਨਾ ਕਿਸੇ ਨੂੰ ਆਪਾਂ ਕਿਸੇ ਦਾ ਨਾਮ ਲੈ ਕੇ ਗੱਲ ਕਰਕੇ ਗੱਲ ਕਰਦੇ ਆ ਅਸੀਂ ਗਰੰਥੀ ਸਿੰਘਾਂ ਦੀ ਗੱਲ ਕੀਤੀ ਕਿ ਉਹ ਨਿਸ਼ਕਾਮ ਸੇਵਾ ਨਹੀਂ ਕਰਦੇ ਪਰ ਅਸੀਂ ਵੈਸੇ ਗੁਰੂ ਘਰਾਂ ਦੀ ਬਹੁਤ ਸਾਰੇ ਗੁਰੂ ਘਰ ਮੈਸੇਜ ਜਾਣਦਾ ਉਹ ਕਹਿੰਦੇ ਕਿ ਜੀ ਅਸੀਂ 10000 ਦਾ ਪਟਾਕੇ ਚਲਾਉਂਦੇ ਦਿਵਾਲੀ ਦੇ ਅਸੀਂ 20000 ਦਾ ਆਹ ਕਰਤਾ ਅਸੀਂ 2 ਲੱਖ ਰੁਪਈਆ ਲਾਤਾ ਜੀ ਹੁਣ ਨਵੇਂ ਬਾਥਰੂਮ ਬਣਾਤੇ ਤੇ ਜਦੋਂ ਗਰੰਥੀ ਸਿੰਘਾਂ ਦੀ ਤਨਖਾਹ ਦੀ ਜਾਂ ਸੇਵਾ ਦੀ ਗੱਲ ਆਉਂਦੀ ਹੈ ਉਦੋਂ ਉਦੋਂ ਮਤਲਬ ਕੁਝ ਇੱਕ ਕ੍ਰਾਂਤੀਆਂ ਉਦੋਂ ਹੱਥ ਘੋਟਦੇ ਨੇ ਇਹਦਾ ਕੀ ਕਾਰਨ ਕਿ ਅਸੀਂ ਗੁਰੂ ਘਰ ਦੇ ਵਜ਼ੀਰ ਕਹਿੰਨੇ ਉਹਨਾਂ ਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਗੁਰੂ ਘਰ ਦੇ ਵਜ਼ੀਰਾਂ ਨੂੰ ਖੁਸ਼ ਰੱਖੀਏ ਤੇ ਇਹੀ ਕਾਰਨ ਲੱਗਦਾ ਤੁਹਾਨੂੰ ਵੀ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਉਹ ਟਰੱਕ ਡਰਾਈਵਰ ਚਲਾਉਣ ਵਾਸਤੇ ਮਜਬੂਰ ਹੋ ਜਾਂਦੇ ਆ ਮਜਬੂਰ ਹੋ ਜਾਂਦੇ ਆ ਕੁਝ ਹੱਦ ਤੱਕ ਇਹ ਵੀ ਹੈਗਾ ਕਿਉਂਕਿ ਜਦੋਂ ਨਵੇਂ ਨਵੇਂ ਅਸੀਂ ਵੀ ਸਟੈਬਲਿਸ਼ ਹੁੰਨੇ ਆ ਗੁਰੂ ਘਰ ਬਣਾਉਣੇ ਆ ਤੇ ਸਾਡੇ ਕੋਲ ਇਨੀ ਇਨਕਮ ਨਹੀਂ ਹੁੰਦੀ ਲੇਕਿਨ ਜਦੋਂ ਗੁਰੂ ਘਰ ਸਟੈਬਲਿਸ਼ ਹੋ ਜਾਂਦਾ ਤਾਂ ਉਹਨਾਂ ਦੀ ਵੀ ਸੈਲਰੀ ਵਧਣੀ ਚਾਹੀਦੀ ਆ ਉਹਨਾਂ ਨੂੰ ਉੰਨੀ ਕ ਸੈਲਰੀ ਜ਼ਰੂਰ ਮਿਲਣੀ ਚਾਹੀਦੀ ਕਿ ਉਹ ਆਪਣੇ ਬੱਚੇ ਚੰਗੀ ਤਰ੍ਹਾਂ ਪੜਾ ਸਕਣ ਆਪਣੇ ਆਪ ਨੂੰ ਚੰਗੀ ਤਰ੍ਹਾਂ ਲਿਵ ਕਰ ਸਕਣ ਆ ਆਖਰੀ ਸਵਾਲ ਗੁਰੂ ਘਰ ਨਾਲ ਸੰਬੰਧਿਤ ਹੈਗਾ ਇੱਥੇ ਦੀ ਸ਼ਾਇਦ ਨਹੀਂ ਇਹ ਸਮੱਸਿਆ ਹੋएगी ਕੈਨੇਡਾ ਦੀ ਵੱਡੀ ਸਮੱਸਿਆ ਹੈਗੀ ਵੱਡੇ ਸ਼ਹਿਰਾਂ ਦੀ ਨਿਊਯਾਰਕ ਦੀ ਵੱਡੀ ਸਮੱਸਿਆ ਹੈਗੀ ਜਿਹੜੇ ਗੁਰੂ ਘਰਾਂ ਦੇ ਕੋਰਟਾਂ ਵਿੱਚ ਕੇਸ ਚੱਲਦੇ ਨੇ ਲੱਖਾਂ ਕਮਾਈ ਜਿਹੜੇ ਸੰਗਤ ਦੀ ਚੜਾਵਾ ਹੈਗਾ ਉਹ ਕੋਟਾਂ ਜਾਂਦਾ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਤਾਂ ਕਿ ਇਹੋ ਜਿਹੀਆਂ ਨੌਬਤਾਂ ਜਿਹੜੀਆਂ ਆ ਗਈਆਂ ਆ ਗਈਆਂ ਅੱਗੇ ਨਾ ਹੋਣ ਦੇਖੋ ਇਹ ਜੁੜਾ ਗੁਰੂ ਘਰਾਂ ਦੇ ਵਿੱਚ ਕੋਟਾਂ ਦੇ ਵਿੱਚ ਪੈਸਾ ਲੱਗਦਾ ਹੈ ਸੰਗਤ ਦਾ ਹੀ ਪੈਸਾ ਹੈ। ਹਾਂਜੀ ਸੰਗਤ ਦੇ ਪੈਸੇ ਨੂੰ ਚੰਗੀ ਜਗ੍ਹਾ ਲਾਣਾ ਚਾਹੀਦਾ ਚੰਗੇ ਪਾਸੇ ਲਾਣਾ ਚਾਹੀਦਾ ਹੈ ਨਾ ਕਿ ਕੋਟਾਂ ਦੇ ਵਿੱਚ। ਬੈਟਰ ਉੱਥੇ ਗੱਲ ਮੁੱਕ ਜਾਂਦੀ ਆ ਕਿ ਕਿ ਜੇ ਆਪਣੀ ਹੌਮੇ ਨੂੰ ਪੱਠੇ ਨਾ ਪਾਏ ਜਾਣ ਤੁਸੀਂ ਛੱਡ ਕੇ ਪਰੇ ਹੋ ਜਾਓ। ਲਓ ਭਾਈ ਜੇ ਦੀ ਖੁਸ਼ੀ ਆ ਕਿ ਚਲਾ ਲਓ ਕਰ ਲਓ। ਜੀ ਪ੍ਰਧਾਨ ਨਹੀਂ ਚਾਹੀਦੀ ਸੇਵਾ ਚਾਹੀਦੀ ਸੇਵਾ ਚਾਹੀਦੀ ਜੀ ਬਿਲਕੁਲ ਸੇਵਾ ਕਰੋ ਜਿੰਨੀ ਜਰ ਹੁੰਦੀ ਹੈ ਜੇ ਭਾਈ ਤੋ ਦੇ ਹੀ ਚੰਗਾ ਲੱਗਦਾ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਸੇਵਾ ਵੀ ਆਪ ਲੈ ਲਓ ਹਾਂਜੀ ਕਿਉਂਕਿ ਇੱਧਰ ਪੈਸੇ ਦੀ ਪ੍ਰੋਬਲਮ ਕਿਸੇ ਨੂੰ ਨਹੀਂ ਹੈਗੀ ਜੀ ਸਿਰਫ ਚੌਧਰੀ ਦੀ ਪ੍ਰੋਬਲਮ ਹੈ ਪ੍ਰਧਾਨਗੀ ਸ਼ਬਦ ਹੀ ਐਸਾ ਕਰਨੈਲ ਸਿੰਘ ਜੀ ਜੇ ਅਸੀਂ ਤੁਰੇ ਤੁਰੇ ਜਾਂਦੇ ਪੰਜਾਬ ਦੇ ਵਿੱਚ ਕਿਤੇ ਸੜਕ ਤੇ ਆਵਾਜ਼ ਮਾਰਦੀ ਪ੍ਰਧਾਨ ਜੀ ਘਟ ਘਟ 20 ਗੱਡੀਆਂ ਦੀ ਬ੍ਰੇਕ ਲੱਗ ਜਾਂਦੀ ਮੈਨੂੰ ਆਵਾਜ਼ ਮਾਰੀ ਹੋਣੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਬ੍ਰੇਕ ਲੱਗ ਬੜਾ ਇੱਥੇ ਇੱਥੇ ਯੂ نو ਆਮ ਜਾਣਦੇ ਨੇ ਆਫਕੋਰਸ ਇਹ ਤਜੋਬਾਰੇ ਆ ਖਾਸ ਕਰਕੇ ਗੁਰਦੁਆਰਿਆਂ ਦੇ ਵਿੱਚ ਇੱਥੇ ਦੇ ਗੁਰਦੁਆਰੇ ਦੇ ਵਿੱਚ ਉਹਦੀ ਗੱਲ ਮੈਂ ਹੋਰ ਗਹਿਰਾਈ ਦੇ ਨਾਲ ਕਰਨਾ ਚਾਹਾਂਗੀ ਬਟ ਅੱਜ ਉਹ ਟਾਈਮ ਨਹੀਂ ਹੈ ਤੇ ਜ਼ਰੂਰ ਵਾਪਸ ਆ ਕੇ ਤੁਹਾਡੇ ਨਾਲ ਇਸ ਵਿਸ਼ੇ ਤੇ ਜ਼ਰੂਰ ਆਮ ਹੋ ਡਿਸਕਸ਼ਨ ਕਰਾਂਗੇ ਕਿ ਹੱਲ ਹੋ ਸਕਦਾ ਹੈ ਇਸ ਸਿਚੁਏਸ਼ਨ ਦਾ ਕਿਉਂਕਿ ਜੋ ਤੁਹਾਡੀ ਇੱਥੇ ਸਿਚੁਏਸ਼ਨ ਹੈਗੀ ਉਹ ਹਰ ਇੱਕ ਗੁਰਦੁਆਰੇ ਦੇ ਵਿੱਚ ਜੋ ਇਸ ਵੇਲੇ ਵਸਿਆ ਹੋਇਆ ਐ ਅਬ੍ਰਾਡ ਦੇ ਵਿੱਚ ਉਹ ਕਿਸੇ ਨਾ ਕਿਸੇ ਥਾਂ ਤੇ ਉਹ ਮਹਿਸੂਸ ਕਰ ਰਹੇ ਬਟ ਜਿਸ ਤਰ੍ਹਾਂ ਜਗਜੀ ਨੇ ਕਿਹਾ ਆ ਗਿਆ ਸਮਾਂ ਬ੍ਰੇਕ ਦਾ ਤੁਸੀਂ ਕਿਥੇ ਨਾ ਜਾਓ ਗੱਲ ਇਸ ਤਰ੍ਹਾਂ ਚੱਲ ਜਾਈ ਰਹੇਗੀ ਟੀਮ ਸਾਡੀ ਪਹੁੰਚੀ ਹੈ ਫੋਰਟ ਵੇਨ ਇੰਡੀਆਨਾ ਤੇ ਜੋ ਸਾਡੇ ਗ੍ਰੇਸ਼ੀਅਸ ਹੋਸਟਸ ਹਨ ਉਹਨਾਂ ਨਾਲ ਵੀ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਬਾਰੀ ਫਿਰ ਸਾਰਿਆਂ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਤੇ ਪਹੁੰਚੇ ਆਂ ਫੋਰਟ ਵੇਨ ਇੰਡੀਆਨਾ ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਸਾਡਾ ਪਹਿਲਾ ਰੋਡ ਟ੍ਰਿਪ ਪੋਸਟ ਕੋਵਿਡ ਸ਼ੁਕਰ ਹੈ ਵਾਇਗਰੂ ਦੀ ਮੇਰੇ ਕਿ ਆਪਾ ਲਿਕਲੇ ਆ ਤੁਹਾਡੇ ਸ਼ਹਿਰ ਪਹੁੰਚੇ ਆ ਤੇ ਆਪਾ ਪਹੁੰਚਣਾ ਵੀ ਹੈ ਤੁਸੀਂ ਸਾਨੂੰ ਸਾਧ ਸਕਦੇ ਹੋ ਸਾਡੀ ਮਿਡ ਵੈਸਟ ਦੀ ਜੋ ਨਵੀਂ ਟੀਮ ਜਿਮੀ ਬਰਾੜ ਜੀ ਲੀਡ ਕਰ ਰਹੀ ਹੈ ਤੇ ਉਹਨਾਂ ਦੇ ਨਾਲ ਆਪਾਂ ਕਹਿ ਸਕਦੇ ਆ ਉਹਨਾਂ ਦੀ ਇਨੈਗੂਰੇਸ਼ਨ ਲਈ ਪੂਰੀ ਟੀਮ ਪਹੁੰਚੀ ਹੈ ਕੈਲੀਫੋਰਨੀਆ ਤੋਂ ਵੀ ਨਿਊਯਾਰਕ ਤੋਂ ਵੀ ਜਿੱਥੇ ਕੈਲੀਫੋਰਨੀਆ ਦੀ ਗੱਲ ਆਉਂਦੀ ਹੈ ਮੇਰੇ ਨਾਲ ਕੋ-ਹੋਸਟ ਅੱਜ ਕਰ ਰਿਹਾ ਜਗਤਾਰ ਸਿੰਘ ਜੱਗੀ ਜੀ ਜੀ ਮੈਂ ਕਿਨ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਸੀਗਾ ਵੀ ਵੈਕਸੀਨ ਲਵਾ ਕੇ ਆਏ ਆ ਅਸੀਂ ਹਾਂ ਟੀਕਾ ਲੱਗ ਰਿਹਾ ਸਾਡੇ ਹਾਂ ਕੋਈ ਸਮੱਸਿਆ ਨਹੀਂ ਹੈ ਔਰ ਬਹੁਤ ਸਾਰੇ ਲੋਕ ਇਹ ਡਰਦੇ ਉਹਨਾਂ ਨੂੰ ਅਸੀਂ ਲਾਈਵ ਪ੍ਰੋਗਰਾਮ ਦੇ ਵਿੱਚ ਵੀ ਬੇਨਤੀ ਕਰਦੇ ਰਹਿੰਦਾ ਕਿ ਹੁਣ ਤਾਂ ਤਕਰੀਬਨ ਤਕਰੀਬਨ ਬਹੁਤ ਸਾਰੇ ਸਟੇਟਸ ਕਹਦੇ ਵੀ 18 ਸਾਲ ਤੋਂ ਉੱਪਰ ਦਾ ਜਿਹੜਾ ਬੰਦਾ ਹੈਗਾ ਅਪਾਇੰਟਮੈਂਟ ਬਣਾਓ ਜੀ 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 ਤੇ ਟੀਕਾ ਲਵਾਓ ਮੈਂ ਤਾਂ ਇਹ ਵੀ ਕਹਿਣਾ ਚਾਹੁੰਦੀ ਆ ਕਿ ਅਗਰ ਕੋਈ ਸਾਨੂੰ ਨਿਊ ਜਰਸੀ ਵੇਖ ਰਿਹਾ ਸਾਨੂੰ ਅੱਜ ਖਬਰ ਪਤਾ ਲੱਗੀ ਨੀ ਜਰਸੀ ਹੁਣ ਤੁਹਾਨੂੰ ਅਪਾਇੰਟਮੈਂਟ ਬਣਾਉਣ ਦੀ ਵੀ ਲੋੜ ਨਹੀਂ ਹੈ ਉੱਥੇ ਜੋ ਵੱਡੇ ਸੈਂਟਰਸ ਹਨ ਤੁਸੀਂ ਵਾਕ ਇਨ ਜਾ ਸਕਦੇ ਹੋ ਇਹਦੀ ਜਾਣਕਾਰੀ ਅਗਰ ਤੁਹਾਨੂੰ ਚਾਹੀਦੀ ਤੁਸੀਂ ਜ਼ਰੂਰ ਸਾਡੇ ਤੋਂ ਪੁੱਛ ਸਕਦੇ ਹੋ ਇੱਕ ਚੀਜ਼ ਹੋਰ ਜਿਹੜੀ ਮੈਂ ਨੋਟ ਕੀਤੀ ਹੈ ਕਿ ਜਿੱਦਾਂ ਇੱਕ ਬੰਦੇ ਦੀ ਅਪਾਇੰਟਮੈਂਟ ਮੇਰੀ ਕੱਲੀ ਆ ਕੱਲੇ ਦੀ ਤਾਂ ਅਸੀਂ ਜੇ ਕਹਾਂ ਫੈਮਿ ਉਹਨਾਂ ਨੇ ਉਸੇ ਪੁੱਛਣਾ ਵੀ ਨਾ ਲੱਗੀ ਵੈਕਸੀਨ ਪੂਰਨ ਕਹਿੰਦੇ ਨਹੀਂ ਲੱਗੀ ਨਹੀਂ ਅਜੇ ਪੁਆਇੰਟ ਬਣਾਈ ਨਹੀਂ ਉਹਨਾਂ ਨੇ ਨਾਲ ਦੀ ਨਾਲ ਹੀ ਉਥੇ ਰਜਿਸਟ੍ਰੇਸ਼ਨ ਕਰਕੇ ਵਾਹ ਨਾਲ ਦੀ ਨਾਲ ਹੀ ਰਜਿਸਟ੍ਰੇਸ਼ਨ ਕਰਕੇ ਨਾਲ-ਨਾਲ ਸਾਰਿਆਂ ਦੇ ਵੈਕਸੀਨ ਲਾ ਦਿੰਦੇ ਆ ਸੋ ਬੇਨਤੀ ਇਹ ਹੀ ਆ ਵੀ ਸਾਰੇ ਜਣੇ ਜ਼ਰੂਰ ਇਹ ਵੈਕਸੀਨ ਲਵਾਓ ਜਿੰਨੀ ਜਦੀ ਤੁਸੀਂ ਲਗਾਓਗੇ ਉਨੀ ਖੇਤੀ ਮਤਲਬ ਅੱppa ਜੀ ਤਾਂ ਕਹਿੰਦੇ ਨੇ ਨਾ ਬੈਕ ਟੂ ਨਾਰਮਲ ਹੋ ਸਕਦੇ ਆ ਆਪਣੇ ਪਰਿਵਾਰਾਂ ਦੇ ਨਾਲ ਆਪਣੀ ਕਮਿਊਨਿਟੀ ਦੇ ਨਾਲ ਮਿਲ ਲੈ ਕਰਨੇ ਵਿਸਾਖੀ ਦਾ ਟਾਈਮ ਆ ਰਿਹਾ ਹੈ ਦੇਖੋ ਜੀ ਬਾਈਡਨ ਸਾਹਿਬ ਕਹਿੰਦੇ ਆ ਵੀ 4th ਜੁਲਾਈ ਐਤੀ ਪਹਿਲਾ ਵਾਂਗੂ ਨਹੀਂ ਆ ਸੋ ਪਹਿਲਾ ਵਾਂਗੂ ਤਾਂ ਹੀ ਮੈਨੂੰ 4th ਜੁਲਾਈ ਦੇ ਸਾਰੇ ਲਲ ਮਿਲ ਕੇ ਬਿਲਕੁਲ ਆਈ ਐਗਰੀ ਉਹਨਾਂ ਦੇ ਮੂੰਹ ਚੀ ਸ਼ੱਕਰ ਆਮ ਸੋ ਜਗੀ ਜੀ ਯੂ نو ਸਭ ਤੋਂ ਪਹਿਲੇ ਤਾਂ ਸਾਡਾ ਇੱਥੇ ਜੋ ਜਿੱਥੇ ਆਪਾਂ ਸ਼ੋਅ ਕਰ ਰਹੇ ਆ ਆਮ ਉਹਨਾਂ ਦਾ ਥੈਂਕ ਯੂ ਕਰਨਾ ਬੰਦਾ ਹੈ ਸੋ ਮੈਨੂੰ ਹੁਣ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੋ ਸਾਡੇ ਇੱਥ ਉਹਨਾਂ ਨੂੰ ਤੁਹਾਡੇ ਨਾਲ ਮਿਲਾ ਕੇ ਉਹਨਾਂ ਦੇ ਨਾਲ ਥੋੜੀ ਜੀ ਗੱਲ ਕਰਦੇ ਸੋ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਜੈਸੀ ਸਿੰਘ ਜੀ ਆਮ ਸਭ ਤੋਂ ਪਹਿਲੇ ਜੈਸੀ ਜੀ ਥੈਂਕ ਯੂ ਐਂਡ ਤੁਹਾਡਾ ਸੌਗਤ ਪ੍ਰੋਗਰਾਮ ਦੇ ਵਿੱਚ ਆ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਜੱਸ ਪੰਜਾਬੀ ਦੀ ਟੀਮ ਦਾ ਜੱਗੀ ਜੀ ਅਸ਼ਮਿਤਾ ਜੀ ਤੁਸੀਂ ਤੇ ਜਿਮੀ ਭਾਜੀ ਜਿਮੀ ਬਰਾੜ ਜੀ ਇਹ ਵੀ ਨਾਲ ਪਲੱਸ ਤੋਂ ਸਾਡੇ ਬੜੇ ਪੁਰਾਣੇ ਦੋਸਤ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਕਰਕੇ ਅ ਅੱਜ ਆਪਾਂ ਇੱਥੇ ਰਣ ਮੈਦਾਨ ਮਿਲ ਕੇ ਬੈਠੇ ਆ ਤੇ ਗੱਲਬਾਤ ਕਰ ਰਹੇ ਆ ਤੇ ਉਸ ਤੋਂ ਬਾਅਦ ਜਿੰਨੇ ਵੀ ਚਸ ਪੰਜਾਬੀ ਦੇ ਦਰਸ਼ਕ ਆ ਸਾਡੇ ਦੋਸਤ ਮਿੱਤਰ ਜੋ ਵੀ ਸਾਰੇ ਇਸ ਵੀਡੀਓ ਵਿੱਚ ਕਰ ਰਹੇ ਆ ਸਾਰਿਆਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਜੀ ਤੁਸੀਂ ਯੂ نو ਇਥੇ ਇਸ ਕਮਿਊਨਿਟੀ ਦੇ ਵਿੱਚ ਕਾਫੀ ਪੁਰਾਣੇ ਸਮੇਂ ਤੋਂ ਆਏ ਹੋ ਆ ਤੁਹਾਡੀ ਵੀ ਜਰਨੀ ਕਾਫੀਆਂ ਦੀ ਤਰ੍ਹਾਂ ਹੈ ਨਾ ਸ਼ੁਰੂ ਹੋਈ ਪਹਿਲੇ ਤੁਸੀਂ ਇੱਕ ਪਾਸੇ ਰਹਿੰਦੇ ਸੀ ਆ ਸੋ ਇਥੇ ਫੋਰਟ ਵੇਨ ਦੇ ਇਸ ਸ਼ਹਿਰ ਦੇ ਵਿੱਚ ਕਿੱਦਾਂ ਤੁਹਾਡੀ ਸ਼ੁਰੂਆਤ ਹੋਈ ਆ ਐਕਚੁਅਲੀ ਮੈਂ ਪਹਿਲਾਂ ਇੰਡੀਆਨ ਐਪਲਸ ਜਿਮੀ ਭਾਜੀ ਉਹਨਾਂ ਦੇ ਸ਼ਹਿਰ ਵਿੱਚ ਰਹਿੰਦਾ ਸੀਗਾ ਤੇ ਉੱਥੇ ਆਪੋ ਆਪਣੇ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕੀਤੇ ਤੇ ਜਦੋਂ ਥੋੜੀ ਜਿਹੀ ਕੰਜائش ਹੋ ਗਈ ਤੇ ਬਿਜ਼ਨਸ ਦੀ ਭਾਲ ਦੇ ਵਿੱਚ ਜਦੋਂ ਆਏ ਤੇ ਫਿਰ ਮੇਰਾ رابطہ ਇਤੇ ਫੂਡ ਵੇਨ ਕਰਨੈਲ ਸਿੰਘ ਉਹਨਾਂ ਭਾਜੀ ਉਹਨਾਂ ਨਾਲ ਹੋਇਆ ਤੇ ਫਿਰ ਇੱਥੇ ਅਸੀਂ ਬਿਜ਼ਨਸ ਆ ਕੇ ਮੈਂ ਬਿਜ਼ਨਸ ਬਾਏ ਕਰ ਲਿਆ ਇਹਨਾਂ ਦੇ ਨਾਲ ਤੇ ਇਸ ਤਰ੍ਹਾਂ ਹੀ ਬਸ ਬਿਜ਼ਨਸ ਤੇ ਪਲੱਸ ਗੁੱਡ ਲੀਵਿੰਗ ਦੇ ਤੌਰ ਤੇ ਜਦੋਂ ਸ਼ਹਿਰ ਵਧੀਆ ਸੀਗਾ ਦੇਖਿਆ ਕਿ ਫੈਮਿਲੀ ਵੀ ਬਣਦੀਆਂ ਕੱਲ ਨੂੰ ਤੇ ਵਧੀਆ ਸ਼ਹਿਰ ਚ ਰਹਿਣ ਦਾ ਫਾਇਦਾ ਤੇ ਬਸ ਫੋਟੋ ਵੀ ਲਾਈਕ ਕੀਤਾ ਜੀ ਇਸ ਨਾਲ ਇਸ ਤੋਂ ਪਹਿਲਾਂ ਕਿ ਤੁਸੀਂ ਇਹਨਾਂ ਦੀ ਸੰਸਥਾ ਬਾਰੇ ਗੱਲ ਸ਼ੁਰੂ ਕਰਾਂ ਉਹ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਨੇ ਬੜਾ ਵਧੀਆ ਲੱਗ ਰਿਹਾ ਇਹਨਾਂ ਨਾਲ ਗੱਲ ਕਰਕੇ ਮੈਂ ਥੋੜਾ ਨਾਮ ਦਾ ਕਨਫਿਊਜ਼ਨ ਦੂਰ ਕਰਨਾ ਚਾਹੁੰਦਾ ਜੈਸੀ ਜੇ ਸਿੰਘ ਹੈ ਮਤਲਬ ਇਹ ਕੀ ਕਿ ਹੈਗਾ ਪੂਰਾ ਨਾਮ ਕੀ ਹੈ ਹਾਂਜੀ ਜਿੱਦਾਂ ਮੇਰਾ ਨਾਮ ਜੀ ਹੈਗਾ ਜਸਵੀਰ ਸਿੰਘ ਤੇ ਜਸਵੀਰ ਸਿੰਘ ਤੁਹਾਨੂੰ ਪਤਾ ਹੀ ਆ ਕਿ ਜਸਵੀਰ ਜਸਵਿੰਦਰ ਅਮਰੀਕਾ ਆ ਕੇ ਜੈਸੇ ਹੀ ਹੁੰਦੇ ਆ ਨਾਰਮਲੀ ਤੇ ਉਸੇ ਬਿਹਾ ਦੇ ਵਿੱਚ ਮੈਂ ਵੀ ਜੈਸੇ ਹੋ ਗਿਆ ਤੇ ਉਸ ਤੋਂ ਅੱਗੇ ਜੇ ਮੇਰਾ ਜਸਵੀਰ ਦਾ ਤੇ ਜੱਸੀ ਮੇਰਾ ਨਿਕਨੇ ਆ ਤੇ ਜੱਸੀ ਜਸਵੀਰ ਸਿੰਘ ਔਰ ਬੜੀ ਚੰਗੀ ਗੱਲ ਇਹ ਆ ਕਿ ਤੁਸੀਂ ਸਿੰਘ ਨਾਲ ਲਾਇਆ ਜੇ ਜੈਸੀ ਨਹੀਂ ਰੱਖਿਆ ਔਰ ਇਹ ਸਿੰਘ ਸਾਡੀ ਅਸੀਂ ਹੁਣ ਬਸ ਇੱਕ ਬਹੁਤ ਚੰਗੀ ਗੱਲ ਇਹ ਹੈ ਕਿ ਅੱਜਕੱਲ ਨਿਆਣਿਆਂ ਦੇ ਗਾਂ ਨਾਂ ਜਿਹੜੇ ਸਿੰਘ ਰੱਖਣ ਲੱਪੇ ਪੁਰਾਣੇ ਨਾਮ ਸ਼ੁਰੂ ਆ ਗਏ ਅਦਰਵਾਇਜ਼ ਮੈਂ ਕਲਾਕਾਰਾਂ ਨੂੰ ਸਵਾਲ ਕਰਦਾ ਹੁੰਦਾ ਵੀ ਹੁਣ ਜੋ ਤੁਸੀਂ ਸਿੰਘ ਕੱਟਦੇ ਵਿੱਚੋਂ ਮੈਂ ਵੀ ਕੱਟਦਾ ਸੀ ਪਹਿਲਾਂ ਮੇਰੇ ਨਾਂ ਵੀ ਜਗਤਾਰ ਸਿੰਘ ਜੱਗੀ ਜੇ ਜਿਕਤਾਰ ਜੱਗੀ ਚੱਲਦਾ ਸਾਰੇ ਹੁਣ ਜਦੋਂ ਮਹਿਸੂਸ ਕੀਤਾ ਵੀ ਸਿੰਘ ਜੇ ਅਸੀਂ ਕੱਢੀ ਜਾਂਨੇ ਆ ਆਪਦੇ ਨਾਂ ਦੇ ਵਿੱਚ ਉਹ ਤਾਂ ਗਾਂ ਆਉਣ ਵਾਲੇ ਬੱਚੇ ਕੀ ਕਰਨਗੇ ਸੋ ਇਹ ਮੈਂ ਇੱਕ ਮੁਹਿੰਮ ਵੀ ਚਲਾਈ ਸੀਗੀ ਲਾਈਵ ਟੀਵੀ ਦੇ ਉੱਪਰ ਸਾਰਿਆਂ ਨੂੰ ਕਿਹਾ ਸੀ ਵੀ ਦਾਸ ਅਸੀ ਸਿੰਘ ਵਾਪਸ ਦੇ ਬਹੁਤ ਸਾਰੇ ਲੋਕਾਂ ਨੇ ਨਾਲ ਸਿੰਘ ਨਾਂ ਲਾਉਣੇ ਸ਼ੁਰੂ ਕਰ ਦਿੱਤੀ ਸੋ ਇਹ ਤਾਂ ਇਹ ਵੀ ਗੱਲ ਬੰਦੀ ਐ ਮੈਨੂੰ ਪਤਾ ਤੁਸੀਂ ਇਸੇ ਪਾਸੇ ਗੱਲ ਨੂੰ ਲੈ ਕੇ ਜਾਓਗੇ ਪਰ ਜਦੋਂ ਆਪਾਂ ਖਾਸ ਕਰਕੇ ਆਮ ਇਨ ਮੁਲਕਾ ਦੇ ਵਿੱਚ ਰਹਿੰਦੇ ਆ ਸਾਡੀ ਆਈਡੈਂਟੀਟੀ ਸਿਰਫ ਸਾਡੇ ਚਿਹਰੇ ਸਾਡੇ ਪੱਗ ਦੇ ਨਾਂ ਸਾਡੇ ਧਰਮ ਸਾਡੀ ਵੈਲਿਊਜ਼ ਦੇ ਨਾਲ ਪਰ ਸਾਡੇ ਨਾਂ ਦੇ ਨਾਲ ਸਭ ਤੋਂ ਪਹਿਲਾਂ ਤਾਂ ਲੋਕੀ ਸਾਡਾ ਨਾਂ ਦੇਖਦੇ ਤੁਸੀਂ ਔਰ ਉਹ ਤੁਸੀਂ ਸਿੰਘ ਉਹ ਪਛਾਣ ਤੁਹਾਡੀ ਇੱਕਦਮ ਦੇਖੀ ਜਾਂਦੀ ਹੈ ਬਾਕੀਆਂ ਤੋਂ ਹਾਂਜੀ ਅ ਇਸ ਤਰ੍ਹਾਂ ਜਿਦਾ ਪਹਿਲਾਂ ਮੈਂ ਸੈਜਦਾਰੀ ਸਿੱਖ ਸੀ ਜੀ ਤੇ ਸਿੱਖੀ ਤਾਂ ਚਲੋ ਹੁਣ ਆਪ ਨੂੰ ਆਪਾਂ ਨੂੰ ਜਨਮ ਤੋਂ ਮਿਲੀ ਆ ਹਮ ਪਰ ਸਿੱਖੀ ਅ ਜਨਮ ਤੋਂ ਵੀ ਨਹੀਂ ਮਿਲ ਸਕਦੀ ਆਪਾਂ ਨੂੰ ਅਪਣਾਣੀ ਪੈਂਦੀ ਆ ਤੇ ਇਹ ਜੇ ਆਪਾਂ ਵਿਚਾਰਾਂ ਦੇ ਨਾਲ ਅਪਣਾਈਏ ਤਾਂ ਫਿਰ ਇਹ ਦਸਤਾਰਾਂ ਦਾ ਤੇ ਜੋ ਕੇਸ ਆ ਸਾਡੇ ਖੁੱਲੇ ਦਾੜਿਆਂ ਦਾ ਤਾਂ ਹੀ ਫਾਇਦਾ ਜੇ ਵਿਚਾਰ ਵੀ ਹੋਊ ਵਿਚਾਰ ਵੀ ਹੋਊ ਅ ਗੁਰੂ ਸਾਹਿਬ ਦੀ ਕਿਰਪਾ ਆ ਕਿ ਵਿਚਾਰ ਸਾਡੇ ਉਹੀ ਰਹੇ ਜਿਹੜੇ ਹੋਣੇ ਚਾਹੀਦੇ ਸੀਗੇ ਤੇ ਮੇਰੇ ਬਹੁਤ ਸਾਰੇ ਦੋਸਤ ਜਿਹੜੇ ਪੂਰੇ ਗੁਰਸੇਖ ਆ ਉਹਨਾਂ ਨੂੰ ਪਤਾ ਆ ਉਹ ਸ਼ਾਇਦ ਦੇਖਣਗੇ ਵੀ ਮੈਨੂੰ ਜਾਂ ਹੁਣ ਵੀ ਦੇਖਦੇ ਹੋਣੇ ਆ ਮੇਰੀ ਪਹਿਲਾਂ ਤੋਂ ਹੀ ਆ ਜਦੋਂ ਤੁਸੀਂ ਕਹਿੰਦੇ ਆ ਕਿ ਕਮਿਸ਼ਨ ਤੋਂ ਸ਼ੁਰੂ ਕੀਤਾ ਸੀਗਾ ਤੇ ਇਸ ਤਰ੍ਹਾਂ ਹੀ ਮੇਰਾ ਵੀ ਪਹਿਲਾ ਤੋਂ ਮਿਸ਼ਨ ਹੈਗਾ ਇਹੀ ਮੈਂ ਔਰ ਆਲਵੇਜ਼ ਆਪਣੇ ਇਨਫਲੂਐਂਸ ਦੇ ਵਿੱਚ ਪ੍ਰੀਚ ਕਰਦਾ ਕਿ ਭਾਈ ਆਪਾਂ ਨੂੰ ਸਿੰਘ ਹੀ ਰਹਿਣਾ ਚਾਹੀਦਾ ਆਪਾਂ ਨੂੰ ਜੋ ਵੀ ਲਾਸਟ ਨਾ ਆਇਆ ਜਿਹੜੇ ਉਹ ਨਹੀਂ ਵਰਤਣਾ ਚਾਹੀਦੀ ਹਾਂਜੀ ਮੈਂ ਥੋੜੀ ਜਿਹੀ ਦਸਤਾਰ ਦੀ ਵੀ ਗੱਲ ਕਰ ਲਈਏ ਦਸਤਾਰ ਮੈਂ ਵੀ ਹੁਣ ਮੈਂ ਪਹਿਲਾਂ ਵਿੱਚ ਜੇ ਛੱਡਤੀ ਸੀ ਕਿ ਹੁਣ ਮੈਂ ਬੰਨਦਾ ਪ੍ਰੋਗਰਾਮ ਦੇ ਵਿੱਚ ਤਾਂ ਕਾਲ ਤੌਰ ਤੇ ਇਹ ਦਸਤਾਰ ਦਾ ਕੀ ਫਾਇਦਾ ਇੱਕ ਕੋਈ ਕਹਿੰਦੇ ਸਾਊਥ ਦਾ ਸੀ ਕੋਈ ਬਹੁਤ ਵੱਡਾ ਲੀਡਰ ਕੋਈ ਤੇ ਪੀਏ ਉਹਦਾ ਸੀ ਕੋਈ ਸਰਦਾਰ ਜੀ ਦਸਤਾਰ ਜਉਂਦੇ ਸੀ ਉਹ ਬਾਹਰ ਕਿਤੇ ਬਹੁਤ ਵੱਡੀ ਕਾਨਫਰੰਸ ਤੇ ਗਏ ਤੇ ਉਹਨੂੰ ਕੋਈ ਪੁੱਛੇ ਨਾ ਕਿ ਮਿਸਟਰ ਸਿੰਘ ਹਾਊ ਆਰ ਯੂ ਜਿਹੜੇ ਕਿ ਉਹ ਕਿਤੇ ਗਏ ਜਿਹਦੇ ਕੋਈ ਗਏ ਸੀ ਉਹਨੇ ਵੀ ਕਿ ਮਿਸਟਰ ਸਿੰਘ ਹਾਊ ਆਰ ਯੂ ਉਹ ਕਹਿੰਦਾ ਯਾਰ ਮੈਂ ਮੰਤਰੀ ਮੈਂ ਐਡਾ ਵੱਡਾ ਵੀ ਤੈਨੂੰ ਕਿੱਦਾਂ ਜਾਣਦੇ ਹੋ ਕਹਿੰਦਾ ਮੈਨੂੰ ਨਹੀਂ ਜਾਣਦੇ ਆ ਜੋ ਮੇਰੇ ਸਿਰ ਤੇ ਆ ਉਹਦੀ ਰਿਸਪੈਕਟ ਹੈ ਉਹਦੀ ਹਾਂ ਹਾਂਜੀ ਹੁਣ ਆਪਾਂ ਸੰਸਤਾ ਬਾਰੇ ਜ਼ਰੂਰ ਇਹਦੀ ਗੱਲ ਕਰੀਏ ਜੀ ਸੋ ਤੁਸੀਂ ਆਮ ਯੂ ਨੋ ਇਸ ਗੱਲ ਤੋਂ ਸ਼ੁਰੂ ਹੋਣ ਤੋਂ ਪਹਿਲੇ ਮੈਂ ਇਥੇ ਇਹ ਜ਼ਰੂਰ ਕਹਿਣਾ ਚਾਹੁੰਦੀ ਆ ਆਮ ਕਿ ਜਦੋਂ ਸਿੱਖਾਂ ਦੀ ਤੇ ਸਿੱਖ ਧਰਮ ਦੀ ਜਾਂ ਜੋ ਸਾਡੀ ਵੈਲਿਊਜ਼ ਹਨ ਉਹਦੀ ਗੱਲ ਹੁੰਦੀ ਹੈ ਹਨਾ ਦੋ ਤਰਫੀ ਗੱਲ ਹੁੰਦੀ ਹੈ ਇੱਕ ਤਾਂ ਹੁੰਦੀ ਹੈ ਆਪ ਹੈਨਾ ਆਪਾਂ ਆਪਣੇ ਆਪ ਆਪਣੇ ਯੂ ਨੋ ਪ੍ਰਾਈਵੇਟ ਹੋਮਸ ਦੇ ਵਿੱਚ ਆਪਣੇ ਗੁਰਦੁਆਰਿਆਂ ਦੇ ਵਿੱਚ ਆਪਣੇ ਦੋਸਤਾਂ ਫੈਮਿਲੀ ਦੇ ਨਾਲ ਗੱਲ ਕਰਦੇ ਆਂ ਅਗਲੀ ਪੀੜ੍ਹੀ ਦੇ ਬੈਨੀਫਿਟ ਲਈ ਰਾਈਟ ਬਟ ਮੈਂ ਤਾਂ ਇਹ ਅੱਜ ਕਹਿ ਰਹੀ ਹਾਂ ਕਿ ਉਸ ਤੋਂ ਇੰਪੋਰਟੈਂਟ ਜਦੋਂ ਇਸ ਚੀਜ਼ ਦੀ ਗੱਲ ਦੂਜਿਆਂ ਨਾਲ ਹੁੰਦੀ ਹੈ ਨਾਨ ਇੰਡੀਅਨ ਨਾਨ ਸਿਕ ਉਹਦਾ ਕੀ ਫਾਇਦਾ ਕਾਸ ਕਰਕੇ ਜਦੋਂ ਆਪਾਂ ਰਹਿੰਦੇ ਆ ਨਿਊਯਾਰਕ ਕੈਲੀਫੋਰਨੀਆ ਤਾਂ ਬਥੇਰੇ ਸਾਡੀ ਕਮਿਊਨਿਟੀ ਜੰਮਦੀ ਹੈ ਹੈਨਾ ਉਥੇ ਤਾਂ ਉਹਨਾਂ ਨੂੰ ਪਤਾ ਲੱਗ ਹੀ ਜਾਂਦਾ ਹੈ ਪਰ ਜਿਦਾ ਤੁਸੀਂ ਇੱਥੇ ਰਹਿ ਰਹੇ ਹੋ ਇੰਡੀਆਨਾ ਹੈਨਾ ਇਹ ਨਾ ਕਿ ਇੰਡੀਆਨੈਪੋਲਿਸ ਜਿੱਥੇ ਵੱਧੂ ਹੈ ਬਟ ਫੋਰਟਵੇ ਇੰਜ ਜਿੱਥੇ ਛੋਟੀ ਜੀ ਕਮਿਊਨਿਟੀ ਹੈ ਉਥੇ ਕਿੰਨੀ ਕ ਵੈਲਿਊ ਹੈ ਇਸ ਤਰ੍ਹਾਂ ਦੇ ਕੰਮ ਦੀ ਇਸ ਤਰ੍ਹਾਂ ਦੀ ਸੰਸਥਾ ਦੀ ਤੇ ਜੋ ਕੰਮ ਤੁਸੀਂ ਕਰੇ ਉਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦੀ ਹਾਂ ਬਟ ਮੈਨੂੰ ਲੱਗਦਾ ਇੱਥੇ ਇੱਕ ਛੋਟੀ ਜੀ ਬ੍ਰੇਕ ਲੈ ਲੈਂਦੇ ਆ ਸੰਸਥਾ ਦਾ ਜਿਹਨਾਂ ਦਾ ਦੱਸਦੀ ਹੈ ਇੰਡੀਆਨਾ ਸਿੱਖ ਆਊਟਰੀਚ ਜੀ ਐਂਡ ਯਾਨਾ ਸਿੱਖ ਆਊਟਰੀਚ ਮਿਸ਼ਨ ਅਸੀਂ ਜਦੋਂ ਪੈਂਡੇ ਪੈਂਡੈਮਿਕ ਸ਼ੁਰੂ ਹੋਇਆ ਹਾਂਜੀ ਉਹ ਉਦੋਂ ਇਹਦੀ ਡੋੜ ਮਹਿਸੂਸ ਕੀਤੀ ਲੋਕਾਂ ਦੀ ਆਪਣੀ ਭਲਾਈ ਦੇ ਲਈ ਕੋਈ ਸਿੱਖਾਂ ਵੱਲੋਂ ਕੋਈ ਸਿੱਖ ਕਮਿਊਨਿਟੀ ਵੱਲੋਂ ਕੋਈ ਇਨੀਸ਼ੀਏਟਿਵ ਹੋਣਾ ਚਾਹੀਦਾ ਸੀ ਜਿਹਦੀ ਕਿ ਬਹੁਤ ਜ਼ਰੂਰਤ ਸੀ ਤੇ ਇਸ ਕਰਕੇ ਅਸੀਂ ਤੇ ਮੇਰੇ ਦੋ ਤਿੰਨ ਹੋਰ ਜਿਹੜੇ ਖਾਸ ਮੇਰੇ ਫਰੈਂਡ ਆ ਅਸੀਂ ਨਾਲ ਕੇ ਸ਼ੁਰੂ ਕੀਤਾ ਤੇ ਇਸ ਵੇਲੇ ਕਮਿਊਨਿਟੀ ਦੇ ਵਿੱਚ ਸਾਡੇ ਸਾਹ ਫੋਰ ਵੀ ਜਿਹੜੇ ਪਾਈਵੰਦਿਆ ਜੀ ਪੂਰਾ ਸਾਡੇ ਨਾਲ ਸਾਥ ਦੇ ਰਹੇ ਹਨ ਇਹਨਾਂ ਨੇ ਕੀ ਕੀ ਕੰਮ ਕੀਤੇ ਨੇ ਔਰ ਕਿਸਾਨ ਅੰਦੋਲਨ ਦੇ ਵਿੱਚ ਵੀ ਬੜਾ ਵੱਡਾ ਯੋਗਦਾਨ ਰਿਹਾ ਇਸ ਸੰਸਥਾ ਦਾ ਇਹ ਫਿਰ ਅਸੀਂ ਸਾਡੇ ਦਰਸ਼ਕ ਜਿਹੜੇ ਇਸ ਨਾਲ ਜੁੜੇ ਰਹੋ ਅੱਜ ਕੀ ਬ੍ਰੇਕ ਮੈ ਲਾ ਲੈਣਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮੂਡ ਹਾਜ਼ਰ ਹੋਇਆ ਟੀਮ ਸਾਡੀ ਪਹੁੰਚੀ ਹੈ ਫੋਰਟ ਵੇਨ ਇੰਡੀਆਨਾ ਤੇ ਟਾਡੇ ਗ੍ਰੇਸ਼ੀਅਸ ਹੋਸਟ ਹੈ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਸੱਦਿਆ ਤੇ ਸਾਡੇ ਨਾਲ ਗੱਲ ਕਰ ਰਿਹਾ ਹੈ ਆਮ ਉਹਨਾਂ ਦੇ ਨਾਲ ਇੱਕ ਬਾਰੀ ਫਿਰ ਮੈਂ ਤੁਹਾਡੀ ਗੱਲ ਕਰਨਾ ਚਾਹੁੰ ਮੇਰੇ ਦੋਸਤੋ ਪਹਿਲੇ ਅੱਜ ਸਪੈਸ਼ਲ ਪ੍ਰੋਗਰਾਮ ਹੈ ਆਮ ਹੁਣ ਆਫੀਸ਼ੀਅਲੀ ਟਾਈਮ ਹੋ ਗਿਆ ਹੈ ਜਿੱਥੇ ਅੱਜ ਦਾ ਮੁੱਦਾ ਪ੍ਰੋਗਰਾਮ ਮੈਂ ਅੱਜ ਕੋ-ਹੋਸਟ ਕਰ ਰਹੀ ਹਾਂ ਹੁਣ ਟਾਈਮ ਹੋ ਗਿਆ ਹੈ ਦੂਜੀ ਸਾਈਡ ਫਲਿੱਪ ਕਰਨ ਦਾ ਸੋ ਮੈਂ ਵੈਲਕਮ ਆਪਣੇ ਆਪ ਨੂੰ ਕਰਦੀ ਹਾਂ ਤੁਹਾਡੇ ਸ਼ੋਅ ਦੇ ਵਿੱਚ ਬਿਲਕੁਲ ਜੀ ਹੁਣ ਮੈਂ ਜਲਵੇ ਜੱਗੀ ਦੇ ਪ੍ਰੋਗਰਾਮ ਹੰਦਾ ਉਹਦਾ ਸ਼ੁਰੂਆਤ ਹੋ ਗਿਆ ਟਾਈਮ ਤੇ ਸਾਰਾ ਤੁਹਾਡਾ ਸਵਾਗਤ ਹੈ ਮੇਰੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਤੇ ਨਾਲ-ਨਾਲ ਜਰਸੀ ਭਾਜੀ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਤੇ ਹੁਣ ਮਤਲਬ ਦੇਖੋ ਜੀ ਤੁਸੀਂ ਮੇਰੇ ਨਾਲ ਪਹਿਲੇ ਗੈਸਟ ਹੋਣਗੇ ਜੱਸ ਪੰਜਾਬੀ ਦੇ ਦੱਸਦੇ ਜਿਹੜੇ ਦੋਨਾਂ ਪ੍ਰੋਗਰਾਮਾਂ ਦੇ ਗੈਸਟ ਨੇ ਹਾਂਜੀ ਦੇਖੋ ਜੀ ਕੀ ਗੱਲ ਹੈ ਕੀ ਗੱਲ ਹੈ ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ ਜਗੀ ਸਾਹਿਬ ਜੀ ਤੇ ਜੀ ਅਸੀਂ ਸੰਸਥਾ ਦੀ ਗੱਲ ਕਰ ਰਹੇ ਸੀ ਇਹ ਸੰਸਥਾ માં ਬਹੁਤ ਸਾਰੇ ਚੰਗੇ ਕੰਮ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਤੇ ਤੁਸੀਂ ਹਾਂਜੀ ਕਰੋ ਅਬ ਜਗੀ ਜੀ ਆਈ ਥਿੰਕ ਯੂ ਨੋ ਜੋ ਸੰਸਥਾ ਅੱਜ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਚਾਹੁੰਦੀ ਹੈ ਉਸ ਤੋਂ ਪਹਿਲੇ ਹੈਨਾ ਤੁਸੀਂ ਹਮੇਸ਼ਾ ਪੁੱਛਦੇ ਹੋ ਤੁਹਾਡਾ ਪਛੋਕੜ ਕੀ ਹੈ ਕਿਸ ਤਰ੍ਹਾਂ ਹੈਨਾ ਤੇ ਮੈਂ ਕਹਿੰਦੀ ਜੈਸੀ ਜੀ ਤੁਸੀਂ ਵੀ ਸਾਨੂੰ ਥੋੜਾ ਦੱਸੋ ਕਿ ਮਤਲਬ ਕਿੱਦਾਂ ਤੁਹਾਡੀ ਸ਼ੁਰੂਆਤ ਇਸ ਸੇਵਾ ਵਾਲੇ ਪਾਸੇ ਲੱਗੀ ਪਿੱਛੋਂ ਤੋਂ ਕਿ ਕਿੱਥੋਂ ਇਹ ਚੀਜ਼ ਸ਼ੁਰੂ ਹੋਈ ਅ ਅਸੀਂ ਜੀ ਦੁਆਬੇ ਤੋਂ ਆਏ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਸਾਰਾ ਦੁਆਬਾ ਫਾਰਨ ਦੇ ਵਿੱਚ ਬੈਠਾ ਤੇ ਉੱਥੇ ਜਦੋਂ ਅਸੀਂ ਪੜਦੇ ਸੀਗੇ ਮੈਂ ਦੁਆਬੇ ਦਾ ਦੱਸ ਦਿਓ ਕਿਹੜਾ ਕਿੱਥੇ ਬਚਪਨ ਦੀਆਂ ਸ਼ਰਾਰਤਾਂ ਕੀਤੀਆਂ ਅ ਬੰਗੇ ਸ਼ਹਿਰ ਦੇ ਕੋਲ ਪਿੰਡ ਹੈਗਾ ਜੀ ਰਸੂਲਪੁਰ ਜੀ ਹੈਗਾ ਤੇ ਰਸੂਲਪੁਰ ਦੇ ਵਿੱਚ ਅਸੀਂ ਪੈਦਾ ਹੋਏ ਤੇ ਫਾਦਰ ਸਾਹਿਬ ਮੇਰੇ ਸਰਪੰਚ ਸੀਗੇ ਪਿੰਡ ਦੇ ਤੇ ਉਸ ਦੇ ਨਾਲ ਹੀ ਮਨ ਨੂੰ ਇੱਕ ਲੋਕ ਸੇਵਾ ਕਰਨ ਦਾ ਇੱਕ ਜਜ਼ਬਾ ਜਿਹਾ ਬਚਪਨ ਤੋਂ ਹੀ ਅ ਪੈਦਾ ਹੋ ਗਿਆ ਫਾਦਰ ਸਾਹਿਬ ਦੇ ਨਾਲ ਜਾ ਕੇ ਕੰਮ ਕਰਨੇ ਨਾਲ ਪੰਚਾਇਤਾਂ ਦੇ ਵਿੱਚ ਜਾਣਾ ਜਾਂ ਹੋਰ ਕੰਮ ਚੱਲਦੇ ਦੇਖ ਕੇ ਤੇ ਜਿਦਾ ਜਿਦਾ ਕਾਲਜ ਪੂਰਾ ਹੋਇਆ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਗਏ ਉੱਥੇ ਵੀ ਪੰਜਾਬ ਸਟੂਡੈਂਟ ਯੂਨੀਅਨ ਦੇ ਵਿੱਚ ਕਾਫੀ ਅਹਿਮ ਰੋਲ ਅਦਾ ਕਰਦੇ ਰਹੇ ਤੇ ਜਦੋਂ ਵਾਪਸ ਆਏ ਵਾਪਸ ਆ ਕੇ ਪਿੰਡ ਦੇ ਵਿੱਚ ਜੋਥ ਕਲੱਬ ਬਣਾਏ ਸਾਰੇ ਸਾਰੇ ਨਮਾਸ਼ਾ ਜ਼ਿਲ੍ਹੇ ਦੇ ਵਿੱਚ ਯੂਥ ਕਲੱਬ ਬਣਾਏ ਪਹਿਲਾਂ ਸਾਡੇ ਆਪਣੇ ਪਿੰਡ ਦਾ ਬਣਾਇਆ ਫਿਰ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਅ ਯੂਥ ਕਲੱਬ ਬਣਾ ਕੇ ਜ਼ਿਲ੍ਹੇ ਦਾ ਤੇ ਨਮਾਸ਼ਾ ਡਿਸਟ੍ਰਿਕਟ ਦਾ ਮੈਂ ਵਾਈਸ ਪ੍ਰੈਜ਼ੀਡੈਂਟ ਸੀਗਾ ਤੇ ਇਸ ਤਰ੍ਹਾਂ ਹੀ ਬਸ ਅ ਮਨ ਦੇ ਵਿੱਚ ਰਹਿੰਦਾ ਸੀਗਾ ਕਿ ਚੰਗੇ ਕੰਮਾਂ ਨੂੰ ਕਿੱਦਾਂ ਆਪਣੇ ਯੂਥ ਨੂੰ ਕਿੱਦਾਂ ਤੋਰਿਆ ਜਾਵੇ ਹੂੰ ਤੇ ਉਸ ਤੋਂ ਬਾਅਦ ਸਟੱਡੀ ਕਰਨ ਲਈ ਜਦੋਂ ਅਸੀਂ ਆਸਟ੍ਰੇਲੀਆ ਆਏ ਆਸਟ੍ਰੇਲੀਆ ਤੋਂ ਅਮਰੀਕਾ ਗਏ ਫਿਰ ਇੱਥੇ ਦੀ ਨੱਟ ਭੱਜ ਦੇ ਵਿੱਚ ਥੋੜਾ ਜੀ ਲੌਸਟ ਵੀ ਹੋ ਜਾਂਦਾ ਜਿੱਦਾਂ ਬੰਦਾ ਜੋ ਅਮਰੀਕਨ ਲਾਈਫ ਹੈਗੀ ਆਪਣੀ ਤੇ ਚਲੋ ਕਿਰਪਾ ਕੀਤੀ ਗੁਰੂ ਸਾਹਿਬ ਨੇ ਸਾਰਾ ਕੁਝ ਇਸ ਵੇਲੇ ਸੈੱਟ ਆ ਤੇ ਗੁਰੂ ਸਾਹਿਬ ਨੇ ਆਪਣੀ ਸੇਵਾ ਵੀ ਲਈ ਗੁਰੂ ਘਰ ਦੇ ਵਿੱਚ ਸੇਵਾ ਵੀ ਕੀਤੀ ਤੇ ਪੰਜਾਬੀ ਕਲਚਰਲ ਸੁਸਾਇਟੀ ਸਾਡੀ ਫੋਰਵੈਂਡੀ ਆ ਉਹਦੇ ਵਿੱਚ ਵੀ 2-3 ਸਾਲ ਸੇਵਾ ਕੀਤੀ ਆਰਗੇਨਾਈਜ਼ਰ ਦੇ ਤੌਰ ਤੇ ਤੇ ਹੁਣ ਜਦੋਂ ਪੈਂਡੇਮਿਕ ਸ਼ੁਰੂ ਹੋਇਆ ਉਦੋਂ ਇਹ ਦੇਖਿਆ ਕਿ ਸਾਰੇ ਸ਼ਹਿਰਾਂ ਦੇ ਵਿੱਚ ਆਲੇ ਦੁਆਲੇ ਸਿੱਖ ਕਮਿਊਨਿਟੀ ਕਾਫੀ ਕੁਝ ਕਰ ਰਹੀ ਹੈ ਨਾ ਤੇ ਉਹੀ ਦੇਖ ਕੇ ਫਿਰ ਸਾਨੂੰ ਵੀ ਇੱਕ ਹੋਈ ਮਨ ਦੇ ਵਿੱਚ ਕਿ ਸਾਡੇ ਸ਼ਹਿਰ ਦੇ ਵਿੱਚ ਵੀ ਸਿੱਖ ਕਮਿਊਨਿਟੀ ਵੱਲੋਂ ਕੁਛ ਨਾ ਕੁਛ ਇਹ ਹੋ ਜੇ ਹੁਣਾ ਚਾਹੀਦਾ ਕਿ ਇਹ ਜਿਹਦੀ ਸਾਨੂੰ ਲੋੜ ਵੀ ਆ ਕਿਉਂਕਿ ਇੱਕ ਛੋਟਾ ਜਿਹਾ ਟਾਊਨ ਹੋਣ ਦੇ ਕਰਕੇ ਸਾਡੀ ਕਮਿਊਨਿਟੀ ਬਹੁਤ ਥੋੜੀ ਆ ਕੋਈ ਜਿਆਦਾ ਹੈ ਨਹੀਂ ਐਕਸਪੋਜ਼ ਨਹੀਂ ਹੈਗਾ ਸਾਡੀ ਕਮਿਊਨਿਟੀ ਦਾ ਤੇ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਮੈਂ ਤੇ ਮੇਰੇ ਦੋਸਤ ਸਰਦਾਰ ਮੋਹਨ ਸਿੰਘ ਆ ਜੀ ਸਰਦਾਰ ਮਨਮੋਹਨ ਸਿੰਘ ਤੇ ਉਹਨਾਂ ਦੇ ਨਾਲ ਹਰਜਿੰਦਰ ਸਿੰਘ ਜੀ ਤੇ ਅਸੀਂ ਅਸਲ ਵਿੱਚ ਤਿੰਨ ਫਰੈਂਡਾਂ ਨੇ ਲੜ ਕੇ ਇਹ ਸਲਾਹ ਬਣਾਇ ਫਿਰ ਅਸੀਂ ਆਪਣੇ ਐਕਸਟੈਂਡਡ ਜਿਹੜੇ ਸਾਡੇ ਸਾਥੀ ਆ ਵੱਡੇ ਭਰਾ ਆ ਕਮਿਊਨਿਟੀ ਦੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਇਹ ਕੰਮ ਸ਼ੁਰੂ ਕੀਤਾ ਕਿ ਜਿਹੜਾ ਕਿ ਅ ਲੋੜਵੰਦ ਐਕਚੁਅਲੀ ਜਿਹੜੇ ਐਕਚੁਅਲ ਨੀਡੀ ਪੀਪਲ ਉਹਨਾਂ ਤੱਕ ਸਿੱਖੀ ਸਰੂਪ ਨੂੰ ਲੈ ਕੇ ਜਾਣਾ ਅਸੀਂ ਇੱਕ ਇੱਕ ਅ ਕੁਝ ਦੇਣ ਲਈ ਨਾ ਕਿ ਮਤਲਬ ਅਸੀਂ ਆਪਣਾ ਨਹੀਂ ਦੇਣਾ ਕਿ ਉਹ ਵੀ ਹ ਸਿਕ ਲੁੱਕ ਐਟ ਮਾਈ ਟਰਮ ਐਂਡ ਲੁੱਕ ਐਟ ਮਾਈ ਬੀਅਰਡ ਨਾ ਅਸੀਂ ਉਹਨਾਂ ਦੇ ਭਰਾ ਬਣ ਕੇ ਜਾਣਾ ਜੀ ਤੁਸੀਂ ਅਸੀਂ ਤੁਹਾਡੇ ਭਰਾ ਹੀ ਆ ਤੁਸੀਂ ਵੀ ਸਾਡੇ ਭਰਾ ਹੀ ਆ ਜੀ 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 ਤੇ ਬਸ ਇਹੋ ਜਿਹਾ ਇੱਕ ਮਿਸ਼ਨ ਲੈ ਕੇ ਅਸੀਂ ਤੁਰੇ ਆ ਜੈਸੀ ਜੀ ਇਥੇ ਇੱਕ ਤੁਸੀਂ ਰਿਕਾਰਡਿੰਗ ਤੋਂ ਪਹਿਲੇ ਇੱਕ ਬੜੀ ਵਧੀਆ ਗੱਲ ਮੈਨੂੰ ਕਹੀ ਸੀ ਕਿ ਇਹਨੂੰ ਇੱਕ ਪਾਸੇ ਤੁਸੀਂ ਦੱਸ ਸਕਦੇ ਹੋ ਮਤਲਬ ਲੈਕਚਰਾਂ ਦੇ ਵਿੱਚ ਜਾਂ ਕਿਸੇ ਕਾਨਫਰੰਸ ਦੇ ਵਿੱਚ ਉਹਦੀ ਵੀ ਵੈਲਿਊ ਹੈ ਕਿ ਆਪਾਂ ਕੌਣ ਆ ਕਿਉਂ ਆ ਤੇ ਕੀ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਹੈ ਨਾ ਪਰ ਦੂਜੇ ਪਾਸੇ ਤੁਸੀਂ ਦਿਖਾ ਸਕਦੇ ਹੋ ਕੰਮ ਦੇ ਨਾਲ ਹੈ ਨਾ ਤੇ ਕਿਸ ਤਰ੍ਹਾਂ ਇਹ ਸੰਸਥਾ ਦਿਖਾ ਰਹੀ ਹੈ ਕਿ ਸਿੱਖ ਕੌਣ ਹੁੰਦਾ ਹੈ ਹਾਂਜੀ ਅ ਜਦੋਂ ਤੁਹਾਨੂੰ ਮੈਂ ਦੱਸਿਆ ਕਿ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਪੰਜ ਕਲਚਰਲ ਸੁਸਾਇਟੀ ਦੇ ਵਿੱਚ ਵੀ ਸੇਵਾ ਕੀਤੀ ਜਾਂ ਉਮਰ ਦਾ ਜੋ ਐਕਸਪੀਰੀਅੰਸ ਹੈ ਉਹਦੇ ਹਿਸਾਬ ਨਾਲ ਜੋ ਦੇਖਦੇ ਆ ਉਹੀ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਅਸੀਂ ਕਿਸੇ ਨੂੰ ਆਪਣਾ ਬਣਾਉਣ ਲਈ ਕਿ ਅਸੀਂ ਜਿੰਨੇ ਮਰਜ਼ੀ ਸੈਮੀਨਾਰ ਕਰ ਲਈਏ ਜਿੰਨੇ ਮਰਜ਼ੀ ਨਗਰ ਕੀਰਤਨ ਕਰ ਲਈਏ ਕੋਈ ਨੋਬਡੀ ਕੇਅਰ ਅਸੀਂ ਜੇ ਉਹਨਾਂ ਨੂੰ ਅਸੀਂ ਗਿਆਨ ਦੇਣ ਚੱਲ ਜਾਈਏ ਅ ਕਿ ਅਸੀਂ ਤੁਹਾਨੂੰ ਐਜੂਕੇਟ ਕਰਦੇ ਹਾਂ ਸਿੱਖੀ ਬਾਰੇ ਨੋਬਾਡੀ ਕੇ एवरीवनडो نو देयर इज ਲਾਟ ਆਫ ਇਨਫੋਰਮੇਸ਼ਨ ਲਾਟ ਆਫ ਨੋਲੇਜ ਆਊਟ देयर ਔਰ ਐਲਡੀ ਜੀ ਜੀ ਤੇ ਇੱਕ ਕਹਾਵਤ ਹੈ ਜੀ ਕਿ ਬੰਦੇ ਦੇ ਦਿਲ ਨੂੰ ਰਸਤਾ ਢਿੱਡ ਰਹੇ ਜਾਂਦਾ ਜੀ ਇੱਕ ਤੇ ਮੈਂ ਗੱਲ ਸੁਣੀ ਸੀ ਜੀ 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 ਇਹੀ ਜੇ ਆਪਾਂ ਦੇਖੀ ਜਾਵੇ ਗੁਰੂ ਸਾਹਿਬ ਨੇ ਵੀ ਇਹੀ ਰਸਤਾ ਅਪਣਾਇਆ ਜੀ ਲੰਗਰ ਦੇ ਪ੍ਰਥਾ ਸ਼ੁਰੂ ਕਰਕੇ ਕਿ ਆਓ ਨਾਲੇ ਸ਼ਕੀਏ ਨਾਲੇ ਗੱਲਾਂ ਕਰੀਏ ਜੀ ਜੀ ਨਾਲ ਬੈਠ ਕੇ ਹਾਂਜੀ ਇੱਕ ਥਾਂ ਤੇ ਇੱਕ ਹੁਲ ਤੋਰ ਤੇ ਇਹ ਜੋ ਫਲਸਫੀ ਨੂੰ ਅੱਗੇ ਤੋਰਨ ਦੀ ਗੱਲ ਆ ਕਿ ਆਪਾਂ ਨੇ ਉਹਨਾਂ ਤੱਕ ਪਹੁੰਚ ਕਰਨੀ ਹੈ ਉਹਨਾਂ ਵਰਗੇ ਬਣ ਕੇ ਉਹਨਾਂ ਦੇ ਹਮਦਰਦ ਬਣ ਕੇ ਨਾ ਕਿ ਅਸੀਂ ਕਿ ਵੀ ਆਰ ਗ੍ਰੇਟ ਕਿ ਅਸੀਂ ਵੀ ਅਸੀਂ ਸਟਰੋਂਗ ਯਾ ਲੁੱਕ ਐਟ ਮਾਈ ਤਰਬਨ ਲੁੱਕ ਐਟ ਮਾਈ ਕਲੋਸ ਮੂਲੂ ਆਪਾਂ ਉਹਨਾਂ ਨੂੰ ਉਹਨਾਂ ਵਰਗੇ ਬਲਕੇ ਜਾ ਕੇ ਅਸੀਂ ਉਹਨਾਂ ਨੂੰ ਖਾਣਾ ਦਿੰਦੇ ਆ ਜੀ ਹਾਂਜੀ ਉਹਨਾਂ ਨਾਲ ਗੱਲਾਂ ਕਰਦੇ ਆ ਬੈਠਦੇ ਆ ਉੱਠਦੇ ਆ ਦੇਖਾਗਾ ਵੀ ਹਗ ਦੈਮ ਬੈਕ ਐਂ ਤੁਸੀਂ ਕਿਹਦੀ ਗੱਲ ਕਰਿਓ ਕਿਹਨਾਂ ਨੂੰ ਇਹ ਸੇਵਾ ਮਤਲਬ ਹਾਂ ਹਾਂਜੀ ਕਿਹੜੀ ਕਮਿਊਨਿਟੀ ਜਾਂ ਕਿਸ ਤਰ੍ਹਾਂ ਦੇ ਹਾਂਜੀ ਹਾਂਜੀ ਨਾਰਮਲੀ ਤਾਂ ਆਪਾਂ ਜਦੋਂ ਗੁਰਦੁਆਰਿਆਂ ਦੇ ਵਿੱਚ ਜਾਂਦੇ ਆ ਸਾਡੀ ਕਮਿਊਨਿਟੀ ਹੀ ਹੁੰਦੀ ਹੈ ਔਰ ਹੁੰਦੇ ਵੀ ਮੇਰੇ ਵਰਗੇ ਆ ਔਰ ਅਲਿਗੇਸੀ ਆ ਡਾਇਬੀਟਿਕ ਆ ਜਿਵੇਂ ਮੈਂ ਹਾਂ ਨਹੀਂ ਮਤਲਬ ਆ ਆਪਾਂ ਨੇ ਆਪਣੀ ਜੋ ਪਹਿਚਾਣ ਆ ਉਹ ਬਾਹਰਲੀ ਕਮਿਊਨਿਟੀਆਂ ਨੂੰ ਦੱਸਣੀ ਆ ਬਾਹਰਲੀ ਕਮਿਊਨਿਟੀ ਵਾਸਤੇ ਜ਼ਰੂਰੀ ਆ ਗੁਰਦੁਆਰੇ ਅਸੀਂ ਅਸੀਂ ਜਾਣਦੇ ਆ ਅਸੀਂ ਲੰਗਰ ਬਣਾਉਂਦੇ ਆ ਅਸੀਂ ਚੜਾਉਂਦੇ ਆ ਅਸੀਂ ਖਾ ਲੈਂਦੇ ਆ ਖਾ ਕੇ ਆ ਜਾਂਦੇ ਆ ਇਹ ਚੀਜ਼ ਬਾਹਰਲੀ ਕਮਿਊਨਿਟੀ ਨੂੰ ਕੋਈ ਲੱਗਣੀ ਉਹ ਮਾਨਾ ਰੱਖਦੀ ਆ ਹਾਂਜੀ ਅਸੀਂ ਇਹ ਜਿੱਦਾਂ ਹੁਣ ਸਾਡਾ ਫੋਰਟ ਮੈਂਟ ਆਉਂਨੇ ਆ ਤੇ ਡਾਊਨਟਾਊਨ ਆ ਉੱਥੇ ਆ ਔਰ ਐਲਰੀ ਹੋਮਲੈਸ ਪੀਪਲ ਹੈਗੇ ਆ ਆਪਾਂ ਨੂੰ ਪਤਾ ਹੈ ਕਿ ਇਹ ਪ੍ਰੋਬਲਮ ਹੈਗੀ ਆ ਅਮਰੀਕਾ ਦੇ ਵਿੱਚ ਸਾਰੇ ਵਰਲਡ ਵਿੱਚ ਆ ਅਮਰੀਕਾ ਚ ਵੀ ਹੈਗੀ ਆ ਜੀ ਤੇ ਜਦੋਂ ਪੈਨਡੈਮਿਕ ਸ਼ੁਰੂ ਹੋਇਆ ਜਦੋਂ ਨੰਬਰ ਆਉਂਦੇ ਸੀਗੇ ਜੋ ਨਿਊਜ਼ਸ ਦੇਖੀਆਂ ਦ ਨੰਬਰਸ ਆਰ ਗਰੋਇੰਗ ਬਿਕਾਉਜ਼ देयर ਇਸ ਨਾਟ ਇਨਾਫ ਰਿਸੋਰਸਸ ਪੀਪਲ ਆਰ ਵਿਦਾਊਟ ਜੌਬਸ ਵਿਦਾਊਟ ਫੂਡ ਸੋ ਇਸ ਕਰਕੇ ਅਸੀਂ ਇਹ ਕੀਤਾ ਕਿ ਜਿਹੜੇ ਨੀਡੀ ਪੀਪਲ ਆ ਹੋਮਲੈਸ ਐਂਡ ਨੀਡੀ ਸੋ ਇਨ ਬਿਗਨਿੰਗ ਆ ਅਸੀਂ ਕਈ ਫੈਮਲੀਆਂ ਨੂੰ ਗਰੋਸਰੀ ਦੇ ਕੇ ਆਏ ਉਹਨਾਂ ਦੇ ਘਰਾਂ 'ਚ ਜੀ ਅੱਛਾ ਜੀ ਉਹ ਸੰ ਨੂੰ ਉਹਨਾਂ ਨੇ ਕੰਟੈਕਟ ਕੀਤਾ ਅਸੀਂ ਗਰੋਸਰੀ ਉਹਨਾਂ ਦੇ ਘਰ ਪਹੁੰਚਾਤੀ ਜੀ ਤੇ ਫਿਰ ਹਰ ਸੰਡੇ ਅਸੀਂ ਡਾਊਨਟਾਊਨ ਜਾ ਕੇ ਜਿੱਥੇ ਹੋਮਲੈਸ ਪੀਪਲ ਸਾਡੇ ਭੈਣ ਭਰਾ ਉਹਨਾਂ ਨੂੰ ਅਸੀਂ ਬ੍ਰਦਰ ਸਿਸਟਰਸ ਕਹਿੰਦਾ ਜੀ 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 ਕਿਉਂ ਤੇ ਉਹ ਉੱਥੇ ਇਕੱਠੇ ਹੁੰਦੇ ਆ ਇੱਕ ਚਰਚ ਆ ਚਾ ਮਤਲਬ ਖੁੱਲੇ ਚ ਚਰਚ ਲਾਉਂਦੇ ਆ ਹਾਂਜੀ ਹਾਂਜੀ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਬ੍ਰੇਕਫਾਸਟ ਦੇਈਦਾ ਮਿਲਕ ਡੋਨਟ ਅ ਫਰੂਟ ਫਿਰ ਅ ਸੰਡੇ ਲੰਚ ਦੇਈਦਾ ਲੰਚ ਲੈ ਕੇ ਜਾਈਦਾ ਉਹ ਦੇ ਹੈਪੀ ਉਹ ਹੈਪੀ ਹੁੰਦੇ ਕਹਿੰਦੇ ਮਤਲਬ ਉਹ ਤੁਹਾਨੂੰ ਮਿਸ ਕਰਦੇ ਜਦੋਂ ਤੁਸੀਂ ਇੱਕ ਵੀ ਦਿਨ ਨਹੀਂ ਜਾਓ ਹਾਂਜੀ ਮਤਲਬ ਇਨਾਂ ਕੋ ਪਿਆਰ ਬਾਰੇ ਹਾਂਜੀ ਉਹਨਾਂ ਸਾਲ ਪੂਰਾ ਹੋ ਗਿਆ ਅਸੀਂ ਇੱਕ ਵੀ ਸੰਡੇ ਮਿਸ ਨਹੀਂ ਕੀਤਾ ਹਾਂਜੀ ਇੱਕ ਸੰਡੇ ਸਾਨੂੰ ਜਿੱਦਣ ਸنوਹ ਪੈ ਰਹੇ ਸੀ ਬਹੁਤ ਜ਼ਿਆਦਾ ਉਦੋਂ ਮਿਸ ਕਰਨਾ ਪਿਆ ਦੇ ਸੈਡ ਤੇ ਮਿਸਸ ਅੱਛਾ ਇੱਕ ਤਰ੍ਹਾਂ ਉਹ ਜਿਹੜੇ ਗਰੀਬ ਲੋਕੀ ਆ ਜੀ ਉਹਨਾਂ ਦੇ ਨਾਲ ਜਿਹੜਾ ਸਾਡਾ ਕਨੈਕਸ਼ਨ ਬਣ ਰਿਹਾ ਜੀ ਕਿਉਂਕਿ ਉਹੀ ਟ੍ਰਬਲ ਮੇਕਰ ਹੁੰਦੇ ਆ ਆਮ ਜਿਹੜੇ ਲੋਕੀ ਹੁੰਦੇ ਆ ਉਹੀ ਟ੍ਰਬਲ ਮੇਕਰ ਹੁੰਦੇ ਆ ਉਹਨਾਂ ਨੂੰ ਹੀ ਐਜੂਕੇਸ਼ਨ ਦੀ ਲੋੜ ਆ ਕਿ ਹੂ ਆਰ ਮਤਲਬ ਜੋ ਸਭ ਤੋਂ ਵੀਕਸਟ ਲਿੰਕ ਹੈ ਹੈਨਾ ਹਾਂਜੀ ਹੁਣ ਉਹਨਾਂ ਨਾਲ ਸਾਡਾ ਕਨੈਕਸ਼ਨ ਬਣ ਰਿਹਾ ਤੇ ਜਿਹੜੇ ਹੋਰ ਗਰੁੱਪਸ ਆਉਂਦੇ ਆ ਉਥੇ ਹਮ ਅਮਰੀਕਨ ਗੋਰਿਆਂ ਦੇ ਹੈਗੇ ਆ ਜਿਹੜਾ ਆਫਰੀਕਨ ਅਮਰੀਕਨ ਉਹਨਾਂ ਦੇ ਕੋਲ ਪਾਉਂਦੇ ਆ ਉਹਨਾਂ ਦੀ ਸੇਵਾ ਕਰਨ ਲਈ ਦੇ ਆ ਨਾਰਮਲ ਪੀਪਲ ਈਆ ਮੀਡਲ ਕਲਾਸ অর ਹਾਈ ਕਲਾਸ ਉਹ ਵੀ ਤੁਹਾਡੇ ਬਾਰੇ ਜਾਣਦੇ ਨਾਉ ਦੇ ਆ ਗੈਟਿੰਗ ਕਨੈਕਸ਼ਨ ਵਿਦ ਅਸ ਸੋ ਇਸ ਕਾਈਂਡ ਆਫ ਚੇਨ ਰੀਐਕਸ਼ਨ ਆਫ ਲਵ ਆਫ ਰਿਸਪੈਕਟ ਸੋ ਵੀ ਗਿਵ them respect in back we are getting i love this respect. line it's a chain reaction mm -hmm. of love hai na kani wadhiya cheez hai bilkul te ede vich tusi jive dassya tin jane ne shuru kiti hai sanstha haan ji te phir tusi kise hor di vi uh, support layi hai kise di madad layi hai ya tusi tinne hi apne kolo jehda kharcha wagaira karde ho no, ya hor vi lok saath dende koi apni community de nahi apni community ta tuhannu pata hi hai ke daniya di ta koi kami nahi hai haan ji bilkul sirf uh, shuruaat karni ਔਖੀ ਹੁੰਦੀ ਆ ਜੀ ਹਾਂ ਜੀ ਹਾਂ ਜੀ ਤੇ ਸਾਡੀ ਕਮਿਊਨਿਟੀ ਚ ਦਾਨੀਆਂ ਦੀਆਂ ਜਾਂ ਸਪੋਰਟਰਸ ਦੀ ਕਮਿਊਨਿ ਹੈਗੀ ਤੇ ਜਦੋਂ ਅਸੀਂ ਸ਼ੁਰੂ ਕੀਤੀ ਆ ਹਾਂ ਅਸੀਂ ਸ਼ੁਰੂ ਆਪਣੇ ਕੋਲੇ ਕੀਤੀ ਆ ਉਸ ਤੋਂ ਬਾਅਦ ਸਾਡੇ ਭਰਾ ਜੀ ਤੱਕ ਨੈਲ ਸਿੰਘ ਹਣੀ ਆਜੂ ਗਿਆ ਸਿੰਘ ਹਣੀ ਆ ਰੇਸ਼ਮ ਸਿੰਘ ਹਣੀ ਆ ਇਹ ਸਾਡੇ ਹੋਰ ਅੰਕਾਰ ਸਿੰਘ ਹੋਰ ਵੀ ਸਾਡੇ ਫਰੈਂਡ ਹੈਗੇ ਆ ਜਿਹੜੇ ਸਾਰੇ ਉਹ ਸੋਹਣੀ ਸਾਡੀ ਹੈਲਪ ਕਰਦੇ ਆ ਦੇ Uh, the listeners G. we tell them uh, what we are doing uh, we try to convince everybody else G. in the community so in the beginning everybody think of maybe we are doing something useless thing but now i think they are ਹੋ ਉਹਨਾਂ ਦਾ ਵੀ ਮਾਈਂਡ ਚੇਂਜ ਹੋ ਰਿਹਾ ਹੈ ਜੀ ਹਾਂਜੀ ਹਾਂਜੀ ਹਾਂ ਬਿਲਕੁਲ ਜੀ ਬਹੁਤ ਵਧੀਆ ਗੱਲਾਂ ਚੱਲ ਰਹੀਆਂ ਨੇ ਜੈਸੀ ਸਿੰਘ ਜੀ ਤੁਹਾਡੇ ਨਾਲ ਔਰ ਤੁਹਾਡੀ ਸੰਸਥਾ ਬਾਰੇ ਵੀ ਗੱਲਾਂ ਚੱਲ ਰਹੀ ਹੈ ਉਹ ਜੀ ਸੰਸਥਾਵਾ ਦੀ ਅਸ਼ਮਦਾ ਇਕੱਲੀ ਲੋਡ ਹੈਗੀ ਹੈ ਹਾਂਜੀ ਬਿਲਕੁਲ ਔਰ ਬਹੁਤ ਲੋਡ ਹੈਗੀ ਆ ਤੇ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਵੀ ਕਾਫੀ ਯੋਗਦਾਨ ਪਾਇਆ ਦਿੱਲੀ ਦੇ ਵਿੱਚ ਉਹ ਵੀ ਅਸੀਂ ਗੱਲਬਾਤ ਕਰਾਂਗੇ ਪਰ ਇੱਕ ਬ੍ਰੇਕ ਲੈਣੀ ਪੈਗੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ ਆ ਜੀ ਦੇਖਦੇ ਰਹੋ ਜਸ ਪੰਜਾਬੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਘਰਾਂ ਵਿੱਚ ਬੈਠੇ ਜਿੰਨੇ ਵੀ ਜੁੜੇ ਸਾਡੇ ਨਾਲ ਪੰਜਾਬੀ ਪੂਰੀ ਦੁਨੀਆ ਦੇ ਉਨਾ ਦਾ ਸਵਾਗਤ ਨਾਲ ਨਾਲ ਅਸ਼ਮਦਾ ਤੁਹਾਡਾ ਵੀ ਸਵਾਗਤ ਤੇ ਜੈਸੀ ਬਾਜੀ ਤੁਹਾਡਾ ਵੀ ਸਵਾਗਤ ਹੈਗਾ ਤੇ ਆਪਾਂ ਗੱਲ ਕਰ ਰਹੇ ਸੀ ਗੱਲ ਪੈਸੀ ਹੁਣ ਕਾਫੀ ਥੋੜੀ ਸੀਰੀਅਸ ਮੋਡ ਤੇ ਪਹੁੰਚ ਗਈ ਸੀ ਕਿਸਾਨ ਅੰਦੋਲਨ ਦੀ ਅਸੀਂ ਗੱਲ ਕਰ ਰਹੇ ਹਾਂ ਕਿਸਾਨ ਅੰਦੋਲਨ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਤੇ ਇੱਕ ਬੜੀ ਪੀਕ ਤੇ ਕਿਸਾਨ ਅੰਦੋਲਨ ਜਿਹੜਾ ਹੈਗਾ ਤੇ ਕਿਸਾਨ ਅੰਦੋਲਨ ਦੇ ਵਿੱਚ ਇਸ ਸੰਸਥਾ ਵੱਲੋਂ ਕੀ ਯੋਗਦਾਨ ਪਾਇਆ ਗਿਆ ਹਾਂਜੀ ਜੈਸੀ ਇਨਾ ਕਾਲੇ ਕਾਨੂੰਨਾਂ ਦੀ ਗੱਲ ਕਰੀਏ ਜੀ ਜਦੋਂ ਕਾਲੇ ਕਾਨੂੰਨ ਆਰਡੀਨੈਂਸ ਜਾਰੀ ਹੁੰਦਾ ਉਸ ਤੋਂ ਬਾਅਦ ਥੋੜਾ ਰੌਲਾ ਪੈਂਦਾ ਤੇ ਅਸੀਂ ਥੋੜੀ ਜਿਹੀ ਨੌਲੇਜ ਸਾਨੂੰ ਇਹਦੇ ਵਿੱਚ ਮਿਲਦੀ ਆ ਉਸ ਤੋਂ ਬਾਅਦ ਉਹ ਤੱਕੇ ਦੇ ਨਾਲ ਪਾਸ ਕਰ ਲਿਆ ਜਾਂਦੇ ਆ ਤੇ ਇਹਦੇ ਚ ਚਲੋ ਆਪਣੀ ਕੋਈ ਜ਼ਿਆਦਾ ਮੈਂ ਬੜਾਈ ਨਹੀਂ ਸਮਝਦਾ ਪਰ ਅ ਪਰ ਮੈਂ ਉਹ ਚੀਜ਼ ਨੂੰ ਪਹਿਲੇ ਹੀ ਭਾਂਫ ਗਿਆ ਸੀਗਾ ਕਿ ਅ something is not going good hmm. so ਇਹੀ ਕਹਿਣਾ ਚਾਹੁੰਦਾ ਮੈਂ ਤਾਂ ਕਿ ਉਦੋਂ ਅਗਸਤ ਦੇ ਜੁਲਾਈ ਅਗਸਤ ਦੇ ਵਿੱਚ ਹੀ ਅਸੀਂ ਆਪਣੀ ਸੰਸਥਾ ਵੱਲੋਂ ਆ ਜਾਰੀ ਕੀਤਾ ਸੀਗਾ ਆ ਕੀ ਕਹਿੰਦੇ ਆ ਬਿਆਨ ਜੋ ਕਿ ਸਾਰੇ ਮੇਨ ਨਿਊਜ਼ਪੇਪਰਸ ਹੈਗੇ ਇੰਡੀਆ ਦੇ ਵਿੱਚ ਤੇ ਇੱਥੇ ਵੀ ਪੰਜਾਬੀ ਪੇਪਰ ਹੈਗੇ ਆ ਉਹਨਾਂ ਚ ਛਪਿਆ ਸੀ ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਇਹੀ ਕੀਤੀ ਸੀਗੀ ਅਪੀਲ ਕਿ ਇਹ ਜੋ ਆ ਰਿਹਾ ਜਿਹੜਾ ਜਿਹੜੇ ਕਾਨੂੰਨ ਆ ਰਹੇ ਆ ਇਹ ਬਹੁਤ ਹੀ ਮਾਰੂ ਕਾਨੂੰਨ ਆ ਇਹ ਇਕੱਲੇ ਕਿਸਾਨਾਂ ਲਈ ਨਹੀਂ ਮਜ਼ਦੂਰਾਂ ਲਈ ਹਰ ਵਰਗ ਲਈ ਇਹ ਬੜੇ ਮਾੜੇ ਆ ਇਸ ਕਰਕੇ ਆਪਾਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਬੜੇ ਹੀ ਸਮਝੀ ਤਰੀਕੇ ਨਾਲ ਸਮਝਦਾਰੀ ਦੇ ਨਾਲ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਵਿਰੋਧ ਕਰਨਾ ਪੈਣਾ ਕਿਉਂਕਿ ਇਹ ਕਿਸੇ ਇੱਕ ਵਰਗ ਲਈ ਨਹੀਂ ਹੈਗਾ ਮਾੜਾ ਸੋ ਮੈਂ ਤਾਂ ਇਹ ਕਹਾਂਗਾ ਉਦੋਂ ਅਸੀਂ ਪ੍ਰੈਸ ਨੋਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਪੂਰੀ ਕੋਸ਼ਿਸ਼ ਕਰਦੇ ਰਹੇ ਆ ਆਪਣੇ ਪਿੰਡ ਰਿਸ਼ਤੇਦਾਰਾਂ ਨੂੰ ਫਰੰਟਾਂ ਨੂੰ ਇੱਥੇ ਵੀ ਅਸੀਂ ਕਾਫੀ ਆਪਣੇ ਜੋ ਵੀ ਜਿਹਦੇ ਨਾਲ ਵੀ ਅਸੀਂ ਗੱਲ ਕੀਤੀ ਅ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਰਹੇ ਆ ਫਿਰ ਉਸ ਤੋਂ ਬਾਅਦ ਜਦੋਂ ਐਨ ਹੁਣ ਪੀਕ ਤੇ ਆ ਗਿਆ ਦਿੱਲੀ ਆਇਆ ਉੱਥੇ ਹਰ ਚੀਜ਼ ਦੀ ਲੋੜ ਸੀਗੀ ਫਾਈਨੈਂਸ ਦੀ ਲੋੜ ਸੀਗੀ ਤੇ ਹੋਰ ਸਪੋਰਟ ਦੀ ਲੋੜ ਸੀ ਅਸੀਂ ਆਪਣੀ ਸੰਸਥਾ ਵੱਲੋਂ ਪ੍ਰੈਜ਼ੀਡੈਂਟ ਬਾਈਡਨ ਨੂੰ ਵਾਈਡਨ ਹਾ ਜੇ ਵਾਈਟ ਤੋਂ ਚਾਹਿਆ ਨਹੀਂ ਸੀ ਹਾਂਜੀ ਇਲੈਕਟ ਨਹੀਂ ਹੋਈ ਸੀ ਉਹਦੋਂ ਜੀ ਜੀ ਤੇ ਉਹਨਾਂ ਨੂੰ ਅਸੀਂ ਪਹਿਲਾਂ ਹੀ ਚਿੱਠੀ ਲਿਖੀ ਸੀਗੀ ਜੀ ਆਪਣੀ ਸੰਸਥਾ ਵੱਲੋਂ ਉਹਨਾਂ ਨੂੰ ਪੱਤਰ ਲਿਖਿਆ ਕਿ ਤੁਸੀਂ ਇਹਦੇ ਵਿੱਚ ਇੰਟਰਫੇਅਰ ਕਰਕੇ ਇੰਡੀਅਨ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕਰੋ ਬਿਕੋਜ਼ ਇਨੋਸੈਂਟ ਪੀਪਲ ਸਾਡੇ ਫਾਰਮਰਸ ਕਿਸਾਨ ਭਰਾ ਉਥੇ ਮਰ ਰਹੇ ਆ ਸੜਕਾਂ ਤੇ ਰੋਲ ਰਹੇ ਆ ਤੇ ਉਹਨਾਂ ਦੀ ਮਾਲੀ ਹੱਦ ਮਦਦ ਲਈ ਅਸੀਂ ਆਪਣੀ ਸੰਸਥਾ ਵੱਲੋਂ ਆਪਣੇ ਮਿੱਤਰਾਂ ਨੂੰ ਆਪਣੇ ਜੋ ਗਰੁੱਪ ਹੈ ਸਾਡਾ ਹੈਗਾ ਉਹਨਾਂ ਨੂੰ ਅਸੀਂ ਪੂਰੀ ਰਿਕੁਐਸਟ ਕੀਤੀ ਬੇਨਤੀ ਕਰਕੇ ਅਸੀਂ ਉਹਨਾਂ ਨੂੰ 5-6 ਲੱਖ ਡਾਲਰ ਰੁਪਈਆ ਤੇ ਅਸੀਂ ਉਹ ਭੇਜਿਆ ਇੰਡੀਆ ਜੀ 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 ਤੇ ਬਾਕੀ ਉਸ ਤੋਂ ਬਾਅਦ ਵੀ ਐਸ ਇੰਡੀਵਿਜੂਅਲੀ ਤੌਰ ਤੇ ਅਸੀਂ ਜਿਹੜੇ ਮੈਂਬਰ ਆ ਅਸੀਂ ਥੋੜੇ ਥੋੜੇ ਪੈਸੇ ਹੋਰ ਵੀ ਭੇਜ ਰਹੇ ਆ ਜਿਹੜੇ ਕਿ ਕਾਊਂਟ ਅਨਕਾਊਂਟਡ ਆ ਜੀ ਸੋ ਇਸ ਤਰੀਕੇ ਨਾਲ ਸਾਡੀ ਸੰਸਥਾ ਕੱਲੀ ਅਸੀਂ ਇਹ ਨਹੀਂ ਕਿ ਅਸੀਂ ਇੱਥੇ ਹੋਮਲੈਸ ਦੀ ਹੈਲਪ ਕਰਨੀ ਆ ਜਾਂ ਕਿਦਾਂ ਜਿਕੇ ਜਾਂ ਅਸੀਂ ਆਪਣਾ ਆਇਡੈਂਟੀਟੀ ਸ਼ੋ ਕਰਨੀ ਆ ਸਾਡਾ ਜੋ ਫਰਜ਼ ਆ ਐਜ਼ ਬੀਇੰਗ ਅ ਸਿੱਖ ਸਿੱਖ ਦਾ ਮਤਲਬ ਹੈ ਕਿ ਜਿੱਥੇ ਵੀ ਲੋੜ ਬੰਦਿਆ ਜਿੱਥੇ ਵੀ ਕਿਸੇ ਨੂੰ ਲੋੜ ਆ ਉੱਥੇ ਜਾ ਕੇ ਅਸੀਂ ਖੜਨਾ ਆ ਉਹਦੇ ਹੱਕ ਚ ਹਾ ਦਾ ਨਾਰਾ ਮਾਰਨਾ ਇਹ ਸਾਡੀ ਕੋਸ਼ਿਸ਼ ਹੈ ਜੀ ਮੇਰਾ ਵੀ ਸਵਾਲ ਅਗਲਾ ਇਹਦੇ ਨਾਲ ਲੇਟਰ ਸੀਗੇ ਵੀ ਚਲੋ ਅਸੀਂ ਮੰਨਦੇ ਆ ਕੋਵਿਡ ਵੀ ਆਉਣ ਵਾਲੇ ਸਮੇਂ 'ਚ ਖਤਮ ਹੋ ਗਿਆ ਕਸਥਾਨ ਅੰਦੋਲਨ ਵੀ ਅਲਟੀਮੇਟਲੀ ਤਾਂ ਇੱਕ ਦਿਨ ਖਤਮ ਹੋਏਗਾ ਹੀ ਤੇ ਤੁਹਾਡੀ ਸੰਸਥਾ ਜਿਹੜੀ ਜਿਵੇਂ ਤੁਸੀਂ ਕਿਹਾ ਕਿ ਹਰ ਜ਼ਰੂਰਤਮੰਦ ਦੀ ਸਹਾਇਤਾ ਕਰੇਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇਹਨੂੰ ਕੰਟੀਨਿਊ ਰੱਖੋਗੇ ਹਾਂਜੀ ਹਾਂਜੀ ਬਿਲਕੁਲ ਜੀ ਅ ਕਿਉਂਕਿ ਅਸੀਂ ਆਲਰੇਡੀ ਪ੍ਰੋਮਿਸ ਕੀਤਾ ਹੋਇਆ ਆਪਣੇ ਉਹਨਾਂ 브ਦਰ ਸਿਸਟਰਜ਼ ਨੂੰ ਜੋ ਸਾਡੇ ਦੂਸਰੇ ਜੀ ਸਾਈਡ ਦੇ 브ਦਰ ਸਿਸਟਰਜ਼ ਆ ਜੀ ਕਿ We will be there for them, mm. so we will be keep doing uh, whatever we can do mm. uh, for them, as uh, providing a food, providing uh, any other help. Like last year, uh, we provided a uh, warm jackets, Hanji. the hats, gloves. We G. we have done that, and uh, sorry ma'am. ਪੰਜਾਬੀ ਚ ਬੋਲਣਾ ਨਹੀਂ ਨਹੀਂ ਪੰਜਾਬੀ ਚ ਬੋਲੋ ਆਫ ਕੋਰਸ ਹਾਂਜੀ ਹਾਂਜੀ ਮੈਨੇ ਇਧਰ ਅੰਗਰੇਜ਼ੀ ਮਲਮਲੀ ਆ ਜਾਂਦੀ ਜਿਹੜੇ ਬੰਦੇ ਇਧਰ ਪੁਰਾਣਾ ਆਇਆ ਨਾ ਤੇ ਉੱਥੇ ਅਸੀਂ ਦਵਾਈਆਂ ਵੀ ਲੈ ਕੇ ਜਾਂਦੇ ਆ ਉਹਨਾਂ ਲਈ ਜਿਹੜੀ ਕਿ ਉਹ ਬੜੇ ਹੈਰਾਨ ਹੋਏ ਜਦੋਂ ਅਸੀਂ ਉਹਨਾਂ ਲਈ ਔਰ ਦਾ ਕਾਊਂਟਰ ਜਿਹੜੀਆਂ ਮੈਡੀਸਿਨਸ ਆ ਨਾ ਉਹ ਲੈ ਕੇ ਜਾਂਦੇ ਆ ਤਾਂ ਦੇਰ ਲਈ ਲਾਈਕ ਇਟ ਦੇਰ ਲਈ ਅਪਰੀਸ਼ੀਏਟ ਜੀ ਜੀ ਤੇ ਉਸ ਦੇ ਨਾਲ ਅਸੀਂ ਹੁਣ ਅੱਗੇ ਜਿਹੜੇ ਇਹ ਜਿਹੜਾ ਫੂਡ ਆ ਉਹਨੂੰ ਐਕਸਪੈਂਡ ਕਰਨਾ ਚਾਹੁੰਦੇ ਆ ਹੂੰ ਐਕਸਪੈਂਡਰ ਇੱਕ ਉਹਨੂੰ ਵੱਖ-ਵੱਖ ਥਾਂਾਂ ਤੇ ਜਿੱਦਾਂ ਹੁਣ ਅਸੀਂ ਕਲੇ ਡਾਊਨਟਾਊਨ ਦੇ ਵਿੱਚ ਜਾਂਦੇ ਆ ਤੇ ਹੁਣ ਉਸ ਤੋਂ ਅੱਗੇ ਅਸੀਂ ਇੱਕ ਦੋ ਹੋਰ ਸਟਾਲਾਂ ਲਾਣੀਆਂ ਚਾਹੁੰਦੇ ਆ ਐਜ਼ ਜਦੋਂ ਵੀ ਸਾਡੇ ਵਲੰਟੀਅਰ ਹੋਰ ਸਾਨੂੰ ਮਿਲਦੇ ਆ ਤੇ ਰਿਸੋਰਸ ਜੌਰ ਮਿਲਦੇ ਆ ਤੇ ਉਸ ਤੋਂ ਬਾਅਦ ਜਿੱਦਾਂ ਹੋਰ ਜਿਹੜੀਆਂ ਸੰਸਥਾਵਾਂ ਆ ਇਹਨਾਂ ਦੀਆਂ ਗੋਰਿਆਂ ਦੀਆਂ ਆ ਉਹ ਬਹੁਤ ਵਧੀਆ ਕੰਮ ਕਰ ਰਹੀਆਂ ਉਹ ਸਾਡੇ ਸਿੱਖਾਂ ਨਾਲ ਵੀ ਵਧੀਆ ਕੰਮ ਕਰ ਰਹੀਆਂ ਅਸੀਂ ਉਹਨਾਂ ਨਾਲ ਕੋਲੈਬੋਰੇਟ ਕਰ ਰਹੇ ਹਾਂ ਜਿੱਦਾਂ ਇੱਥੇ ਇੱਕ ਫੋਰਵਰਡ ਇੰਡੀਆ ਹੈ ਗਿਆ ਉਹਨਾਂ ਨੇ ਪੈਂਟਰੀਜ਼ ਰੱਖੀਆਂ ਸਾਰੇ ਸ਼ਹਿਰ ਦੇ ਵਿੱਚ ਕਮਿਊਨਿਟੀ ਪੈਂਟਰੀਜ਼ ਮਤਲਬ ਉੱਥੇ ਕੋਈ ਵੀ ਜਾ ਕੇ ਮਤਲਬ ਬੇਸਿਕ ਫੂਡ ਆਈਟਮਸ ਤੁਹਾਡੇ ਲਈ ਖੁੱਲ੍ਹਾ ਤੱਕ ਜਿਹੜਾ ਉਹ ਰੱਖ ਸਕਦਾ ਲੋੜਵੰਦ ਚੱਕ ਸਕਦਾ ਵਾਹ ਅਸੀਂ ਜਸਟ ਦੋ ਤਿੰਨ ਬਿਕਾਂ ਤੋਂ ਅਸੀਂ ਮੈਂ ਤੇ ਮੇਰੇ ਫਰੈਂਡ ਆ ਅਸੀਂ ਚਾਈਦਾ ਆ ਉਹਨਾਂ ਪੈਂਟਰੀਆਂ ਦੇ ਵਿੱਚ ਸਮਾਨ ਜੋ ਵੀ ਕੈਨ ਫੂਡ ਹੈਗਾ ਨਾ ਜੋ ਵੀ ਹਾਂਜੀ ਉਹ ਸਾਰਾ ਉਹ ਰੱਖੀਦੇ ਆ ਤੇ ਅਸੀਂ ਉਹਨਾਂ ਨਾਲ ਕੋਲੈਬੋਰੇਟ ਕਰ ਰਹੇ ਆ ਤੇ ਇਸ ਤਰ੍ਹਾਂ ਦੇ ਕੰਮ ਇਹ ਤਾਂ ਜਿਹੜੇ ਹੈਗੇ ਉਹ ਉਹਨਾਂ ਦੀ ਭਲਾਈ ਲਈ ਜਾਰੀ ਰਹਿਣਗੇ ਜੀ ਤੇ ਦੂਸਰੇ ਪੱਖੇ ਜੋ ਜੋ ਅਸੀਂ ਇਨ ਰਿਟਰਨ ਜੋ ਅਸੀਂ ਚਾਹੁੰਦੇ ਆ ਕਿ ਸਾਡੀ ਆਇਡੈਂਟੀਟੀ ਆ ਸਿੱਖੀ ਦੀ ਆਇਡੈਂਟੀਟੀ ਗੁਰੂ ਸਾਹਿਬ ਦਾ ਜੋ ਫਲਸਫੀ ਆ ਜੋ ਮਾਨਵ ਕੀ ਜਾਤ ਸਭੇ ਇੱਕੇ ਪਹਿਚਾਨ ਬੋਦਾ ਜੋ ਸਨੇਹਾ ਆ ਉਹ ਅਸੀਂ ਦੇਣ ਦੇਈ ਜਾਣਾ ਇਸ ਤਰੀਕੇ ਨਾਲ ਤੇ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਵੈਂਟ ਸੋਚੇ ਹੋਏ ਆ ਤੇ ਉਹ ਇਵੈਂਟ ਇਦਾਂ ਦੇ ਅਸੀਂ ਕਰਾਂਗੇ ਜਿਹਦੇ ਨਾਲ ਸਾਡੀ ਆਇਡੈਂਟੀਟੀ ਵੀ ਜਾਵੇ ਤੇ ਲੋਕਾਂ ਨੂੰ ਇਹਨਾਂ ਨੂੰ ਪਤਾ ਵੀ ਲੱਗੇ ਕਿ ਇਹ ਇੱਕ ਇਹ ਇਹ ਜਿਹੜੀ ਕਮਿਊਨਿਟੀ ਆ ਵੀ ਇੱਕ ਸਾਡੇ ਵਰਗੀ ਅਮਰੀਕਨ ਪਾਰਟ ਆਫ ਅਮਰੀਕਨ ਸੋਸਾਇਟੀ ਐਬਸੋਲੂਟਲੀ ਦੈਸ ਵੀ ਆਰ ਟ੍ਰਾਈਿੰਗ ਟੂ ਡੂ ਵੀ ਆਰ ਪਾਰਟ ਆਫ ਅਮਰੀਕਨ ਸੋਸਾਇਟੀ ਜੀ ਬਿਲਕੁਲ ਯਾ ਅੱਛਾ ਮੈਂ ਇੱਕ ਸਵਾਲ ਕਿਸਾਨਾਂ ਦੇ ਨਾਲ ਹੀ ਸੰਬੰਧਿਤ ਪੁੱਛਣਾ ਚਾਹ ਹਾਂ ਹੋਰ ਕਿ ਜਿੱਥੇ ਦੁਨੀਆ ਪਰ ਦੇ ਕਰੋੜਾਂ ਲੋਕ ਕਹਿ ਰਹੇ ਨੇ ਵੀ ਇਹ ਕਾਨੂੰਨ ਗਲਤ ਨਹੀਂ ਕਰੋੜਾ ਪੂਰੀ ਦੁਨੀਆ ਦੇ ਵਿੱਚ ਈਵਨ ਜਿਹੜੇ ਹਿੰਦੁਸਤਾਨ ਨਾਲ ਸੰਬੰਧ ਨਹੀਂ ਵੀ ਰੱਖਦੇ ਬਾਹਰਲੇ ਸੈਲੀਬ੍ਰਿਟੀ ਹੈਗੇ ਬਹੁਤ ਵੱਡੇ ਵੱਡੇ ਉਹਨਾਂ ਨੇ ਵੀ ਕਿਹਾ ਵੀ ਇਹ ਕਿਸਾਨਾਂ ਦਾ ਸਾਥ ਦਿੱਤਾ ਇਹ ਸਿਰਫ ਇੱਕ ਮੋਦੀ ਸਰਕਾਰ ਨੂੰ ਹੀ ਕਿਉਂ ਲੱਗਦਾ ਕਿ ਇਹ ਕਾਨੂੰਨ ਸਹੀ ਨਹੀਂ ਤੇ ਉਹ ਕਹਿੰਦੇ ਸਾਡੀ ਮਜਬੂਰੀ ਹੈ ਕਿਹੜੀ ਮਜਬੂਰੀ ਹੋ ਸਕਦੀ ਉਹਨਾਂ ਦੀ ਵੈਸੇ ਤਾਂ ਇਹ ਪੋਲਿਟਿਕਲ ਕੁਐਸਚਨ ਹੈ ਜਿਆਦਾ ਕਿਉਂਕਿ ਮੋਦੀ ਦੀ ਜਦੋਂ ਆਪਾਂ ਗੱਲ ਕਰਦੇ ਆ ਬਟ ਵੀ ਟ੍ਰਾਈਂਗ ਟੂ ਐਜ਼ ਅ ਜੋ ਮੈਰੀ ਪ੍ਰੇਜ਼ੈਂਟ ਕਰਦਾ ਜੋ ਵੀ ਆਪਾਂ ਸੇਵਾ ਦੀ ਗੱਲ ਕਰਦੇ ਆ ਸਿੱਖੀ ਦੇ ਵੱਲੋਂ ਸੇਵਾ ਦੀ ਗੱਲ ਆਮ ਟ੍ਰਾਈਂਗ ਟੂ ਬੀ ਸਟੇ ਨਿਊਟਰਲ ਬਟ ਪਰ ਤੁਹਾਨੂੰ ਪਤਾ ਹੀ ਆ ਕਿ ਮੋਦੀ ਨੂੰ ਕਿਉਂ ਚੰਗੇ ਲੱਗਦੇ ਆ ਇਹ ਜੋ ਮੋਟਾ-ਮੋਟਾ ਆਪਾਂ ਦੇਖਦੇ ਆ ਕਿ ਇਹੀ ਖ਼ਬਰਾਂ ਆ ਰਹੀ ਆ ਕਿ ਉਹਦੇ ਜਿਹੜੇ 2-4 ਕੋਆਪਰੇਟਿਵ ਹੈਗੇ ਆ ਫਰੈਂਡ ਹੈਗੇ ਆ ਉਹਨਾਂ ਦੀ ਜਿਹੜੀ ਉਹ ਜੋ ਚੇਨ ਉਹਨਾਂ ਨਾਲ ਲਿੰਕ ਉਹਦੇ ਜੁੜਦੇ ਆ ਉਹੀ ਲੱਗਦੇ ਆ ਜਦੋਂ ਵੀ ਬਾਕੀ ਜ਼ਿਆਦਾ ਮੈਂ ਨੇ politcal ਬੰਦਾਨੀ ਮੈਂ ਮੈਂ ਕਰੀਅਰ ਕਰ ਦਿੰਨਾ ਮੋਦੀ ਸਾਹਿਬ ਕਹਿੰਦੇ ਮੈਂ ਚੌਂਕੀਦਾਰ ਹਾਂ ਚੌਂਕੀਦਾਰ ਦੇ ਮਾਲਕ ਹਮੇਸ਼ਾ ਹੋਰ ਹੁੰਦੇ ਨੇ ਸਹੀ ਹੈ ਹੋ ਸਕਦਾ ਪਰ ਅਸੀਂ ਚਲੋ ਉਸ ਪਾਸੇ ਨਹੀਂ ਜਾਣਾ ਅਸੀਂ ਇਹ ਇੱਕ ਜਰੂਰ ਸਾਰਿਆਂ ਦੇ ਕਾਮਨ ਹੋਣ ਦੇ ਨਾਤੇ ਸਾਰਿਆਂ ਦੇ ਕਿਉਂਕਿ ਸੋਚ ਸਾਡੀ ਸਭ ਦੀ ਕਿਸਾਨ ਅੰਦੋਲਨ ਤੇ ਟਿਕੀ ਹੋਈ ਹੈ ਵੀ ਆਉਣ ਵਾਲੇ ਸਮੇਂ ਚ ਕੀ ਬਣੂ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਦੇਰ ਹਜੇ ਹੋਰ ਲੱਗ ਸਕਦੀ ਹੈ ਕਿਸਾਨਾਂ ਨੂੰ ਇਸ ਸੰਘਰਸ਼ ਦੀ ਜੋ ਹੁਣ ਤੱਕ ਅਸੀਂ ਦੇਖ ਰਹੇ ਹਾਂ ਅਜੇ ਟਾਈਮ ਲੱਗ ਸਕਦਾ ਹੈ ਕਿਉਂਕਿ ਜੋ ਉਹਨਾਂ ਦਾ ਬਤੀਰਾ ਆਇਆ ਜੋ ਜੋ ਜਿੱਦਾਂ ਦਾ ਰੌ ਉਹ ਆਪਣਾ ਸ਼ੋਅ ਕਰ ਰਹੇ ਆ ਮੈਨੂੰ ਨਹੀਂ ਲੱਗਦਾ ਇੰਨੀ ਛੇਤੀ ਅਜੇ ਮੰਨਣਗੇ ਹਮ ਪਰ ਅਸੀਂ ਤਾਂ ਅਰਦਾਸ ਕਰ ਰਹੇ ਹਾਂ ਕਰ ਸਕਦੇ ਆ ਤੇ ਅਸੀਂ ਅਰਦਾਸ ਕਰ ਰਹੇ ਆ ਕਿ ਇਹ ਜਿੰਨੀ ਵੀ ਛੇਤੀ ਹੋਵੇ ਗੁਰੂ ਸਾਹਿਬ ਇਹਨਾਂ ਦੀ ਮੰਨ ਮੰਨਨ ਸਪੱਤਿਆ ਪਾਵੇ ਬਟ ਬਟ ਇਥੇ ਸਵਾਲ ਜ਼ਰੂਰ ਮੈਂ ਪੁੱਛਣਾ ਚਾਹੁੰਦੀ ਆ ਜਾਂ ਤੁਸੀਂ ਇਹ ਮੈਸੇਜ ਸ਼ੇਅਰ ਸ਼ੇਅਰ ਕਰ ਸਕਦੇ ਹੋ ਵਧੀਆ ਤਰੀਕੇ ਨਾਲ ਕਿਉਂਕਿ ਤੁਸੀਂ ਇਸ ਕੰਮ પાસે ਲੱਗੇ ਹੋਏ ਹੋ ਜਿੱਥੇ ਸਾਡੇ ਤਾਂ ਕੰਟਰੋਲ 'ਚ ਨਹੀਂ ਹੈਗਾ ਇੱਕ ਮਾਮੂਲੀ ਤੌਰ ਤੇ ਕਿ ਇਸ ਚੀਜ਼ ਦਾ ਹੱਲ ਕੱਲ ਹੋ ਜਾਏ ਚਾਹੇ ਪਾਵੇ ਸਾਡੀ ਉਮੀਦ ਤਾਂ ਉਹੀ ਹੈ ਬਟ ਖਾਸ ਕਰਕੇ ਐਨਆਰਆਈਸ ਖਾਸ ਕਰਕੇ ਜਿਸ ਤਰ੍ਹਾਂ ਤੁਸੀਂ ਇਸ ਸੰਸਥਾ ਦੇ ਰਾਹੀ ਕੰਮ ਨਾ ਕਾਰਜ ਸੇਵਾ ਕਰ ਰਹੇ ਹੋ ਸਾਡਾ ਕੀ ਫਰਜ਼ ਬਣਦਾ ਹੈ ਕਿ ਜਦੋਂ ਤੱਕ ਇਹ ਚੀਜ਼ ਚੱਲਦੀ ਹੈ ਸਾਡੀ ਕੀ ਸਪੋਰਟ ਹੋਣੀ ਚਾਹੀਦੀ ਕਿੱਦਾਂ ਸਪੋਰਟ ਹੋਣੀ ਚਾਹੀਦੀ ਹੈ ਹਾਂਜੀ ਸਪੋਰਟ ਐਕਚੁਅਲੀ ਦੋ ਤਰ੍ਹਾਂ ਦੀ ਸਪੋਰਟ ਆਪਾਂ ਐਨਆਰਆਈ ਜਿਹੜੇ ਕਰ ਸਕਦੇ ਹਾਂ ਇੱਕ ਮੋਰਲ ਸਪੋਰਟ ਆ ਮੋਰਲ ਸਪੋਰਟ ਇਕ ਤਾਂ ਹੈ ਕਿ ਜਿੱਦਾਂ ਅਸੀਂ ਇੱਥੇ ਆਰਗੇਨਾਈਜ਼ ਕਰਦੇ ਆ ਸਾਡੇ ਸ਼ਹਿਰ ਦੇ ਵਿੱਚ ਵੀ ਸਾਡੀ ਕਮਿਊਨਿਟੀ ਨੇ ਆ ਕਾਰ ਰੈਲੀ ਆਰਗੇਨਾਈਜ਼ ਕੀਤੀ ਸੀ ਉਹਦੇ ਵਿੱਚ ਅਸੀਂ ਬੜੇ ਉਤਸ਼ਾਹ ਦੇ ਨਾਲ ਹਿੱਸਾ ਲਿਆ ਤੇ ਵੀ ਟ੍ਰਾਈ ਟੂ ਕਨਵੇਅਰ ਮੈਸੇਜ ਟੂ ਦ ਲੋਕਲ ਪਬਲਿਕ ਐਂਡ ਲੋਕਲ ਅਫੀਸ਼ੀਅਲਸ ਦੱਟ ਵੀ ਦੇ ਕੈਨ ਪ੍ਰੈਸ਼ਰਾਈਜ਼ ਅਮਰੀਕਨ ਕਬਰ ਬਿਲਕੁਲ ਬਿਲਕੁਲ ਇੱਕ ਤਾਂ ਇਹ ਤਰੀਕਾ ਆ ਦੂਸਰਾ ਆ ਕਿ ਫਾਈਨੈਂਸ਼ਲੀ ਸਾਨੂੰ ਉਹਨਾਂ ਦੀ ਸਪੋਰਟ ਕਰਦੇ ਰਹਿਣਾ ਚਾਹੀਦਾ ਹੁਣ ਜੋ ਜਿੱਦਾਂ ਗਵਰਨਮੈਂਟ ਕਰ ਰਹੀ ਆ ਸਾਰਾ ਕੁਝ ਟਾਈਟ ਸਾਡੇ ਤੇ ਐਨਆਰਈ ਤੇ ਸ਼ਕੰਜੇਪੂਰੇ ਕੱਸੇ ਪਾਏ ਆ ਕਿ ਅਸੀਂ ਉਹਨਾਂ ਦੀ ਸਪੋਰਟ ਨਾ ਕਰ ਸਕੀਏ ਤੇ ਮੈਂ ਕਹਿੰਦਾ ਕਿ ਵੱਡੇ ਲੈਵਲ ਤੇ ਨਹੀਂ ਤਾਂ ਆਪਾਂ ਨੂੰ ਜਿੱਦਾਂ ਛੋਟੇ-ਛੋਟੇ ਪਿੰਡ ਲੈਵਲ ਤੇ ਘਟੂ-ਘਟਾ ਆਪਣੇ ਪਿੰਡ ਵਾਲੇ ਦੀ ਸਪੋਰਟ ਕਰ ਸਕਦੇ ਹਾਂ ਬਿਲਕੁਲ ਪਿੰਡ ਲੈਵਲ ਤੇ ਉਹ ਛੋਟੇ-ਛੋਟੇ ਬਚਤ ਕਰਕੇ ਉਹਨਾਂ ਦੀ ਸਾਨੂੰ ਉਸ ਤਰੀਕੇ ਨਾਲ ਛੋਟੀ ਲੈਵਲ ਤੇ ਸਪੋਰਟ ਆਪਣੀ ਕਿਸੇ ਨਾ ਕਿਸੇ ਤਰੀਕੇ ਨਾਲ ਕਰਦੇ ਰਹਿਣਾ ਚਾਹੀਦਾ ਤੇ ਤਾਂ ਕਿ ਮਤਲਬ ਉਹ ਆਪਣਾ ਉਹ ਜਿਹੜਾ ਉੱਥੇ ਦਾ ਮੋਮੈਂਟਮ ਆ ਅ ਮੂਵਮੈਂਟ ਦਾ ਉਹ ਨਾ ਬ੍ਰੇਕ ਹੋਵੇ ਤੇ ਬਾਕੀ ਇੱਕ ਹੋਰ ਜਿਹੜੀ ਮੈਂ ਸਾਰੇ ਪੰਜਾਬੀਆਂ ਨੂੰ ਸਿੱਖਾਂ ਨੂੰ ਗੈਰ ਸਿੱਖਾਂ ਨੂੰ ਸਾਰਿਆਂ ਨੂੰ ਇਹ ਜਿਹੜੀ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਇਹ ਕਿਸਾਨੀ ਦਾ ਮੁੱਦਾ ਹੈ ਪੂਰੇ ਭਾਰਤ ਦਾ ਮੁੱਦਾ ਹੈ ਨਾ ਕੱਲੇ ਪੰਜਾਬ ਦਾ ਨਾ ਹਰਿਆਣੇ ਦਾ ਪੂਰੇ ਭਾਰਤ ਦਾ ਮੁੱਦਾ ਹੈ ਤੇ ਇਹਨੂੰ ਆਪਾਂ ਕੋਈ ਹੋਰ ਰੰਗਤ ਨਾ ਦੇਣ ਦੀ ਕੋਸ਼ਿਸ਼ ਕਰੀਏ ਜੀ ਸਭ ਤੋਂ ਵੱਡਾ ਸਭ ਤੋਂ ਵੱਡਾ ਸੁਨੇਹਾ ਹੀ ਇਹ ਹੈ ਸਭ ਤੋਂ ਵੱਡਾ ਸੁਨੇਹਾ ਮੈਂ ਇਹ ਹੀ ਦੇਣਾ ਚਾਹੁੰਦਾ ਜੀ ਕਿ ਆਪਾਂ ਇੱਕ ਕਿਸਾਨੀ ਦੇ ਮੁੱਦੇ ਨੂੰ ਕਿਸਾਨੀ ਦੇ ਕਿਸਾਨਾਂ ਦੇ ਤੌਰ ਤੇ ਇਹਨੂੰ ਲੜੀਏ ਤੇ ਲੀਡਰਸ਼ਿਪ ਦੀ ਜੋ ਵੀ ਸਾਂਝੀ ਕਾਲ ਆਉਂਦੀ ਆ ਉਹਨੂੰ ਮੰਨ ਕੇ ਅਗੇ ਤੁਰੇ ਤਾਂ ਮੇਰਾ ਖਿਆਲ ਹੈ ਫਿਰ ਆਪਾਂ ਕਾਮਯਾਬ ਹੋਵਾਂਗੇ ਆਦਰਵਾਇਜ਼ ਤਾਂ ਗਵਰਨਮੈਂਟ ਤਾਂ ਚਾਹੁੰਦੀ ਆ ਯਾਰੀ ਕਿ ਇਹ ਇਹ ਕੋਈ ਹੋਰ ਗੱਲਾਂបਾਤਾਂ ਬਣਾ ਕੇ ਇਹਨੂੰ ਅਸੀਂ ਕਿਸੇ ਤਰੀਕੇ ਨਾਲ ਖੰਡਾ ਦੀ ਬਿਲਕੁਲ ਜੀ ਗਵਰਨਮੈਂਟ ਨੇ ਬਹੁਤ ਕੋਸ਼ਿਸ਼ ਕੀਤੀ ਪਾਰ ਪਾਉਣ ਦੀ ਕਾਫੀ ਪੈ ਵੀ ਗਏ ਸੀਗੇ ਪਰ ਫਿਰ ਸੂਤ ਆ ਗਏ ਤੇ ਚਲੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਤੋਖੀਰ ਦੇ ਵਿੱਚ ਦੋ ਸ਼ਬਦ ਕਹਿਣੇ ਚਾਹੁੰਦੇ ਹਾਂ ਸਾਡੇ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਨੂੰ ਤਾਂ ਜ਼ਰੂਰ ਕਹਿ ਸਕਦੇ ਹਾਂਜੀ ਅ ਐਜ਼ ਬੀਇੰਗ ਸਿੱਖ ਆਪਾਂ ਨੂੰ ਜੋ ਸਿੱਖੀ ਦਾ ਜੋ ਫਿਲਾਸਫੀ ਬੇਸਿਕ ਫਿਲਾਸਫੀ ਹੈ ਮਾਨਵਤਾ ਦੀ ਉਹਨੂੰ ਨਹੀਂ ਛੱਡਣਾ ਚਾਹੀਦਾ ਅਸੀਂ ਜਿੱਥੇ ਵੀ ਬੈਠੇ ਆ ਅਸੀਂ ਸਾਰੇ ਵਰਲਡ ਦੇ ਵਿੱਚ ਤਾਂ ਆਪਣਾ ਨਾਂ ਜੋ ਹੈਗਾ ਠੀਕ ਹੈ ਪਰ ਲੋਕਲੀ ਜਿੱਦਾਂ ਇੱਕ ਕਹਾਵਤ ਮੈਂ ਬਚਪਨ ਤੋਂ ਸੁਣੀ ਸੀ ਜੀ ਕਿ ਥਿੰਕ ਗਲੋਬਲੀ ਐਕਟ ਲੋਕਲੀ ਹੂੰ ਟੇਕ گلੋਬਲੀ ਸਾਨੂੰ ਸੋਚ ਆਪਣੀ ਇੰਨੀ ਵਿਸ਼ਾਲ ਰੱਖੋ ਦੁਨੀਆ ਦੇ ਤੌਰ ਤੇ ਬਟ ਐਕਟ ਲੋਕਲੀ ਐਕਟ ਆਪਣੇ ਘਰ ਤੋਂ ਸ਼ੁਰੂ ਕਰੋ ਆਪਣੇ ਗਵੰਡੀ ਤੋਂ ਆਪਣੇ ਮਹੱਲੇ ਤੋਂ ਆਪਣੇ ਸ਼ਹਿਰ ਤੋਂ ਤਾਂ ਹੀ ਇਹ ਸਮਾਜ ਆ ਜਿਹੜਾ ਵਧੀਆ ਸਮਾਜ ਬਣ ਸਕਦਾ ਹੈ ਤਾਂ ਹੀ ਸਿੱਖੀ ਦਾ ਜਿਹੜਾ ਜੋ ਅਸੀਂ ਸਿੱਖੀ ਨੂੰ ਆਪਾਂ ਲੈ ਕੇ ਜਾਣਾ ਚਾਹੁੰਦੇ ਆ ਘਰ ਘਰ ਤੱਕ ਮੇਰੀ ਇਹ ਅਪੀਲ ਆ ਕਿ ਆਪਾਂ ਨੇ ਘਰ ਘਰ ਤੱਕ ਨਹੀਂ ਲੈ ਕੇ ਜਾਣੀ ਸਿੱਖੀ ਆਪਾਂ ਨੇ ਦਿਲ-ਦਿਲ ਤੱਕ ਲੈ ਕੇ ਜਾਣੀ ਆ ਤੇ ਉਹਦੇ ਲਈ ਸਾਨੂੰ ਆਪਣੇ ਦਿਲੋਂ ਸਿੱਖੀ ਲਈ ਪਿਆਰ ਤੇ ਸੇਵਾ ਜੀ ਸੇਵਾ ਭਾਵਨਾ ਸੇਵਾ ਭਾਵਨਾ ਦੇ ਨਾਲ ਆਪਾਂ ਨੂੰ ਲੋਕਾਂ ਤੱਕ ਜਾਣਾ ਪੈਣਾ ਤੇ ਫਿਰ ਸਿੱਖੀ ਦਿਲਾਂ ਦੇ ਤੱਕ ਜਾਵੇਗੀ ਫਿਰ ਜੋ ਗੁਰੂ ਸਾਹਿਬ ਜਿਹੜੀ ਹੈਗੀ ਆ ਸਿੱਖੀ ਗੁਰੂ ਸਾਹਿਬ ਦੀ ਉਹਦੀ ਚੜ੍ਹਦੀ ਕਲਾ ਫੇਰੀ ਹੋਵੇਗੀ ਜੀ ਬਹੁਤ ਮਿਹਰਬਾਨੀ ਤੁਹਾਡੀ ਜੈਸੀ ਸਿੰਘ ਜੀ ਤੇ ਅਸ਼ਮਦਾ ਜੀ ਮੇਰੇ ਖਾਲ ਬ੍ਰੇਕ ਦਾ ਇੱਕ ਸਮਾਂ ਹੋ ਗਿਆ ਤੇ ਬ੍ਰੇਕ ਲੈਣੀ ਪੈ ਗਈ ਜਿਹੜਾ ਸਾਡੇ ਦਰਸ਼ਕ ਨੇ ਘਰਾਂ ਵਿੱਚ ਬੈਠੇ ਇਸੇ ਤਰ੍ਹਾਂ ਨਾਲ ਜੁੜੇ ਰਹੋ ਇੱਕ ਵਾਰ ਫਿਰ ਬੇਗ ਤੋਂ ਪਹਿਲਾਂ ਅਸੀਂ ਕਾਮਨਾ ਕਰਦੇ ਹਾਂ ਅਰਦਾਸ ਕਰਦੇ ਪ੍ਰਮਾਤਮਾ ਅੱਗੇ ਵੀ ਜਿਹੜਾ ਇਹ ਕਿਸਾਨ ਅੰਦੋਲਨ ਹੈ ਉਹ ਜਲਦੀ ਤੋਂ ਜਲਦੀ ਖਤਮ ਹੋਵੇ ਤੇ ਜਿੱਤ ਦੇ ਨਾਲ ਖਤਮ ਹੋਵੇ ਦੇਖਦੇ ਰਹੋ ਜੱਸ ਪੰਜਾਬੀ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਹਾਜ਼ਰ ਹੈ ਜੀ ਅਸੀਂ ਜਿਵੇਂ ਕਿ ਪਹਿਲਾਂ ਸ਼ੁਰੂ ਤੋਂ ਹੀ ਪ੍ਰੋਗਰਾਮ ਦੇ ਦੱਸਦੇ ਆ ਰਹੇ ਹਾਂ ਕਿ ਸਾਡਾ 2021 ਦਾ ਪਹਿਲਾ ਰੋਡ ਟ੍ਰਿਪ ਹੈਗਾ ਸਾਡੀ ਟੀਮ ਦਾ ਨਿਊਯਾਰਕ ਤੋਂ ਸਾਡੀ ਟੀਮ ਚੱਲੀ ਸੀਗੀ ਇਹ ਦਿਨ ਨੂੰ ਇੰਡੀਅਨ ਐਪਲਸ ਸ਼ਿਕਾਗੋ ਦੇ ਸਵੇਰੇ ਸੀਗੇ ਜੀ ਅਸੀਂ ਨਾਮ ਹੀ ਬੜਾ ਕਸੁੱਤਾ ਜਿਹਾ ਪਿੰਡ ਦਾ ਪਿੰਡ ਦਾ ਤੇ ਕਲਾਮਾਜੋ ਤੇ ਕੱਲ ਨੂੰ ਇੰਡੀਆ ਨਾ ਹੋਵਾਂਗੇ ਔਰ ਇਹ ਸਾਰਾ ਟੂਰ ਜਿਹੜਾ ਹੈਗਾ ਦੇਖ ਰੇਕ ਚੱਲ ਰਹੀ ਹੈ ਜਿਮੀ ਬਰਾੜ ਦੀ ਸੋ ਇਹ ਦੇਖੋ ਜੀ ਜਿੱਥੇ ਆਏ ਹੋਈਏ ਤੇ ਉੱਥੇ ਫਿਰ ਉਹਨਾਂ ਦਾ ਤਾਂ ਗੱਲਬਾਤ ਕਰਨੀ ਪੈਣੀ ਆ ਸੋ ਜਿੱਥੇ ਮੈਂ ਘਰਮ ਵਿੱਚ ਬੈਠੇ ਦਰਸ਼ਕਾਂ ਦਾ ਧੰਨਵਾਦ ਕਰਦਾ ਉੱਥੇ ਇੱਕ ਵਾਰ ਆਸ਼ਮਦਾ ਜੀ ਆਪਾਂ ਜਿਮੀ ਬਰਾੜੀ ਦਾ ਵੀ ਤੁਹਾਡਾ ਸਵਾਗਤ ਕਰਦੇ ਆ ਜੀ ਤੇ ਔਰ ਤੁਸੀਂ ਸਾਡਾ ਆਪਦੇ ਇਲਾਕੇ ਸਵਾਗਤ ਕਰ ਲਓ ਜੀ ਧੰਨਵਾਦ ਤੁਹਾਡਾ ਪਹਿਲਾਂ ਤਾਂ ਦੇਖੋ ਜੀ ਮਾਈਕ ਕਿੰਨੀ ਆਵਾਜ਼ ਤੇ ਪੈ ਗਈ ਹੈ ਹੈਡੀ ਜੀ ਦੀ ਮਾਈਕ ਕੌਣ ਦੀ ਕੌਣ ਦੀ ਨਹੀਂ ਦੇਖੋ ਜੀ ਮਾਈਕ ਨਾਲ ਇਹ ਫੜਾ ਰਹੇ ਹੁਣ ਖੂਬ ਥੋੜੀ ਜ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਜਿਹਨਾਂ ਨੇ ਆਹ ਇਨਾ ਟਾਈਮ ਕੱਢਿਆ ਦੂਜਾ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਸਟੀਵੀ ਨੇ ਮੈਨੂੰ ਇੱਕ ਉਹ ਚੀਜ਼ ਦਿੱਤੀ ਆ ਜਿਹੜਾ ਸੋਚੀ ਤਾਂ ਬਹੁਤ ਵੱਡੀ ਚੀਜ਼ ਆ ਜਿਹੜੇ ਇੱਕ ਮਨਸ਼ਾ ਦਿੱਤਾ ਉਹਦੇ ਜਰੀਏ ਮੈਂ ਇੱਕ ਕਮੇਡ ਜਿਹੜੀ ਸਾਡੀ ਕਮਿਊਨਿਟੀ ਆ ਪੰਜਾਬੀ ਉਹਨਾਂ ਦੀ ਸੇਵਾ ਕਰਨੀ ਚਾਹੁੰਦਾ ਜਾਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਉਹ ਲੈ ਕੇ ਆਉਣਾ ਚਾਹੁੰਦਾ ਪਰ ਮੇਰੇ ਲਈ ਅੱਜ ਸਭ ਤੋਂ ਖੁਸ਼ੀ ਦਾ ਗੱਲ ਇਹ ਆ ਕਿ 14 ਸਾਲ ਬਾਅਦ ਜਿਹੜੀ ਅਨਿਵਰਸਰੀ ਸੀ ਉਸ ਤੋਂ ਬਾਅਦ ਮੈਂ ਅੱਜ ਦੋ ਮੇਨ ਹੋਸਟ ਦੇ ਨਾਲ ਬੈਠ ਕੇ ਜਿਹੜੇ ਬਹੁਤ ਲੋਕੀ ਸੋਚਦੇ ਸੀ ਕਿਸੇ ਦਿਨ ਕਰਾਂਗੇ ਲੇਕਿਨ ਮੇਰੇ ਤੇ ਅੱਜ ਉਹ ਦਿਨ ਕੁਦਰਤੀ ਆ ਗਿਆ ਜਿਹੜੀ ਰਲਾਉਗੇ ਕਿਹਾ ਨਹੀਂ ਦੇਖੋ ਜੱਗੀ ਜੀ ਬਹੁਤ ਦੁਨੀਆ ਦਾ ਸੁਪਨਾ ਹੈ ਕਿ ਜੱਗੀ ਜੀ ਨੇ ਕੰਮ ਕਰਨਾ ਉਸ ਤੋਂ ਬਾਅਦ ਕਹਿੰਦੇ ਯਸ਼ਮਸਾ ਜੀ ਨਾਲ ਮੁੰਦਾ ਕਰਨਾ ਤੇ ਮੈਂ ਅੱਜ ਦੋਧਾ ਨਾਲ ਜੱਜ ਦੇ ਨਾਲ ਬੇ ਜੱਗੀ ਦੇ ਨਾਲ ਮੁੰਦਾ ਇਕੱਠੇ ਚੱਲੇ ਨੇ ਕਿੰਨਾ ਵਧੀਆ ਐਪੀਸੋਡ ਹੈ ਮੈਂ ਫਿਰ ਤੁਹਾਨੂੰ ਥੈਂਕ ਯੂ ਕਹਿਣਾ ਚਾਹੁੰਦਾ ਚਲੋ ਆਪਾਂ ਥੈਂਕ ਯੂ ਸੌਰੀ ਦੇ ਚੱਕਰਾਂ 'ਚ ਨਾ ਪੈ ਕੇ ਇਹ ਦੱਸੋ ਤੁਹਾਡਾ ਹੁਣ ਤਜਰਬਾ ਜਦੋਂ ਤੁਸੀਂ ਪਹਿਲਾਂ ਜਸ ਪੰਜਾਬੀ ਨਾਲ ਵਾਸਤੇ ਸ਼ੁਰੂ ਤੋਂ ਜੁੜੇ ਹੋ ਜਸ ਪੰਜਾਬੀ ਟੀਮ ਸਾਡੀ ਜਦੋਂ ਵੀ ਇੱਥੇ ਆਉਂਦੀ ਸੀ ਤੁਸੀਂ ਸਾਡਾ ਵੱਲ ਚੜ ਕੇ ਸਹਿਯੋਗ ਦਿੰਦੇ ਸੀ ਵੱਲ ਚੜ ਕੇ ਲੋਕਾਂ ਕਮਿਊਨਿਟੀ 'ਚ ਮਿਲਦੇ ਸੀ ਮਲਾਉਂਦੇ ਸੀ ਹੁਣ ਤੁਸੀਂ ਇੱਕ ਜਸ ਪੰਜਾਬੀ ਦਾ ਪੱਕੇ ਤੌਰ ਤੇ ਹਿੱਸਾ ਉਪਰਵਾਦ ਦਾ ਪਰਿਵਾਰਕ ਮੈਂਬਰ ਬਣਿਆ ਨੂੰ ਬਹੁਤ ਜਿਆਦਾ ਲੰਬਾ ਸਮਾਂ ਨਹੀਂ ਹੋਇਆ ਪਰ ਤੁਸੀਂ ਵਧੀਆ ਵਿਚਰ ਰਹੇ ਹੋ ਤਾਂ ਜਾਣਕਾਰੀ ਸਾਡਾ ਇਸ ਟੂਰ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਤੁਹਾਨੂੰ ਜਿੱਥੇ-ਜਿੱਥੇ ਜਾਈਏ ਸਾਰੇ ਜਣੇ ਇੰਟਰੋਡਿਊਸ ਕਰ ਸਕੀਏ ਤੇ ਤਾਂ ਕਿ ਤੁਸੀਂ ਕੋਈ ਵੀ ਖਬਰ ਹੈ ਕੋਈ ਕਮਿਊਨਿਟੀ ਦਾ ਕੰਮ ਹੈ ਕੋਈ ਧਾਰਮਿਕ ਪ੍ਰੋਗਰਾਮ ਹੈ ਸਾਰੇ ਤੁਸੀਂ ਕਵਰ ਕਰ ਸਕੋ ਤੇ ਹੁਣ ਜਿੰਨਾ ਵੀ ਤੁਹਾਡਾ ਤਜਰਬਾ ਹੈਗਾ ਹੁਣ ਇਸ ਤਰੀਕੇ ਨਾਲ ਜਸ ਪੰਜਾਬੀ ਨਾਲ ਜੁੜਿਆ ਦਾ ਉਹ ਕਿਸ ਤਰ੍ਹਾਂ ਦਾ ਰਿਹਾ ਇੱਕ ਚੀਜ਼ ਹੁੰਦੀ ਜਦੋਂ ਬੱਚਾ ਸਕੂਲੇ ਜਾਣਾ ਸਿੱਖਦਾ ਉਹਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਸਕੂਲੇ ਜਾ ਰਿਹਾ ਜਦੋਂ ਜਿੱਦਾਂ ਜਿੱਦਾਂ ਉਹ ਪੜਦਾ ਉਹਨੂੰ ਹੋਰ ਖੁਸ਼ੀ ਮਿਲਦੀ ਕਿ ਹੁਣ ਮੈਂ 10th ਗ੍ਰੇਡ ਹੋ ਗਿਆ ਹਾਂ 11th ਹੋ ਗਿਆ ਉਹ ਪੜਦਾ ਬੜਾ ਜਦ ਤੱਕ ਐਂਡ ਨਹੀਂ ਹੋ ਜਾਂਦਾ ਉਹ ਸਾਬ ਹੈ ਕਿ ਜਦੋਂ ਉਹਨਾਂ ਮੈਂ ਜਸ ਟੀਵੀ ਨਾਲ ਜੁੜਿਆ ਮੈਨੂੰ ਉਹ ਖੁਸ਼ੀ ਹੋਈ ਕਿ ਮੈਂ ਹਮੇਸ਼ਾ ਹੀ ਕਰਨਾ ਚਾਹੁੰਦਾ ਸੀ ਮੈਂ ਕਿਉਂ ਨਹੀਂ ਕੀਤਾ ਮੈਂ ਲੇਟ ਕਿਉਂ ਕੀਤਾ ਮੈਂ ਜੋ ਕਮਿਊਨਿਟੀ ਲਈ ਕਰਨਾ ਚਾਹੁੰਦਾ ਜਾਂ ਕਮਿਊਨਿਟੀ ਲੈ ਕੇ ਆਉਣਾ ਚਾਹੁੰਨਾ ਉਹ ਮੈਨੂੰ ਲੱਗਦਾ ਸਭ ਤੋਂ ਵਧੀਆ ਪਲੇਟਫਾਰਮ ਜਸਟੀਵੀ ਹੈ ਜਿਹੜਾ ਮੈਨੂੰ ਤੁਸੀਂ ਦਿੱਤਾ ਪਹਿਨੀ ਪਹਿੰਜੀ ਦੇ ਤਾਸ਼ਮੀਤਾ ਹੁਣ ਇੱਕ ਅਜੀ ਦਿੱਤੀ ਕਿ ਜੋ ਤੂੰ ਕਰਦਾ ਉਹ ਹੋਰ ਵਧੀਆ ਕਰ ਤੇ ਜਿਵੇਂ ਜਿਵੇਂ ਮੈਂ ਇੱਥੇ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਬਿਕੋਜ਼ ਯੂ نو ਇੱਕ ਵਾਰੀ ਫਿਰ ਜੱਗੀ ਜੀ ਤੁਹਾਡਾ ਤਾਂ ਕੈਲੀਫੋਰਨੀਆ ਪਹਿਲੇ ਵੀ ਸੀਗਾ ਤੇ ਹੁਣ ਮਤਲਬ ਤੁਸੀਂ ਉੱਥੇ ਦੇ ਹੈਨਾ ਲੀਡ ਹੈਗੇ ਤੇ ਨਿਊਯਾਰਕ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਅ ਪਰ ਹਮੇਸ਼ਾ ਮੈਨੂੰ ਇਹ ਬੜੀ ਇੰਟਰਸਟਿੰਗ ਦੀ ਚੀਜ਼ ਲੱਗਦੀ ਹੈ ਕਿ ਸਾਡੇ ਪੰਜਾਬੀ ਹਰ ਇੱਕ ਥਾਂ ਤੇ ਵਸ ਗਏ ਐ ਲੇਕਿਨ ਇੰਡੀਆਨ ਐਪਲਿਸ ਮਿਡ ਵੈਸਟ ਜੋ ਤੁਹਾਡਾ ਨੇ ਸਾਲਾਂ ਦਾ ਐਕਸਪੀਰੀਅੰਸ ਇੱਥੇ ਰਿਹਾ ਹੈ ਉਹਦੇ ਬਾਰੇ ਸਾਨੂੰ ਦੱਸੋ ਕਿ ਇੱਥੇ ਅਗਰ ਆਪਾਂ ਇਸ ਸਮਝ ਦੀ ਗੱਲ ਕਰਦੇ ਹਾਂ ਪ੍ਰੋਗਰਾਮਿੰਗ ਦੀ ਐ ਐਡਵਰਟਾਈਜ਼ਿੰਗ ਦੀ ਬਿਜ਼ਨਸ ਦੀ ਕੀ ਨੀਡਸ ਹਨ ਤੁਹਾਨੂੰ ਕੀ ਲੱਗਦਾ ਹੈ ਕਿ ਜਸ ਪੰਜਾਬੀ ਇੱਥੇ ਦੀ ਕਮਿਊਨਿਟੀ ਲਈ ਕੀ ਕਰ ਸਕਦਾ ਹੈ ਪਹਿਲਾਂ ਤਾਂ ਜਸ ਪੰਜਾਬੀ ਕੀ ਨਹੀਂ ਬਹੁਤ ਕੁਝ ਕਰ ਸਕਦਾ ਹੈ ਕਿ ਜਿਹੜੇ ਸਾਡੇ ਘਰਾਂ ਦੇ ਵਿੱਚ ਇੱਥੇ ਇਨੇ ਟੈਲੈਂਟ ਵਾਲੇ ਬੰਦੇ ਬੈਠੇ ਨੇ ਬਿਜ਼ਨਸਮੈਨ ਬੈਠੇ ਨੇ ਔਰ ਇਨੇ ਗੁਰੂਕਾਰ ਬਣ ਗਏ ਨੇ ਔਰ ਛੋਟੀਆਂ ਕਮਿਊਨਿਟੀ ਜਿੱਦਾਂ ਕਿ ਆਹਾ ਆਪਾਂ ਫੋਟੋ ਵੇਨ ਬੈਠੇ ਆ ਇੱਕ ਟਾਈਮ ਸੀ ਜਿੱਥੇ ਇੱਥੇ ਪੰਜਾਬੀ ਬੰਦਾ ਮਿਲਦਾ ਨਹੀਂ ਸੀ ਮੈਂ ਇੱਥੇ ਖੁਦ ਆ ਕੇ ਦੇਖਿਆ ਹੋਇਆ ਹੁਣ ਜਦੋਂ ਤੁਸੀਂ ਗੱਲ ਕਰਦੇ ਆ ਤੇ ਹਰ ਥਾਂ ਤੇ ਸਾਡਾ ਸਟੇਸ਼ਨ ਆ ਹੋਟਲ ਚ ਹਰ ਥਾਂ ਤੇ ਬੰਦਾ ਬੈਠਾ ਜੀ ਜੇ ਤੁਸੀਂ ਇਸ ਪੁਆਇੰਟ ਨੂੰ ਵੀ ਨਾਲ ਦੇਖ ਕੇ ਜਸ ਪੰਜਾਬੀ ਦੇ ذریعے ਆਪਾਂ ਛੋਟੇ ਛੋਟੇ ਟਾਊਨਾਂ ਨੂੰ ਮੜਾ ਸਕਦੇ ਲੋਕੀ ਅੱਗੇ ਆਉਣ ਤੋਂ ਘਰ ਆਉਂਦੇ ਸੀ ਕਿ ਛੋਟਾ ਜਾਂ ਟਾਊਨ ਆ ਮੈਂ ਕੀ ਕਰੂੰ ਹੁਣ ਕੋਈ ਵੀ ਪ੍ਰੋਬਲਮ ਪੈਂਦੀ ਆ ਅਸੀਂ ਓਵਰਨਾਈਟ ਫੋਨ ਕਰਕੇ ਕਿਤੇ ਵੀ ਟਾਊਨ ਬੰਦਾ ਲੱਭ ਲੀਦਾ ਵੀ ਉੱਥੇ ਪੰਜਾਬੀ ਬੇਟਾ ਜੀ ਇੱਕ ਬੜੀ ਵੱਡੀ ਜਦੋਂ ਅਸੀਂ ਪ੍ਰੋਬਲਮ ਕਰਨਾ ਆਉਂਦੇ ਸੀ ਤੁਸੀਂ ਹੁਣ ਬਾਹਰ ਨਾਲ ਆਉਂਦੇ ਰਹੇ ਹੋ ਅਸੀਂ ਕੈਲੀਫੋਰਨੀਆ ਜਾਂਦੇ ਸੀ ਤੇ ਕੈਲੀਫੋਰਨੀਆ ਯਾਰ ਇੱਥੇ ਅਸੀਂ ਕੋਈ ਲੋੜ ਪੈਂਦੀ ਤੁਹਾਡਾ ਬੰਦਾ ਹੈ ਨਹੀਂ ਅਸੀਂ ਉਹ ਚਲੋ ਪਹਿਲਾਂ ਸਮੱਸਿਆ ਦੂਰ ਕੀਤੀ ਤੇ ਹੁਣ ਬਹੁਤ ਖੁਸ਼ ਸਾਡੇ ਪੰਜਾਬੀ ਉੱਥੇ ਹੈਗੇ ਨੇ ਇੱਕ ਮਿੰਟ ਚ ਆਵਾਜ਼ ਮਾਰਦੇ ਨੇ ਅਸੀਂ ਪਹੁੰਚ ਜੀਦਾ ਇੱਥੇ ਵੀ ਇਹੀ ਸੀ ਇੰਡੀਆਨਾ ਵੀ ਯਾਰ ਇੰਡੀਆਨਾ ਕੋਈ ਵੀ মিডিਆ ਹੈ ਨਹੀਂ ਕਿਸ ਤਰ੍ਹਾਂ ਦਾ ਵੀ ਤੁਸੀਂ ਇੱਥੇ ਕਰੋ ਹੁਣ ਇੱਥੇ ਜਦੋਂ ਆਪਾਂ ਹੁਣ ਪਤਾ ਲੱਗਦਾ ਜਾਂਦਾ ਲੋਕਾਂ ਨੂੰ ਕਿ ਸਾਡਾ 베ਸ ਜਸ ਪੰਜਾਬੀ ਇੱਥੇ ਬਣ ਗਿਆ ਸਾਡਾ ਆਫਿਸ ਇੱਥੇ ਵਗੈਰਾ ਬਾਕਾਇਦਾ ਬਣ ਗਿਆ ਸਾਡਾ ਸਟੂਡੀਓ ਬਣ ਗਿਆ ਤੇ ਹੁਣ ਲੋਕ ਕੀ ਮਹਿਸੂਸ ਕਰਦੇ ਨੇ ਆਪਣੇ ਪੰਜਾਬੀ ਉਹ ਜਿੰਨੇ ਪੰਜਾਬੀ ਨੇ ਬਹੁਤ ਮਾਣ ਨਾਲ ਕਹਿੰਦੇ ਨੇ ਵੀ ਤੂੰ ਬਹੁਤ ਵਧੀਆ ਕੀਤਾ ਹੋਰ ਕਹਿੰਦੇ ਨੇ ਜਸ ਟੀਵੀ ਨੇ ਉਹ ਵਧੀਆ ਕੀਤਾ ਜਿਹੜਾ ਇੱਥੇ 베ਸ ਖੋਲਤਾ ਸਾਨੂੰ ਜਰੂਰਤ ਸੀ ਇੱਕ মিডিਆ ਦੀ ਕਿਉਂਕਿ ਕਮਿਊਨਿਟੀ ਬਹੁਤ ਵੱਡੀ ਹੋ ਚੁੱਕੀ ਇੱਥੇ ਕੋਈ ਨਹੀਂ ਸੀ ਜਦੋਂ ਤੱਕ ਤੁਸੀਂ ਨਿਊਯਾਰਕ ਤੋਂ ਆਉ ਜਾਂ ਤਾਂ ਜਿਹੜਾ ਖੁਸ਼ੀ ਦਾ ਟਾਈਮ ਵੀ ਲੰਘ ਜਾਂਦਾ ਸੀ ਗਮੀ ਦਾ ਵੀ ਲੰਘ ਜਾਂਦਾ ਸੀ ਕੋਈ ਨਿਊਜ਼ ਪਹੁੰਚਦਿਆਂ ਪਹੁੰਚਾਂ ਉੱਥੇ ਤਿੰਨ ਚਾਰ ਦਿਨ ਲੱਗ ਜਾਂਦੇ ਸੀ ਤਿੰਨ ਚਾਰ ਬਾਅਦ ਦਿਨ ਬਾਅਦ ਨਿਊਜ਼ ਡੈਡ ਹੋ ਜਾਂਦੀ ਉਹ ਲੇਕਿਨ ਹੁਣ ਇਥੇ ਖੋਲਣ ਦੇ ਨਾਲ ਇੱਕ ਸਾਡੀ ਕਮਿਊਨਿਟੀ ਹੋਰ ਜੁੜੂਗੀ ਕੋਈ ਇਸੇ ਤਰ੍ਹਾਂ ਦਾ ਪ੍ਰੋਗਰਾਮ ਬੰਦ ਦਿਖਾ ਸਕਦੇ ਆ ਰਾਈਟ ਵੇ ਦਿਖਾ ਸਕਦੇ ਆ ਰਾਈਟ ਵੇ ਤੁਸੀਂ ਦਿਖਾਉਨੇ ਹੋ ਲਾਈਵ ਪ੍ਰੋਗਰਾਮ ਕਰਦੇ ਹੋ ਅਸੀਂ ਕਮਿਊਨਿਟੀ ਦੇ ਨਾਲ ਹਾਂਜੀ ਤੁਹਾਡਾ ਆਪ ਦਾ ਪ੍ਰੋਗਰਾਮ ਚੱਲਦਾ ਹੈ ਜੀ ਤੇ ਅੱਛਾ ਬਾਕੀ ਚਲੋ ਠੀਕ ਹੈ ਜੁੜ ਕੇ ਵੱਖਰੀ ਕਰ ਲੈ ਇੱਕ ਐਂਕਰ ਬਣ ਕੇ ਕਿਵੇਂ ਮਹਿਸੂਸ ਹੋ ਰਿਹਾ ਹੈ ਕੀ ਦੇ ਨਾਲ ਹੁਣ ਆਪਣੇ ਆਪ ਨੂੰ ਕੰਪੇਅਰ ਕਰ ਸਕਦੇ ਤੁਸੀਂ ਅਰਨਵ ਗੋਸਵਾਮੀ ਨਾਲ ਕਰ ਸਕਦੇ ਹੋ ਦੇਖੋ ਜੀ ਜਦੋਂ ਪਹਿਲਾਂ ਜਿਹੜਾ ਸੁਪਨਾ ਸੀ ਵੀ ਕਿਸੇ ਦਿਨ ਬੈਠ ਕੇ ਜੱਗੀ ਨਾਲ ਗੱਲਾਂ ਕਰਨੀਆਂ ਉਹਦੇ ਨਾਲ ਬੋਨਸ ਦੇ ਵਿੱਚ ਅਸ਼ਮਿਤਾ ਨਾਲ ਮਿਲ ਗਈਆਂ ਤੇ ਐਂਕਰ ਮੈਂ ਸਮਝ ਲਓ ਮੈਂ ਸਮਝਦਾ ਮੈਂ ਐਂਕਰ ਬਣ ਗਿਆ ਜੋ ਤੁਹਾਡੇ ਨਾਲ ਬਹਿ ਲਿਆ ਤੇ ਅਸ਼ਮਿਤਾ ਨੇ ਕਿਹਾ ਜਿਹਦੇ ਨਾਲ ਕੌਣ ਕਰ ਦਵਾਂਗੇ ਉਹ ਤਾਂ ਕੱਲੀ ਕੋਈ ਐਂਕਰ ਤਾਂ ਜਿੰਮੀ ਸ਼ੁਰੂ ਤੋਂ ਹੀ ਆ ਹਾਂ ਜੀ ਕਿਉਂਕਿ ਹੁਣ ਆਪਾਂ ਪ੍ਰੋਗਰਾਮ ਕਰਦਾ ਸੀ ਉਦੋਂ ਵੀ ਮਤਲਬ ਐਂਕਰਿੰਗ ਕਰੀ ਗਿਆ ਥੱਲੇ ਹਾਂਜੀ 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 ਬਿੱਟੇ ਸੀ ਉਦੋਂ ਨਹੀਂ ਚੱਕੀ ਦਾ ਸ਼ਾਹਰ ਵਿਊਰਸ ਨੂੰ ਬੈਕਗ੍ਰਾਉਂਡ ਵਿੱਚ ਉਹ ਐਂਕਰਿੰਗ ਥੋੜੀ ਜੀ ਸੁਣਦੀ ਵੀ ਹੋਣੀ ਹੈ ਬਟ ਨਹੀਂ ਇੱਥੇ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਹੈ ਐਂਡ ਇਹ ਤਾਂ ਸਿਰਫ ਹਲੇ ਸ਼ੁਰੂਆਤ ਹੈ ਜੀ ਹੈਨਾ ਅੱਛਾ ਜਿਵੇਂ ਆਸ਼ਮਤਾਨ ਨੇ ਗੱਲ ਕੀਤੀ ਵੀ ਅਸੀਂ ਇੱਥੇ ਕੀ ਕੀ ਕਰ ਸਕਦੇ ਹਾਂ ਅਸੀਂ ਜਿਵੇਂ ਹੁਣ ਆਏ ਹਾਂ ਤੁਹਾਡੇ ਜੁਆਇਨ ਕਰਨ ਤੋਂ ਬਾਅਦ ਪਹਿਲਾ ਸਾਡਾ ਇਹ ਰੋਡ ਟ੍ਰਿਪ ਇੱਥੇ ਹੈਗਾ ਤੇ ਤੁਸੀਂ ਇਹ ਦੱਸੋ ਵੀ ਅਸੀਂ ਅਸੀਂ ਸਾਨੂੰ ਤੁਸੀਂ ਮਹੀਨੇ ਬਾਅਦ ਕਹੋਗੇ ਸਾਡੀ ਸਾਰੀ ਟੀਮ ਈ ਮਹੀਨੇ ਬਾਅਦ ਆਜਾ ਜੀ ਸਾਡੇ ਤੁਹਾਨੂੰ ਯਾਦ ਕਰਦੇ ਨੇ ਸਾਡੀ ਕਮਿਊਨਿਟੀ ਦੇ ਲੋਕ ਆਜਾ ਜੀ ਸ਼ਹਿਰ ਯਾਦ ਕਰਦੇ ਨੇ ਇਸ ਚਾਰ ਅਸੀਂ ਮਹੀਨੇ ਬਾਅਦ ਵੀ ਆਉਣ ਨੂੰ ਤਿਆਰ ਆ ਤੁਹਾਨੂੰ ਕੀ ਲੱਗਦਾ ਸਾਨੂੰ ਇੰਡੀਅਨ ਇੰਡੀਅਨ ਐਪਲਸ ਜਾਂ ਇਸ ਏਰੀਆ ਮਿਡਵੈਸਟੀ ਗੱਲ ਕਰੀਏ ਸ਼ਿਕਾਗੋ ਸਾਰੇ ਇਲਾਕਾ ਨੋਇਸ ਵਗੈਰਾ ਸਾਨੂੰ ਕਿੰਨੀ ਕੁ ਦੇਰ ਬਾਅਦ ਅਸੀਂ ਇੱਕ ਇਸ ਤਰ੍ਹਾਂ ਦਾ ਰੋਡ ਟ੍ਰਿਪ ਬਣਾ ਸਕਦੇ ਮੈਂ ਤਾਂ ਕਹੂੰਗਾ ਜੀ ਜੱਗੀ ਜੀ ਜਿਹੜਾ ਸਾਰਾ ਆਪਣਾ ਟੀਵੀ ਦਾ ਚੈਨਲ ਹੈ ਉਹ ਪੱਟ ਕੇ ਨਿਊ ਜੋ ਇੱਥੇ ਲਿਆਓ ਓਹੋ ਨਹੀਂ ਕਿਹੜਾ ਖਾਤਾ ਬੋਊਗਾ ਨੰਬਰਦੋ ਜਿਹੜਾ ਤੁਹਾਨੂੰ ਆ ਤੁਹਾਨੂੰ ਤਾਂ ਮੈਨੂੰ ਲੱਗਦਾ ਮਹੀਨੇ 'ਚ ਦੋ ਜੀ ਕਿਉਂਕਿ ਬਹੁ ਲੋਕੀ ਯਾਦ ਕਰਦੇ ਨੇ ਲੋਕੀ ਮੈਸ ਕਰਦੇ ਨੇ ਸਪੈਸ਼ਲੀ ਆ ਕਰੋਨਾ ਦੇ ਦੌਰ ਤੇ ਹਮਮ ਐਂਟਰਟੇਨਮੈਂਟ ਖਤਮ ਹੋ ਗਿਆ ਉਹ ਕਹਿੰਦੇ ਜਲਦੀ ਆਓ ਕੋਈ ਪ੍ਰੋਗਰਾਮ ਕਰੋ ਕੋਈ ਮੇਲਾ ਕਰ ਲੋ ਵਿਸਾਖੀ ਮੇਲਾ ਕਰ ਲੋ ਜਾਂ ਕੋਈ ਪਾਰਟੀ ਰੱਖੋ ਕੁਝ ਨਾ ਕੁਝ ਕਰੋ ਜਿਹੜੀ ਜਿਹੜੀ ਐਸਾ ਜ਼ਰੂਰੀ ਐ ਬਹੁਤ ਜ਼ਰੂਰੀ ਗੱਲ ਇਹ ਕਰਨ ਵਾਲੀ ਹੈਗੀ ਅਸੀਂ ਅਲੱਗ-ਅਲੱਗ ਕੰਟਰੀਜ਼ ਜਾਣੇ ਲੱਗ ਲੱਗੇ ਸਟੇਟਸ ਦੇ ਵਿੱਚ ਜਾਣੇ ਆ अलग-अलग सीएसडी लागला गाइडलाइन ਹੁੰਦੀ ਹੈ ਅਸੀਂ ਜੇ ਇੰਡੀਆਨਾ ਦੀ ਗੱਲ ਕਰੀਏ ਤੇ ਨਿਆਨਿਆਂ ਦੇ ਕੀ ਗਾਈਡਲਾਈਨਸ ਹੈਗੀ ਆ ਕਿੰਨੇ ਲੋਕ ਇਕੱਠੇ ਹੋ ਸਕਦੇ ਆ ਪ੍ਰੋਗਰਾਮ ਜਿਹੜੇ ਇਵੈਂਟਸ ਹੈਗੀਆਂ ਨੇ ਚਾਹੇ ਵਿਆਹ ਦੀ ਗੱਲ ਕਰ ਲਈਏ ਚਾਹੇ ਮੇਲਿਆਂ ਦੀ ਗੱਲ ਕਰ ਲਈਏ ਚ ਕਿਸੇ ਦੀ ਗੱਲ ਕਰੀ ਕੋਈ ਕੋਈ ਲੱਗਦੀ ਸੰਭਾਵਨਾ ਸ਼ੁਰੂ ਹੋਣ ਦੀ ਕਿ ਨਹੀਂ ਅਜੇ ਜੀ ਜਿਹੜਾ ਗਾਈਡਲਾਈਨਸ ਦੀ ਗੱਲ ਹੈ ਉਹ ਇੰਡੀਆਨਾ ਦੇ ਗਵਰਨਰ ਨੇ ਵੈਸੇ ਤਾਂ ਕਲੀਅਰ ਕਰਤਾ ਕਿ ਇੱਥੇ ਜਿਹੜਾ ਸਟੇਟ ਦੀ ਪ੍ਰੋਬਲਮ ਨਹੀਂ ਹੈ ਉਹ ਇੰਡੀਵਿਜੂਅਲ ਬਿਜ਼ਨਸ ਦੀ ਪ੍ਰੋਬਲਮ ਆ ਜਾਂ ਇੰਡੀਵਿਜੂਅਲ ਘਰ ਦੀ ਪ੍ਰੋਬਲਮ ਆ ਇੰਡੀਵਿਜੂਅਲ ਪਾਰਕਾਂ ਜਿਹੜਾ ਆਪਾਂ ਬੀਜੀ ਸੀ ਕਰਕੇ ਨਹੀਂ ਪੜਿਆ ਗਿਆ ਹਾਲੇ ਤੱਕ ਲੇਕਿਨ ਪੜ ਕੇ ਮੈਨੂੰ ਲੱਗਦਾ ਵੀ ਉਹਨਾਂ ਨੇ ਆਪਣੇ ਲੋਕ ਲਈ ਕਰਤਾ ਕਿ ਸਟੇਜਰ ਦੀ ਕੋਈ ਪ੍ਰੋਬਲਮ ਨਹੀਂ ਉਹਨਾਂ ਨੇ ਸਿੱਧੇ ਲਫਜ਼ਾਂ ਵਿੱਚ ਕਹਤਾ ਜੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋ। ਜੇ ਤੁਹਾਨੂੰ ਲੱਗਦਾ ਵੀ ਟਿਕਟ ਪਰ ਲੱਗ ਗਿਆ ਵੀ ਨਹੀਂ ਕੁਝ ਹੋਣਾ ਤਾਂ ਨਾ ਪਾਓ ਮਾਸਕ। ਹਾਂਜੀ ਤੇ ਵੈਸੇ ਮੈਂ ਦੇਖਿਆ ਵੀ ਮਾਸਕ ਕਾਫੀ ਘੱਟ ਲੋਕੀ ਇੱਥੇ ਯੂਜ਼ ਕਰਦੇ। ਹਾਂਜੀ ਜੀ ਬੜਾ ਉਮੀਦ ਹੈਗੀ ਕਿ ਮਾਸਕ ਇਸ ਕਰਕੇ ਨਹੀਂ ਪਾਰੇ ਕਿਸ ਟਿਕਾ ਲਾ ਲਿਆ ਸਾਡੀ ਤਾਂ ਐ ਹੀ ਉਮੀਦ ਹੈ ਹਨਾ। ਜੀ ਬਾਕੀ ਦੂਸਰਾ ਕੋਈ ਚੀਜ਼ ਹੁੰਦੀ ਜਿਹੜਾ ਤੁਸੀਂ ਕਿਸੇ ਹੱਦ ਤੱਕ ਜਾਣਦੇ ਆ ਹੁਣ 마ਸਕ ਵਾਲਾ ਸੌਦਾ ਸਾਰੇ ਤੰਗ ਆ ਗਏ ਪਾ ਪਾ ਕੇ ਵੀ ਹੁੰਦਾ ਤਾਂ ਕੁਝ ਨਹੀਂ ਉਦਾਂ ਹੀ ਪਾਈ ਜਾਂਦੇ ਆ ਉਹ ਜੇ ਲੰਬੀ ਗੱਲ ਆ ਫਿਰ ਸਰਾਂ ਪਾਉਣੇ ਦੀ ਗੱਲ ਵਾਈਂਡ ਅਪ ਕਰੀਏ ਜਿਵੇਂ ਤੁਸੀਂ 마ਸਕ ਦੀ ਗੱਲ ਕੀਤੀ ਐ ਔਰ ਇੰਡੀਆ ਦੀ ਗੱਲ ਕਰੀਏ ਤੇ ਇੰਡੀਆ ਦੇ ਵਿੱਚ ਤਾਂ ਟੀਕੇ ਲੱਗਣ ਤੋਂ ਬਾਅਦ ਕਾਫੀ ਕੇਸ ਆ ਰਹੇ ਨੇ ਜੀ ਫਿਰ ਕਰੋਨਾ ਹੋ ਗਿਆ ਉਹਨੂੰ ਤੇ ਨਹੀਂ ਪਤਾ ਹਾਂਜੀ ਟੀਕੇ ਲੱਗਣ ਨਾਲ ਜੇ ਵੈਕਸੀਨ ਨਕਲੀ ਐ ਤੇ ਕੋਈ ਨਹੀਂ ਪਤਾ ਸੋ ਅਸੀਂ ਤੁਸੀਂ ਇੱਥੇ ਦੇ ਸਾਡੇ ਜਿੰਨੇ ਤੁਹਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਨੂੰ ਜ਼ਰੂਰ ਇਹ ਇਹ ਆਪਣੇ ਵੱਲੋਂ ਵੀ ਬੇਨਤੀ ਕਰੋ ਵੀ ਜਿਹੜਾ ਟੀਕਾ ਹੈਗਾ ਉਹਦੇ ਪਾਈ ਉਹਨਾਂ ਨੂੰ ਦੁੱਖ ਨਹੀਂ ਲੱਗਦਾ ਜਿੰਨਾ ਆਪਣੇ ਪੰਜਾਬ ਸਰਕਾਰੀ ਹਸਪਤਾਲਾਂ ਦੇ ਅੰਦਰ ਤਾਂ ਲਾਉਂਦੀਆਂ ਸੀ ਤਪ ਮਾਰ ਮਾਰ ਕੇ ਚਪੇੜਾ ਬਾਹਰ ਸੋ ਪਹਿਣਾ ਸੁਝਾਉਂਦੀ ਹੈ ਟੀਕੇ ਤੋਂ ਇਹ ਬੜਾ ਆਰਾਮ ਦੇ ਨਾਲ ਟੀਕਾ ਲੱਗਦਾ ਔਰ ਇਹਦਾ ਫਾਇਦਾ ਬਹੁਤ ਹੈ ਜੀ ਮੈਂ ਜ਼ਰੂਰ ਕਹੂੰਗਾ ਕਿ ਤੁਸੀਂ ਕਿਸੇ ਵੀ ਕਿਸੇ ਵੀ ਇੰਡਿਆਨਾ ਵਿੱਚ ਕਿਸੇ ਵੀ ਜਗ੍ਹਾ ਤੇ ਰਹਿੰਦੇ ਹੋ ਆਪਣੀ ਜਿਹੜੀ ਲੋਕਲ ਹੈਲਥ ਹੈਲਥ ਵਾਲੇ ਹੈ ਜਿਹੜੇ ਆ ਉਹ ਤੁਹਾਡੇ ਫ੍ਰੀ ਲਾਉਂਦੇ ਨੇ ਲਵਾ ਕੇ ਆਓ ਕੋਈ ਫਿਕਰ ਵਾਲੀ ਗੱਲ ਨਹੀਂ ਮੈਂ ਲਵਾ ਆ ਗਿਆਂ ਸਾਡੇ ਸਾਰੇ ਪਰਿਵਾਰ ਨੇ ਲਵਾਇਆ ਸਾਡੇ ਪਰਿਵਾਰ ਦੇ ਕਾਫੀ ਨਿਆਣੇ ਜਿਹੜੇ ਮੈ ਉਹ ਦੱਸ ਰਕ ਕੋਈ ਸਾਈਡ ਇਫੈਕਟ ਨਹੀਂ ਤੁਸੀਂ ਜਾਓ ਲਵਾ ਕੇ ਆਓ ਔਰ ਦੂਸਰਿਆਂ ਨੂੰ ਵੀ ਅਨਕਰਜ ਕਰੋ ਜੋ ਲਵਾਇਆ ਹੋਊਗਾ ਤੁਹਾਡੇ ਮਨ ਦਾ ਡਰ ਹਟ ਜਾਊ ਮਨ ਦਾ ਡਰ ਹਟੂਗਾ ਤੁਸੀਂ ਜਲਦੀ ਬਾਹਰ ਆਉਂਗੇ ਕੰਮ ਕਾਰ ਸ਼ੁਰੂ ਹੋਣ ਦੀ ਉਮੀਦ ਹੈ ਜੀ ਇੱਕ ਬ੍ਰੇਕ ਲੈ ਲਈਏ ਹੋਰ ਬ੍ਰੇਕ ਤੋਂ ਬਾਅਦ ਫਿਰ ਅਸੀਂ ਗੱਲਬਾਤ ਕਰਾਂਗੇ ਜੀ ਮੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਮੌਕਾ ਦਿੱਤਾ ਜੀ ਆਪਣੇ ਕੋਲ ਬੈਠ ਕੇ ਨਹੀਂ ਅਸੀਂ ਹੁਣ 15 ਦਿਨ ਪੂਰਾ ਮੌਕਾ ਜਿਹੜੇ ਉਸ ਤੋਂ ਬਾਅਦ ਦੇਖਾਂਗੇ ਜਿਹੜਾ ਜੋ ਸੇਵਾ ਸੁਭਾ ਕਰਨੀ ਨਾ ਚੰਗੀ ਤਰ੍ਹਾਂ ਕੋਈ ਕਰ ਲਵੇ ਜਿਹੜੀ ਮੁੰਦੀ ਸ਼ੁੱਧੀ ਪਾਣੀ ਪਾ ਦਈਏ ਤੁਹਾਨੂੰ ਠੀਕ ਹੈ ਜੀ ਵੇ ਚਲੋ ਜੀ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਸਾਡਾ ਪਰਿਵਾਰ ਵੱਧਦਾ ਜਸ ਪੰਜਾਬੀ ਦਾ ਸਾਡੀ ਕੈਲੀਫੋਰਨੀਆ ਟੀਮ ਦੇ ਵਿੱਚ ਦੋ ਨਵੇਂ ਮੈਂਬਰ ਆਏ ਗਏ ਨੇ ਹਾਂ ਜੀ ਹਾਂ ਜੀ ਨਾਲ ਆਏ ਅੱਜ ਪਹਿਲੀ ਵਾਰ ਗਰੁੱਪ ਦੇ ਵਿੱਚ ਤੇ ਗੁਰਲਾਲ ਭੰਡਾਲ ਓਪਨ ਪਲੇਟਫਾਰਮ ਕਰਦਾ ਪ੍ਰੋਗਰਾਮ ਤੇ ਸਾਡੇ ਜਿਹੜੇ ਸੁਖ ਸੁਖਦੀਪ ਸੰਘਾਤ ਸਾਹਿਬ ਉਹ ਤੇ ਹੈਗੇ ਹੈਗੇ ਨੇ ਸੋ ਲਈ ਸਾਰੇ ਤੇ ਸਾਰੀ ਟੀਮ ਜਦੋਂ ਪਰਿਵਾਰ ਵੱਧਦਾ ਉਹਦੀ ਖੁਸ਼ੀ ਹੁੰਦੀ ਹੈ ਔਰ ਚੰਗਾ ਜਦੋਂ ਮੈਂਬਰ ਸਾਡੇ ਨਾਲ ਜੁੜਦਾ ਉਹਦੀ ਹੋਰ ਵੀ ਖੁਸ਼ੀ ਹੁੰਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਨਾਨ ਵਾਜਦਾ ਰਬੋ థాంਕ ਯੂ ਇੱਕ ਬ੍ਰੇਕ ਲੈ ਲੈਂਦੇ ਆ ਜੀ ਬ੍ਰੇਕ ਤੋਂ ਬਾਅਦ ਫਿਰ ਲਾਸਟ ਸੈਗਮੈਂਟ ਜਿਹੜਾ ਹੈਗਾ ਉਹ ਵੀ ਤੁਹਾਡੇ ਨਾਲ ਇਸ ਤਰ੍ਹਾਂ ਗੱਲਬਾਤ ਕਰਾਂਗੇ ਕਾਲਾਂ ਦਾ ਸਿਲਸਲਾ ਹੁਣ ਥੋੜਾ ਜਿਹਾ ਜਿਹੜੇ ਦਰਸ਼ਕ ਸਾਡੇ ਹੈਗੇ ਨੇ ਜਿਹੜੇ ਮਤਲਬ ਹੈ ਹੀ ਕਹਿੰਦੇ ਜਿਵੇਂ ਕਹਿੰਦੇ ਹੁੰਦੇ ਕਾਲਾਂ ਦੇ ਲੱਗੇ ਨੇ ਜਿੰਨੇ ਕਾਲ ਨਹੀਂ ਕਰਦੇ ਉਹਨਾਂ ਨੂੰ ਉਨੀ ਦੇਰ ਰੋਟੀ ਨਹੀਂ ਸਵਾਦ ਲੱਗਦੀ ਉਹਨਾਂ ਕੋਲੋਂ ਅਸੀਂ ਹੱਥ ਬਨ ਕੇ ਮੁਆਫੀ ਚਾਹੁੰਦੇ ਆ ਵੀ ਥੋੜੇ ਦਿਨ ਅਸੀਂ ਪ੍ਰੋਗਰਾਮ ਇਥੋਂ ਕਰਾਂਗੇ ਕਾਲਾਂ ਇਥੋਂ ਵੀ ਲੈ ਸਕਦੇ ਕੋਈ ਅਸੀਂ ਗੱਲ ਨਹੀਂ ਪਰ ਉਹ ਮਹਿਮਾਨ ਸਾਡੇ ਨਾਲ ਜੁੜੇ ਹੁੰਦੇ ਫਿਰ ਵਿੱਚੋਂ ਟਾਈਮ ਥੋੜਾ ਜਿਹਾ ਘ ਜੀ ਪ੍ਰੋਗਰਾਮ ਦਾ ਆਖਰੀ ਸੈਗਮੈਂਟ ਹੈ ਤੇ ਥੋੜਾ ਜਿਹਾ ਸਮਾਂ ਹੈਗਾ ਥੋੜਾ ਸਮਾਂ ਅਸੀਂ ਹੁਣ ਤੁਹਾਡਾ ਨਾਲ ਗੱਲ ਕਰਾਂਗੇ ਅਸ਼ੁਤਤ ਜੀ ਤੇ ਮੈਂ ਅਸ਼ੁਤਤ ਆਪਾਂ ਜਿਹੜੀ ਗੱਲ ਕਰ ਰਹੇ ਸੀ ਪ੍ਰੋਗਰਾਮਿੰਗ ਦੀ ਖਾਸ ਕਰਕੇ ਗੱਲ ਕਰੀਏ ਜਸ ਪੰਜਾਬੀ ਨੂੰ ਸ਼ੁਰੂ ਹੋਇਆ 2007 ਦੀ ਅਗਰ ਅਸੀਂ ਗੱਲ ਕਰੀਏ 7 ਵੇਲੇ ਰੂਪਰੇਖਾ ਹੋਰ ਸੀ 8 ਚ ਹੋਰ ਹੋਈ 9 ਚ ਹੋਰ ਹੋਈ ਅੱਜ ਦੀ ਅਗਰ ਅਸੀਂ ਗੱਲ ਕਰੀਏ ਤੇ 4 ਚੈਨਲ ਜਿਹੜੇ ਜਸ ਪੰਜਾਬੀ ਦੇ ਇੱਕ ਰੇਡੀਓ ਹੈਗਾ ਜੀ ਦੀ ਇਹਨਾਂ ਇਹਦੇ ਪਿੱਛੇ ਮੈਂ ਸਮਝਦਾ ਪੈਣੀ ਜੀ ਪੈਣੀ ਸਾਡੇ ਸੀਈਓ ਪੈਣੀ ਕੇ ਸੰਧੂ ਜੀ ਉਹਨਾਂ ਦੀ ਬਹੁਤ ਵੱਡੀ ਕਾਰਨ ਹੈ ਬਹੁਤ ਵੱਡੀ ਮਿਹਨਤ ਹੈ ਬਹੁਤ ਵੱਡਾ ਸਬਰ ਸੰਤੋਖ ਇਹਦੇ ਪਿੱਛੇ ਹੈਗਾ ਸੋ ਤੁਸੀਂ ਜਸਪੰਜਾਬੀ ਨੂੰ ਕੋ ਦੇਖਿਆ ਬਲੀ ਮੈਨੂੰ ਮੈਡਮ ਦੱਸ ਦਿਓ ਮੈਂ ਜੁਆਇਨ ਕੀਤਾ 8 ਸਾਲ ਪਹਿਲਾਂ ਵੀ ਅਸ਼ਮਤਾ ਮੈਂ ਤਾਂ ਮਿਲੇ ਨਹੀਂ ਸੀ ਤੁਹਾਨੂੰ ਵੀ ਪ੍ਰੋਗਰਾਮ ਦੇਖਦੀ ਹੱਸਦੀ ਹੁੰਦੀ ਉਹ ਮੈਂ ਕਿਹਾ ਸਮਝ ਆਉਂਦੀ ਪੰਜਾਬੀ ਕਿ ਜਦ ਪੰਜਾਬੀ ਇੱਕ ਕਦੋਂ ਕਦੋਂ ਦੇਖਣਾ ਸ਼ੁਰੂ ਕੀਤਾ ਕਿੰਨੀ ਉਮਰ ਸੀ ਮੇਰੀ ਤਾਂ ਮਤਲਬ ਜਿਦਾ ਕਹਿੰਦੇ ਨਾ ਮੈਨੂੰ ਤਾਂ ਪਾਲਿਆ ਪੋਸਿਆ ਤੇ ਬੜਾ ਕੀਤਾ ਹੀ ਜਸ ਪੰਜਾਬੀ ਤੇ ਇਸ ਆਡੀਅנס ਤੇ ਇਸ ਕੰਮ ਕਾਰਜ ਨੇ ਹੈਗਾ बिकॉज ਮम्मा ਨੇ ਕਦੀ ਇਹ ਨਹੀਂ ਸੋਚਿਆ ਕਿ ਮੈਂ ਬੱਚੀ ਨੂੰ ਬੇਬੀ ਸਿਟਰ ਦੇ ਕੋਲ ਰੱਖਣਾ ਮੈਂ ਇੱਕ अकेਲੀ ਸੀਗੀ ਤੇ ਉਹਨਾਂ ਨੇ ਮੈਨੂੰ ਹਮੇਸ਼ਾ ਨਾਲ ਰੱਖਿਆ ਪਾਵੇਂ ਉਹ ਸਕੂਲ ਤੋਂ ਚੱਕ ਕੇ ਆਫਿਸ ਲੈ ਗਏ ਕਲਾਈਂਟਸ ਕਮਿਊਨਿਟੀ ਜਿੱਥੇ ਵੀ ਹੋ ਗਏ ਮੈਂ ਨਾਲ ਸੀਗੀ ਤੇ ਮੈਂ ਤਾਂ ਮਤਲਬ ਸ਼ੁਰੂ ਤੋਂ ਹੀ ਵੇਖਿਆ ਬੜਹਾਸਾ ਮੈਨੂੰ ਇਸ ਚੀਜ਼ ਦਾ ਅੰਦਾਜ਼ ਸੀ ਕਿ ਉਸ ਟਾਈਮ ਕੀ ਗੱਲਾਂ ਹੁੰਦੀਆਂ ਸੀ ਹੈਨਾ ਉਸ ਟਾਈਮ ਖਿੜੀ ਦੁਪਹਿਰ ਸ਼ੋਅ ਬਹੁਤ ਪਪੂਲਰ ਆ ਮੀਨ ਅੱਜ ਵੀ ਜੋ ਖਿੜੀ ਦੁਪਹਿਰ ਦੇ ਈਵਰਸ ਹਨ ਜੋ ਲਾਇਲ ਸਾਡੇ ਮਤਲਬ ਉਸ ਟਾਈਮ ਦੇ ਜੁੜੇ ਹੋਏ ਆ ਉਹਨਾਂ ਨੂੰ ਪਤਾ ਹੈ ਨਾ ਤੇ ਉਹ ਸ਼ੋਅ ਹੁੰਦਾ ਸੀ ਤੇ ਸ਼ਾਮ ਦਾ ਹੁੰਦਾ ਸੀ ਮੁੱਦਾ ਐਂਡ ਮੈਨੂੰ ਹਮੇਸ਼ਾ ਮੈਂ ਉਸ ਟਾਈਮ ਮੈਂ ਬੱਚੀ ਸੀ ਕਦੀ ਸੋਚਿਆ ਨਹੀਂ ਬਟ ਅੱਜ ਮੈਨੂੰ ਇੰਨਾ ਮਤਲਬ ਆਪ ਨੂੰ ਪ੍ਰਾਊਡ ਫੀਲ ਹੁੰਦਾ ਕਿ ਕਿੰਨਾ ਪ੍ਰੋਗਰੈਸ ਇਸ ਕਮਿਊਨਿਟੀ ਨੇ ਕੀਤਾ ਹੈ ਕਿ ਜਿਸ ਤਰ੍ਹਾਂ ਇੱਕ ਇਮੀਗ੍ਰੈਂਟ ਦੀ ਜਰਨੀ ਹੁੰਦੀ ਹੈ ਤੁਸੀਂ ਪਹਿਲੇ ਨਵੇਂ ਆਉਂਦੇ ਹੋ ਕਿਸੇ ਮੁਲਕ ਦੇ ਵਿੱਚ ਤੁਹਾਨੂੰ ਹੁੰਦਾ ਹੈ ਕਿ ਸਾਡੀ ਬੇਸਿਕ ਨੀਡਸ ਪੂਰੀਆਂ ਹੋਣ ਹੈ ਨਾ ਸਾਡੇ ਬਿੱਲ ਪੇ ਹੋ ਜਾਣ ਸਾਡੇ ਬੱਚਿਆਂ ਨੂੰ ਸਕੂਲ ਆਪਾਂ ਸੈਂਡ ਕਰਨਾ ਤੇ ਕੰਮ ਕਰ ਸੇ ਫੋਕਸ ਉਸ ਤੋਂ ਬਾਅਦ ਜਦੋਂ ਇਮੀਗ੍ਰੈਂਟ ਮਤਲਬ ਥੋੜਾ ਜਿਹਾ ਐਵੋਲਵ ਹੁੰਦਾ ਹੈ ਸੈਟਲ ਹੋ ਜਾਂਦਾ ਹੈ ਉਹਨਾਂ ਨੂੰ ਲੱਗਦਾ ਕਿ ਨਹੀਂ ਵਧੀਆ ਘਰ ਹੋਣਾ ਚਾਹਤਾ ਗੱਡੀ ਹੋਣੀ ਚਾਹੀਦੀ ਹੈ ਹਨਾ ਥੋੜਾ ਜਿਹਾ ਸਾਡਾ ਸਟਾਈਲ ਹੋਏ ਜਸ ਪੰਜਾਬੀ ਦਾ ਵੀ ਇਦਾਂ ਹੀ ਰਿਹਾ ਕਿ ਅੱਜ ਜਿੱਦਾਂ ਮੈਨੂੰ ਲੱਗਦਾ ਕਿ ਜਦੋਂ ਸਾਡਾ ਸਟਾਈਲ ਹੈ ਜੋ ਮੇਰੀ ਆਪ ਦੀ ਲਾਈਕ ਪਰਸਨਲ ਵੀ ਪ੍ਰੀਫਰੈਂਸ ਹੈਗੀ ਉਹ ਹੁਣ ਇੱਥੇ ਦੇ ਪੋਲਿਟਿਕਸ ਇੱਥੇ ਦੇ ਸਿਸਟਮ ਤੇ ਆ ਚੁੱਕੀ ਐ ਉਹ ਚੀਜ਼ ਇੰਨੀ ਇੰਪੋਰਟੈਂਟ ਐ ਬਿਕਾਜ਼ ਉਹਦੇ ਨਾਲ ਸਾਡੀ ਜੋ ਕਮਿਊਨਿਟੀ ਪੁਰਾਣੀ ਤੋਂ ਜੰਮੀ ਉਹ ਵੀ 엠ਪਾਵਰ ਹੁੰਦੇ ਐ ਤੇ ਜੋ ਅਗਲੀ ਪੀੜ੍ਹੀ ਐ ਉਹਨਾਂ ਨੂੰ ਵੀ ਲੱਗਦਾ ਕਿ ਜਿਸ ਮੁਲਕ ਚ ਅਪਾ ਰਹਿ ਰਹੇ ਆ ਉਥੇ ਸਾਡੀ ਪਛਾਣ ਵੀ ਹੈਗੀ ਬਟ ਸਾਡੀ ਆਵਾਜ਼ ਦੀ ਇੱਕ ਪਕੜ ਐ ਇਹ ਇਹਦੇ ਚ ਮੈਂ ਅਸ਼ਮਤਾ ਦੇ ਜੁਆਇਨ ਕਰਨ ਤੋਂ ਬਾਅਦ ਇੱਕ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ ਚੀਜ਼ ਜਸ ਪੰਜਾਬੀ ਦੀ ਅ ਅਗਲਾ ਸਟੈਪ ਜਿਹੜਾ ਸੀ ਹੁਣ ਸਾਨੂੰ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਜੀ ਸਾਨੂੰ ਆ ਚੀਜ਼ਾਂ ਦਾ ਪਤਾ ਹੀ ਨਹੀਂ ਸੀ ਜਿਹੜੀ ਤੁਸੀਂ ਅਮਰੀਕਨ ਪੋਲਟੈਕਸ ਦੀ ਗੱਲ ਕਰਦੇ ਹੋ ਵੀ ਅਮਰੀਕਨ ਕੋਈ ਜਾਣਕਾਰੀ ਦਿੰਦੇ ਹੋ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਤੇ ਹੁਣ ਉਹ ਜਿਹੜੇ ਬਜ਼ੁਰਗ ਨੇ ਉਹ ਕਹਿੰਦੇ ਜੀ ਆਹ ਚੀਜ਼ਾ ਸਾਨੂੰ ਕਿਸੇ ਦੱਸੀਆਂ ਹੀ ਨਹੀਂ ਜੀ ਵੀ ਆ ਵੀ ਏਦਾਂ ਅਮਰੀਕਾ ਦੇ ਵਿੱਚ ਆ ਵੀ ਹੁੰਦਾ ਆ ਵੀ ਹੁੰਦਾ ਆ ਵੀ ਹੁੰਦਾ ਉਹਨਾਂ ਨੂੰ ਤਾਂ ਕੋਈ ਮਤਲਬ ਨਹੀਂ ਉਹਨਾਂ ਤਾਂ ਦੇਖ ਲੈ ਜੀ ਉੱਥੇ ਉਧਰੋਂ ਪ੍ਰਕਾਸ਼ ਸਿੰਘ ਬਾਦਲੇ ਬਿਆਨ ਦੇ ਉਧਰੋਂ ਕੈਪਟਨ ਨੇ ਦਿੱਤਾ ਤਾਂ ਉਹ ਉੱਥੋਂ ਤਾਂ ਕੀਮਤ ਸੀਗੇ ਹਾਲਾਂਕਿ ਉਹ ਵੀ ਜ਼ਰੂਰੀ ਹੈ ਪਰ ਇਹ ਜਿਹੜੀ ਨਵੀਂ ਪ੍ਰਾਪਤੀ ਹੈਗੀ ਆ ਇਹਦੇ ਵਾਸਤੇ ਤਾਂ ਖੈਰ ਤੁਸੀਂ ਵਧਾਈ ਦੇ ਆਤਰ ਜਿਹੜੇ ਵਿੱਚ ਇਹਦੇ ਹੈਗੇ ਅੱਛਾ ਹੁਣ ਅਸੀਂ ਬਾਕੀ ਪ੍ਰੋਗਰਾਮਿੰਗ ਦੀ ਗੱਲ ਕਰੀਏ ਤੇ ਪ੍ਰੋਗਰਾਮਿੰਗ ਜਿਹੜੇ ਹੈਗੇ ਨੇ ਸਾਰੇ ਆਪਾਂ ਹੁਣ ਤਾਂ ਮੇਰੇ ਕੋਲ ਵੈਸੇ ਪੈਕ ਹੈ 12-13 ਘੰਟੇ ਤੱਕ ਆਪਣਾ ਲਾਈਵ ਹੀ ਹੁੰਦਾ ਪ੍ਰੋਗਰਾਮ ਸਾਰੇ ਤੇ ਫਿਰ ਵੀ ਤੁਹਾਨੂੰ ਕੀ ਲੱਗਦਾ ਕਿ ਸਾਨੂੰ ਹੋਰ ਸ਼ੁਰੂ ਕਰਨਾ ਚਾਹੀਦਾ ਪ੍ਰੋਗਰਾਮ ਮੈਂ ਤਾਂ ਇਹ ਕਵਾਂਗੀ ਕਿ ਜਿੰਨਾ ਜਿੰਨਾ ਮੈਂ ਹੁਣ ਦੇਖ ਰਹੀ ਹਾਂ ਕਿ ਹਮੇਸ਼ਾ ਸਾਡੀ ਪਹਿਲੀ ਤਾਂ ਸੀਗੀ ਫਰਸਟ ਜਨਰੇਸ਼ਨ ਤੱਕ ਹੈ ਨਾ ਗੱਲ ਕਿ ਭਾਵੇਂ ਉਹ ਪੰਜਾਬ ਪੋਲਿਟਿਕਸ ਹੋਏ ਜਾਂ ਇੰਡੀਆ ਦੀ ਗੱਲ ਮਤਲਬ ਉਹ ਚੀਜ਼ ਮੁੱਦੇ ਸਭ ਤੋਂ ਵੱਡੇ ਸੀਗੇ ਫਿਰ ਸੈਕੰਡ ਜਨਰੇਸ਼ਨ ਜਿੱਦਾਂ ਆਪਾਂ ਹੁਣੇ ਕਿਹਾ ਕਿ ਸੈਕੰਡ ਜਨਰੇਸ਼ਨ ਜਿੱਦਾਂ ਮੈਂ ਆ ਕਿ ਇੱਥੇ ਦੇ ਪੋਲਿਟੀਕਲ ਸਿਸਟਮ ਬਟ ਹੁਣ ਅਗਰ ਮੈਂ ਕੁਝ ਸੋਚਦੀ ਆ ਜਿੱਦਾਂ ਸਾਡੀ ਵੀ ਗੱਲ ਚੱਲਦੀ ਹੈ ਟੀਮ ਦੀ ਹਮੇਸ਼ਾ ਇੰਟਰਨਲੀ ਕਿਹ ਹੁਣ ਸਾਡੀ ਨਜ਼ਰ ਹੋਣੀ ਚਾਹੀਦੀ ਉਹ ਸ ਤੀਸਰੀ ਜਨਰੇਸ਼ਨ ਤੇ ਹੈ ਨਾ ਜਿੱਦਾਂ ਤੁਹਾਡੀ ਤੀਸਰੀ ਜਨਰੇਸ਼ਨ ਆਈ ਹੈ ਤੇ ਉਹਨਾਂ ਨੂੰ ਕੀ ਆਪਾਂ ਦੱਸਣਾ ਹੈ ਕਿੱਦਾਂ ਦੱਸਣਾ ਹੈ ਹੈ ਨਾ ਤੇ ਆਪਣੇ ਸਭਿਆਚਾਰ ماں ਬੋਲੀ ਨੂੰ ਕਿਸ ਤਰ੍ਹਾਂ ਕਾਇਮ ਰੱਖਣਾ ਹੈ ਉਹਨਾਂ ਨੂੰ ਦੱਸਣ ਤੋਂ ਇਲਾਵਾ ਪ੍ਰੋਗਰਾਮ ਹੀ ਮੇਰੇ ਖਿਆਲ ਉਹਨਾਂ ਦੇ ਬੱਚਿਆਂ ਨਾਲ ਸ਼ੁਰੂ ਕਰੀਏ ਕੋਈ ਆਪਾਂ ਬੱਚੇ ਹੀ ਉਹਦੇ ਚ ਐਂਕਰ ਹੋਣ ਬੱਚੇ ਹੀ ਕੰਮ ਕਰਨ ਬੱਚੇ ਹੋਸਟ ਕਰਨ ਸਾਰਾ ਤੇ ਬੇਸ਼ੱਕ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਕਰਨ ਪੰਜਾਬੀ ਨਾਲ ਜਰੂਰ ਜੁੜਨੇ ਚਾਹੀਦੇ ਤੇ ਬੜੀ ਵਧੀਆ ਗੱਲ ਹੈ ਤੇ ਪੰਜਾਬੀ ਅਸ਼ਮਤਾ ਦੀ ਬਹੁਤ ਵਧੀਆ ਹੋਗੀ ਹੁਣ ਹੌਲੀ ਹੌਲੀ ਹੋ ਰਹੀ ਹੈ ਬਹੁਤ ਵਧੀਆ ਹੋ ਰਹੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਮੇਰੇ ਮੈਨੂੰ ਇਹ ਲੱਗਦਾ ਅਸੀਂ ਆਪਾਂ ਗੱਲ ਕਰਦੇ ਵੀ ਹੁਣ ਮੀਟਿੰਗ ਦੇ ਵਿੱਚ ਵੀ ਸਾਨੂੰ ਇੱਕ ਬੱਚਿਆਂ ਨਾਲ ਰਿਲੇਟਡ ਪ੍ਰੋਗਰਾਮ ਜੀ ਸ਼ੂਟ ਕਰਨਾ ਚਾਹੀਦਾ ਜੁੱਤ ਦੇ ਜੁੱਤਾਂ ਦੇ ਵਿਚਨਾ ਤੇ ਮੈਂ ਤਾਂ ਹੁਣ ਜਗੀਜੀ ਨੇ ਕਹਿ ਹੀ ਦਿੱਤਾ ਤੇ ਆਪਾਂ ਇਹ ਮੌਕਾ ਯੂਜ਼ ਹੀ ਕਰ ਲੈਂਦੇ ਆ ਅਗਰ ਤੁਸੀਂ ਸਾਨੂੰ ਵੇਖ ਰਹੇ ਹੋ ਤੁਹਾਡੇ ਕੋਈ ਦਾਦੇ ਆਈਡੀ ਹੈ ਦੇਖੋ ਇਹ ਚੈਨਲ ਤਾਂ ਕਮਿਊਨਿਟੀ ਦਾ ਚੈਨਲ ਤੁਹਾਡਾ ਆਪ ਦਾ ਚੈਨਲ ਹੈ ਹੈਨਾ ਜ ਜਦੋਂ ਆਪਾਂ ਸਪੋਰਟ ਵੀ ਮੰਗਦੇ ਆ ਤੁਹਾਡੇ ਤੋਂ ਮੰਗਦੇ ਆ ਨਾ ਆਪਾਂ ਕਿਸੇ ਦੇ ਬਕਾਓ ਆ ਨਾ ਸਾਨੂੰ ਕੋਈ ਵੱਡਾ ਜਨੋ ਕਾਰਪੋਰੇਟ ਓਵਰਲੋਰਡ ਜਾਂ ਕਹਿ ਲਓ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਤੁਹਾਡੇ ਰਾਹੀ ਹੀ ਆਪਾਂ ਬਣਿਆ ਤੇ ਤੁਹਾਡੇ ਨਾਲ ਹੀ ਆਪਾਂ ਬੰਨਣਾ ਹੈ ਤੇ ਜਿਵੇਂ ਤੁਸੀਂ ਅਨਾਉਂਸ ਕਰ ਰਹੇ ਹੋ ਕਿ ਅਗਰ ਤੁਹਾਡਾ ਕੋਈ ਇੰਟਰਸਟ ਹੈ ਤੁਹਾਡੇ ਯੂ ਨੋ ਕੋਈ ਯੰਗ ਵਧੀਆ ਟੈਲੈਂਟ ਤੁਹਾਡੇ ਆਪ ਦੇ ਕੋਲ ਹੈ ਜਾਂ ਤੁਸੀਂ ਕਿਸ ਨੂੰ ਜਾਣਦੇ ਹੋ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਆਪਾਂ ਉੱਥੇ ਪਹੁੰਚ ਕੇ ਦੇਖਾਂਗੇ ਕੀ ਕੁਝ ਹੋ ਸਕਦਾ ਹੈ ਬਿਲਕੁਲ ਇਕਹਿਤੀ ਇੱਕ ਜਿਹੜੀ ਆ ਤੁਸੀਂ ਗੱਲ ਕੀਤੀ ਹੈ ਜਦ ਪੰਜਾਬੀ ਦੇ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਤੇ ਪੂਰਾ ਸਿਰ ਉੱਚਾ ਹੋ ਜਾਂਦਾ ਜਦੋਂ ਅਸੀਂ ਗੱਲ ਕਰਦੇ ਕਿ ਅਸੀਂ ਵਿਕਾਉ ਨਹੀਂ ਹਾਂ ਨਿਰਪੱਖ ਗੱਲ ਕੀਤੀ ਹੈ ਔਰ ਸੱਚੀ ਤੁਹਾਨੂੰ ਸ਼ਾਇਦ ਨਹੀਂ ਇਹਨਾਂ ਗੱਲਾਂ ਦਾ ਪਤਾ ਤਾਂ ਅਸੀਂ ਤਾਂ ਜਦੋਂ ਗੱਲ ਹੁੰਦੀ ਸੀ ਤੇ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਆਫਰਾਂ ਵੱਡੀਆਂ-ਵੱਡੀਆਂ ਤਨਖਤੀਆਂ ਠੀਕ ਹੈ ਜੇ ਨਹੀਂ ਤੁਸੀਂ ਆ ਕਰਨਾ ਤਾਂ ਫਿਰ ਇੰਡੀਆ ਆਇਓ ਤੇ ਇਦਾਂ ਆ ਲੋ ਔਰ ਇਹ ਵੀ ਤੁਹਾਨੂੰ ਪਤਾ ਕਿ ਚੈਨਲ ਆਪਣਾ ਇੰਡੀਆ ਸ਼ੁਰੂ ਹੋਇਆ ਸੀ ਬੰਦ ਕਰਾਤਾ ਬਾਅਦ ਚ ਹੂੰ ਹੂੰ ਕੀ ਚੀਜ਼ਾਂ ਚੱਲਦੀਆਂ ਨੇ ਪਰ ਫਿਰ ਵੀ ਇੱਕ ਖੜੇ ਬਿਲਕੁਲ ਮੈਂ ਮੈਡਮ ਪੈਣੀ ਜੀ ਉਹਨਾਂ ਦੀ ਸੋਚ ਉਹਨਾਂ ਦਾ ਦਿਬਾਗ ਜਿਹੜਾ ਖੜੇ ਨੇ ਤੇ ਖੜੇ ਨੇ ਤੇ ਖੜੇ ਨੇ ਤੇ ਨਾਲ ਦੀ ਨਾਲ ਅਸੀਂ ਇੱਕ ਬੇਨਤੀ ਕਰਦੀ ਹਾਂ ਦਰਸ਼ਕਾਂ ਨੂੰ ਅਸੀਂ ਹੁਣ 2 ਹਫ਼ਤੇ ਹੈਗੇ ਇੱਥੇ ਜੀ ਨੈਕਸਟ ਫਰਾਈਡੇ ਸਾਈਡ ਤੋਂ ਸੰਡੇ ਤੱਕ ਤਾਂ ਹੈਗੇ ਆ ਤੇ ਕਿਤੇ ਵੀ ਕਿਸੇ ਵੀ ਮਿਡਵਿਸ ਦੇ ਵਿੱਚ ਸ਼ਹਿਰ ਦੇ ਵਿੱਚ ਤੁਸੀਂ ਬੈਠੇ ਹੋ ਕੋਈ ਬਿਜ਼ਨਸ ਦੀ ਪ੍ਰਮੋਸ਼ਨ ਕਰਨੀ ਚਾਹੁੰਦੇ ਹੋ ਜੀ ਕੋਈ ਇੰਟਰਵਿਊ ਦੇਣੀ ਚਾਹੁੰਦੇ ਹੋ ਕੋਈ ਕਮਿਊਨਿਟੀ ਦਾ ਕੰਮ ਹੈ ਕਿਸੇ ਵੀ ਤਰ੍ਹਾਂ ਦਾ ਤੇ ਜ਼ਰੂਰ ਇਹਦੇ ਨਾਲ ਇੱਕ ਤਾਂ ਇਹ ਫਾਇਦਾ ਆਪਣੇ ਟੂਰ ਦਾ ਕਿ ਜਿੱਥੇ ਕਦੇ ਕੋਈ ਕੈਮਰਾ ਗਿਆ ਹੀ ਨਹੀਂ ਜੀ ਅਸੀਂ ਉੱਥੇ ਤੱਕ ਕੈਮਰਾ ਲੈ ਜਾਗੇ ਇੱਕ ਕੈਮਰੇ ਨਹੀਂ ਬਾਦੂ ਕੈਮਰਾ ਲੈ ਕੇ ਆਏ ਆ ਤੇ ਦੂਜੀ ਗੱਲ ਇਹ ਹੈ ਕਿ ਸਾਡੀ ਜਿਹੜੇ ਚੈਨਲ ਨੇ ਉਹ ਵੀ ਤੁਹਾਡੇ ਸਿਰ ਤੇ ਚੱਲਦੇ ਨੇ ਇਹਦਾ ਤੁਹਾਡਾ ਥੋੜਾ ਬਹੁਤ ਵੀ ਸਹਿਯੋਗ ਕਰਦੇ ਹੋ ਤੁਸੀਂ ਫਾਈਨੈਂਸ਼ਲੀ ਕਰਦੇ ਹੋ ਚਾਹੇ ਮੋਰਲੀ ਕਰਦੇ ਹੋ ਤੇ ਉਹਦਾ ਸਾਡੇ ਚੈਨਲ ਨੂੰ ਬਹੁਤ ਵੱਡਾ ਫਾਇਦਾ ਹੁੰਦਾ ਸਾਨੂੰ ਹੋਰ ਵਧੀਆ ਕੰਮ ਕਰਨ ਵਾਸਤੇ ਇਹ ਚੀਜ਼ਾਂ ਜਿਹੜੀਆਂ ਹੋਰ ਸਾਡੇ ਚ એનર્ਜੀ ਪੜਦੀ ਜੀ ਬਿਲਕੁਲ 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 ਜੀ ਮੇਰੇ ਖਿਆਲ ਨਾਲ ਸਮਾਂ तकरीबन ਖਤਮ ਹੋਣ ਵਾਲਾ ਪ੍ਰੋਗਰਾਮ ਦਾ ਤੇ ਅਖੀਰ ਦੇ ਵਿੱਚ ਤੁਸੀਂ ਇੱਕ ਦੱਸੋ ਕੀ ਕਹਿਣਾ ਚਾਹੁੰਦੇ ਹੋ ਅਖੀਰ ਦੇ ਵਿੱਚ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਮੈਨੂੰ ਬਹੁਤ ਹੀ ਜਿਦਾ ਕਹਿੰਦੇ ਨਾ ਆਮ ਸੋ ਐਕਸਾਈਟਿਡ ਕਿ ਇੱਥੇ ਆਨ ਦਾ ਮੌਕਾ ਮਿਲਿਆ ਹੈ ਕਿ ਸ਼ੁਕਰ ਹੈ ਵਾਇਗਰੂ ਦੀ ਮਿਹਰ ਹੈ ਕਿ ਕੋਵਿਡ ਥੋੜਾ ਜਿਹਾ ਲੱਗਦਾ ਪਿੱਛੇ ਹੁਣ ਪੈ ਗਿਆ ਤੇ ਆਪਾਂ ਅੱਗੇ ਵਧ ਸਕਦੇ ਹਾਂ ਇਕੱਠੇ ਰਲ ਕੇ ਅੱਗੇ ਵਧਾਂਗੇ ਤੇ ਟੀਮ ਦੇ ਨਾਲ ਆਏ ਹਾਂ ਇੱਥੇ ਮਿਡ-वेस्ट ਸੁਖਦੀਪ ਸੰਗਾ ਗੁਰਪ੍ਰੀਤ ਵੀ ਸਾਡੇ ਨਵੇਂ ਹਨ ਨਾਦਰ ਇੰਡੀਆ ਟੀਮ ਵੀ ਹੁਣ ਇਸ ਟਾਈਮ ਜੁੜੀ ਹੋਈ ਹੈ ਨਾਲ ਇੰਡੀਆ ਟੀਮ ਤੋਂ ਵੀ ਜੁੜੀ ਹੈ ਨਿਊਯਾਰਕ ਟੀਮ ਵੀ ਜੁੜੀ ਹੈ ਦੀਪਕ ਤੇ ਮਾਨਸਾਹਬ ਡਾਇਰੈਕਟਰ ਬ੍ਰਾਡਕਾਸਟਿੰਗ ਅੱਗੇ ਐ ਉਹ तकरीबन ਮਾਰਕੀਟ ਦੇ ਵਿੱਚ ਵਿਚਰਦੇ ਆ ਫੀਲਡ ਦੇ ਵਿੱਚ ਉਹ ਹੁੰਦੇ ਨੇ ਹਾਂਜੀ ਤੇ ਹੁਣ ਸੁਖਦੀਪ ਸੰਗਾ ਸਾਹਿਬ ਹੁੰਦੇ ਸਾਰੇ ਸਾਡੀ ਸਾਰੀ ਟੀਮ ਬਹੁਤ ਧੰਨਵਾਦ ਕਰਦੀ ਹੈ ਜੀ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਦਾ ਇੰਨਾ ਪਿਆਰ ਦੇਣ ਲਈ ਜੀ ਇਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਆ ਸਾਨੂੰ ਦਿਓ ਇਜਾਜ਼ਤ ਆ ਫੋਨ ਨੰਬਰ ਦਾ ਜੀ ਜੀ ਹਾਂ ਜੀ ਜੀ ਦੱਸੋ ਪਲੀਜ਼ ਕੋਈ ਵੀ ਗੱਲਬਾਤ ਕਰਨੀ ਫੋਨ ਨੰਬਰ ਤੇ ਆ ਕੇ ਗੱਲ ਰਹਿ ਗਈ ਸੀ ਕੋਈ ਤੁਸੀਂ ਬਿਜ਼ਨਸ ਦੀ ਪ੍ਰਮੋਸ਼ਨ ਜਾਂ ਕੋਈ ਵੀ ਈਵੈਂਟ ਫਿਲਹਾਲ ਆ 15 ਦਿਨ ਮਿਡਵਿਸ ਦੇ ਵਿੱਚ ਕਰਾਉਣੀ ਚਾਹੁੰਦੇ ਹਾਂ ਤੇ ਮੇਰਾ ਨੰਬਰ ਹੈਗਾ 2094503362 2094503362 ਤੇ ਜਿੰਮੀ ਦਾ ਨੰਬਰ ਸ਼ਾਇਦ ਜਿੰਮੀ ਸਾਹਿਬ ਦੱਸ ਕੇ ਸੀਗੇ ਹਾਂਜੀ ਉਹਨਾਂ ਦਾ ਅਸੀਂ ਸਕਰੀਨ ਤੇ ਵੀ ਕੱਲ ਤੋਂ ਪਾਉਣਾ ਸ਼ੁਰੂ ਕਰ ਦਾਂਗੇ ਕਿਤੇ ਵੀ ਸੰਪਰਕ ਕਰ ਸਕਦੇ ਹੋ ਅਖੀਰ ਦੇ ਵਿੱਚ ਸਭ ਦਾ ਬਹੁਤ ਬਹੁਤ ਧੰਨਵਾਦ ਕਰੀਏ ਜੀ ਜੀ ਤੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ